ਸਾਰਿਆਂ ਨੂੰ ਸਵਾਗਤ ਹੈ ਪੰਜਾਬ ਅੱਡਾ 24/7 ਤੇ। ਮੇਰਾ ਨਾਮ ਹੈ ਗਗਨ ਤੇ ਆਪਾਂ ਇੱਕ ਵਾਰ ਦੁਬਾਰੇ ਜੁੜ ਚੁੱਕੇ ਹਾਂ ਇੱਕ ਬਹੁਤ ਹੀ ਵਧੀਆ ਬਹੁਤ ਹੀ ਇੰਪੋਰਟੈਂਟ ਸੈਸ਼ਨ ਦੇ ਵਿੱਚ। 2 ਨਵੰਬਰ ਤਰੀਕ ਹੋ ਚੁੱਕੀ ਹੈ, ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਬਰਥਡੇ ਅੱਜ ਤਾਂ। ਅੱਜ ਕਿਉਂ ਹੈਪੀ ਬਰਥਡੇ ਵਿਸ਼ ਕਰ ਰਹੇ ਹਾਂ? ਕਿਉਂਕਿ ਅੱਜ ਹੈ ਬਹੁਤ ਹੀ ਫੇਮਸ ਦਿਨ, ਅੱਜ ਬਹੁਤ ਵੱਡੀ ਵੱਡੀ ਹਸਤੀਆਂ ਦਾ ਜਨਮ ਦਿਨ ਹੈ, ਜਿਨ੍ਹਾਂ ਵਿੱਚੋਂ ਇੱਕ ਹੁੰਦੇ ਨੇ, ਆਪਣੀ ਗੱਲ ਨਹੀਂ ਕਰ ਰਿਹਾ ਮੈਂ, ਇੰਨਾ ਵੀ ਸੈਲਫ ਆਬਸੈਸਡ ਨਹੀਂ ਮੈਂ, ਤਾਂ ਜਿਨ੍ਹਾਂ ਵਿੱਚੋਂ ਇੱਕ ਨੇ ਸ਼ਾਹਰੁਖ ਖਾਨ। ਤਾਂ ਪਹਿਲਾਂ ਤਾਂ ਸ਼ਾਹਰੁਖ ਖਾਨ ਜੀ ਨੂੰ ਬਹੁਤ ਬਹੁਤ ਹੈਪੀ ਬਰਥਡੇ, ਅਤੇ ਤੁਹਾਡੇ ਵਿੱਚੋਂ ਵੀ ਜੇ ਕਿਸੇ ਦਾ ਜਨਮ ਦਿਨ ਹੈ ਤਾਂ ਜੀ ਉਹਨਾਂ ਨੂੰ ਵੀ ਹੈਪੀ ਬਰਥਡੇ, ਬਹੁਤ ਬਹੁਤ ਹੈਪੀ ਬਰਥਡੇ। ਤਾਂ ਜੀ ਸ਼ੁਰੂ ਕਰਦੇ ਹਾਂ, ਜਦ ਭਗਾਈ ਨਹੀਂ ਮਾਰੂੰਗੇ। ਤਾਂ 2 ਨਵੰਬਰ ਤਰੀਕ ਹੋ ਚੁੱਕੀ ਹੈ, ਨਵੰਬਰ ਦਾ ਮਹੀਨਾ ਛਿੜ ਗਿਆ। ਜਿਹੜੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤੁਸੀਂ, ਪੰਜਾਬ ਦੇ ਪੇਪਰ ਦੀ ਜੇ ਤਿਆਰੀ ਕਰ ਰਹੇ ਹੋ, ਤਾਂ ਅਗਲੇ ਇਹ ਪਿਆ 10 ਦਿਨ ਬਾਅਦ ਆਪਣਾ ਫੋਰੈਸਟ ਗਾਰਡ, ਫਿਰ ਮਹੀਨੇ ਬਾਅਦ ਪਿਆ ਕਿਹੜਾ ਆਪਣਾ ਕਲਰਕ ਕੋਆਪਰੇਟਿਵ ਬੈਂਕ ਵਾਲਾ, ਫਿਰ ਉਹ ਤੋਂ ਮਹੀਨੇ ਬਾਅਦ ਪਿਆ ਕਿਹੜਾ ਵੀਡੀਓ, ਫਿਰ ਹਫ਼ਤੇ ਬਾਅਦ ਪਿਆ ਫਿਰ ਕਲਰਕ ਵਾਲਾ, ਅਤੇ ਫਿਰ ਐਕਸਾਈਜ਼ ਇੰਸਪੈਕਟਰ, ਅਤੇ ਹਜੇ ਮੁੱਕਿਆ ਨਹੀਂ, ਹਜੇ ਹੋਰ ਪੇਪਰ ਆ ਰਹੇ ਨੇ। ਜੇ ਹਰਿਆਣਾ ਕਲਰਕ ਭਰਿਆ ਹੋਇਆ ਉਹ ਹੈ, ਜੇ ਹਾਊਸਿੰਗ ਬੋਰਡ ਕਲਰਕ ਭਰਿਆ ਹੋਇਆ ਉਹ ਹੈ, ਅਤੇ ਬਹੁਤ ਹੀ ਵੱਡੀ ਬਹੁਤ ਹੀ ਬੰਪਰ ਵੈਕੈਂਸੀ ਜਿਹਦੇ ਬਾਰੇ ਮੈਂ ਗੱਲ ਕਰਦਾ ਹਮੇਸ਼ਾ, ਕੱਲ੍ਹ ਤੋਂ ਤੁਸੀਂ ਦੇਖ ਹੀ ਰਹੇ ਹੋਣੇ, ਮੈਂ ਪਰਸੋਂ ਤੋਂ ਕਹਿ ਰਿਹਾ ਤੁਹਾਨੂੰ ਉਸ ਵੈਕੈਂਸੀ ਬਾਰੇ। IB ਇੰਟੈਲੀਜੈਂਸ ਬਿਊਰੋ ਦੀ ਪੰਜਾਬ ਲਈ ਪੋਸਟ ਆਈ ਹੈ, ਪੋਸਟਾਂ ਸਿਰਫ ਪੰਜਾਬ ਵਾਲਾ ਬੱਚਾ ਭਰ ਸਕਦਾ, 102 ਪੋਸਟਾਂ, ਅਤੇ ਹਰ ਕੋਈ ਭਰੂਗਾ ਨਹੀਂ ਕਿਉਂਕਿ 10th ਪੇਜ 'ਤੇ, ਕਿਉਂਕਿ ਕਈ ਹੁੰਦੇ ਨਾ ਨੱਕ ਸਾਡੀ ਐਂ ਹੁੰਦੀ ਹੈ ਨਾ ਵੀ ਮੈਂ ਇਹ ਛੋਟੀ ਪੋਸਟ ਥੋੜ੍ਹੀ ਭਰੂੰਗਾ। ਆਪਣੇ ਕੋਲ ਬਹੁਤ ਵੱਡਾ ਮੌਕਾ ਹੈ, 10ਵੀਂ ਪੋਸਟ ਕਰਕੇ, 10ਵੀਂ ਵਾਲੀ ਕੁਆਲੀਫਿਕੇਸ਼ਨ ਵਾਲੀ ਪੋਸਟ, 30,000 ਤੋਂ 33,000 ਰੁਪਏ ਸੈਲਰੀ ਹੈ, ਤਾਂ ਉਹ ਜ਼ਰੂਰ ਭਰੋ ਪੋਸਟ। ਫਿਰ ਅੱਗੇ ਚੰਡੀਗੜ੍ਹ ਪੁਲਿਸ ਕਾਂਸਟੇਬਲ, ਹੈੱਡ ਕਾਂਸਟੇਬਲ ਆ ਰਹੀ ਹੈ, ਪੰਜਾਬ ਪਟਵਾਰੀ ਆ ਰਹੀ ਹੈ, ਪੰਜਾਬ ਪੁਲਿਸ ਆ ਰਹੀ ਹੈ, ਮਤਲਬ ਪੇਪਰ ਬਹੁਤ ਆ ਰਹੇ ਨੇ, ਪੜ੍ਹਨ ਵਾਲੇ ਪੜ੍ਹੋ। ਇੱਕ ਗੱਲ ਮੈਂ ਪਹਿਲਾਂ ਵੀ ਕਹੀ ਸੀ ਜਦੋਂ ਮੈਂ ਘਰੇ ਸੀ, ਜਦੋਂ ਮੈਂ ਇੱਕ ਵੀਡੀਓ ਬਣਾਈ ਸੀ, ਮੈਂ ਹੁਣ ਵੀ ਉਹੀ ਗੱਲ ਕਹੂੰਗਾ ਕਿ ਦਿਮਾਗ ਵਾਲੀ ਬੰਦੂਕ ਇਹਨਾਂ ਨੂੰ ਲੋਡਿਡ ਰੱਖੋ, ਪਤਾ ਨਹੀਂ ਕਿਹਦੇ 'ਚ ਲਾਉਣੀ ਪੈ ਜਾਵੇ, ਹੈ ਨਾ। ਬੰਦਾ ਹੁੰਦਾ ਨਾ ਕਹਿੰਦਾ ਰਾਖੀ ਲਈ ਬੰਦੂਕ ਰੱਖਦਾ, ਕਹਿੰਦਾ ਪਤਾ ਨਹੀਂ, ਹੈ ਨਾ, ਬਹੁਤ ਹੀ ਵੱਡੇ ਤੁਸੀਂ ਬਿਜ਼ਨਸਮੈਨ ਬਣ ਗਏ, ਹੈ ਨਾ, ਬਹੁਤ ਵੱਡੇ ਮੰਤਰੀ ਬਣ ਗਏ, ਹੈ ਨਾ, ਤਾਂ ਕਹਿੰਦੇ ਵੀ ਬੰਦੂਕ ਨੇ ਆਪਣੀ ਲੋਡਿਡ ਰੱਖੀ ਦੀ ਹੈ, ਪਤਾ ਨਹੀਂ ਕਿਤੇ ਚਲਾਉਣੀ ਪੈ ਜਾਵੇ, ਹੈ ਨਾ। ਤਾਂ ਉੱਦਾਂ ਹੀ ਆਪਣੀ ਦਿਮਾਗ ਵਾਲੀ ਜਿਹੜੀ ਬੰਦੂਕ ਹੈ ਨਾ, ਦਿਮਾਗ ਵਾਲੀ ਬੰਦੂਕ, ਉਹਨੂੰ ਪੂਰਾ ਲੋਡਿਡ ਕਰਕੇ ਰੱਖੋ, ਹੈ ਨਾ। ਫਿਰ ਹਾਂਜੀ, PSTET ਵਰਗੇ, ETT ਵਰਗੇ ਪੇਪਰ ਵੀ ਨੇ, ਤਾਂ ਉਹ ਵੀ ਪੰਜਾਬ ਅੱਡਾ 24/7 'ਤੇ ਤਿਆਰੀ ਹੋ ਰਹੀ ਹੈ। ਜੇ ਹੁਣ ਤੱਕ ਐਨਰੋਲ ਨਹੀਂ ਕੀਤਾ, ਪਤਾ ਨਹੀਂ ਕੀ ਕਰ ਰਹੇ ਹੋ ਫਿਰ ਤੁਸੀਂ, ਹੈ ਨਾ। ਚਲੋ ਫਿਰ ਸ਼ੁਰੂ ਕਰਦੇ ਹਾਂ, ਉਹ ਤੋਂ ਪਹਿਲਾਂ ਇੱਕ ਵਾਰ ਵੀਡੀਓ ਨੂੰ ਕੀ ਕਰ ਦਿਓ, ਲਾਈਵ ਐਟ 8 PM ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬਹੁਤ ਇੰਪੋਰਟੈਂਟ ਵੀਡੀਓ। ਕੱਲ੍ਹ ਵੀ ਮੈਂ ਤੁਹਾਡੇ ਲਈ ਉਹਨੂੰ ਕਿਹਾ ਸੀ, ਦੱਸਿਆ ਸੀ ਕਿ ਯਾਰ 10 ਵਜੇ ਵਾਲੀ ਕਲਾਸ ਬਹੁਤ ਜ਼ਿਆਦਾ ਜ਼ਰੂਰੀ ਹੈ। ਕੱਲ੍ਹ ਮੈਂ ਕਰਾਏ ਤੁਹਾਨੂੰ ਜੁਲਾਈ ਅਤੇ ਅਗਸਤ ਮਹੀਨੇ ਦੇ ਪੰਜਾਬ ਦੇ ਕਰੰਟ, ਫਿਰ ਅੱਜ ਆਪਾਂ ਕਰਾਂਗੇ ਮਈ ਮਹੀਨੇ ਦੇ ਤੁਹਾਡੇ ਲਈ ਕਰੰਟ ਅਫੇਅਰ, ਅਤੇ ਅੱਜ ਆਪਾਂ ਨਿਬੇੜ ਛੱਡਣੇ, ਮਤਲਬ ਕਿ 6 ਮਹੀਨੇ ਦੇ ਤੁਹਾਨੂੰ ਮੈਂ ਕਰਾਤੇ ਇਹ ਪੰਜਾਬ ਦੇ ਕਰੰਟ ਅਫੇਅਰ। ਅੱਜ ਤੀਜੀ ਕਲਾਸ ਹੈ, ਅੱਜ ਲਾਸਟ ਕਲਾਸ ਹੈ, ਅੱਜ ਪੰਜਾਬ ਦੇ ਕਰੰਟ ਅਫੇਅਰ ਸਾਡੇ ਖਤਮ। ਤਾਂ ਜੀ ਆਪਣੇ ਆਪ ਸੋਚੋ, ਪੇਪਰ ਤੋਂ ਪਹਿਲਾਂ 3 ਵੀਡੀਓਜ਼ ਦੇਖਣੀਆਂ ਤੁਸੀਂ, ਅੱਧੇ ਘੰਟੇ ਦੀਆਂ। ਇੱਕ ਵਾਰ ਹੁਣ ਦੇਖ ਲਓ, ਇੱਕ ਵਾਰ ਦੁਪਹਿਰੇ ਦੇਖ ਲਓ, ਇੱਕ ਵਾਰ ਪੇਪਰ ਤੋਂ ਪਹਿਲਾਂ ਦੇਖ ਲਿਓ। ਤਾਂ ਆਹ ਵੇਖੋ ਜੀ, ਪੂਰਾ 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 ਅਸਲਾ ਬਰੂਦ ਤਿਆਰ ਹੈ, ਠੀਕ ਹੈ ਜੀ। ਪੂਰਾ ਆਪਾਂ ਝੋਨੇ ਵਾਲਾ ਪੂਰਾ ਬੈਕਗਰਾਊਂਡ ਲਾ ਕੇ ਤੁਹਾਨੂੰ ਪੂਰੀ ਪੂਰੀ ਫੀਲ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਯਾਰ ਤੁਸੀਂ ਬਸ ਕਰ ਲਓ ਕਿਸੇ ਤਰ੍ਹਾਂ ਤੋਂ, ਹੈ ਨਾ। ਆਹ ਵੇਖੋ ਜੀ, ਪੂਰੇ ਪੂਰੇ ਸਵਾਲ ਤਿਆਰ ਨੇ, ਸਟੈਂਪਿੰਗ ਫੈਸਿਲਿਟੀ, ਬ੍ਰਹਮ ਸ਼ੰਕਰ ਜਿੰਪਾ, ਨੈਸ਼ਨਲ ਅਚੀਵਮੈਂਟ ਸਰਵੇ ਹੋਇਆ ਸੀਗਾ, ਪੰਜਾਬ ਦੀ ਰੈਂਕ ਆਈ ਸੀਗੀ ਉਹਦੇ ਵਿੱਚ, ਕਿੰਨੀ ਆਈ ਸੀ, ਠੀਕ ਹੈ। ਫਿਰ ਹੋਰ ਦੇਖੋ, ਭਗਵੰਤ ਮਾਨ ਨੇ ਲੋਕ ਕਿਹੜੀ ਸਕੀਮ ਲਾਂਚ ਕੀਤੀ ਸੀ, ਇੱਕ ਇੱਕ ਚੀਜ਼ ਪੂਰੀ ਤਿਆਰ ਹੈ ਅਸਲਾ ਬਰੂਦ। ਤਾਂ ਜੀ ਆਪਾਂ ਸਤੰਬਰ ਅਕਤੂਬਰ ਦੀ ਕਰ ਲਈ, ਆਪਾਂ ਜੁਲਾਈ ਅਗਸਤ ਦੀ ਕਰ ਲਈ, ਅਤੇ ਅੱਜ ਆਪਾਂ ਕਰਾਂਗੇ ਕਿਹੜਾ, ਭਲਾਂ ਦੀ ਕਿਹੜੇ ਮਹੀਨੇ ਦਾ, ਆਪਾਂ ਕਰਾਂਗੇ ਅੱਜ ਮਈ ਜੂਨ ਦਾ। ਤਾਂ ਜੀ 10 ਵਜੇ ਜ਼ਰੂਰ ਜ਼ਰੂਰ ਆਉਣਾ ਹੈ, ਅਤੇ ਨਾਲੇ ਚੈਨਲ ਸਬਸਕ੍ਰਾਈਬ ਕਰ ਲਓ, ਕੋਈ ਇੱਕ ਬਹੁਤ ਹੀ ਇੰਪੋਰਟੈਂਟ ਵੀਡੀਓ ਬਣਾਈ ਸੀ। ਬੱਚਿਆਂ ਨੂੰ ਇੱਕ ਚੀਜ਼ 'ਤੇ ਪ੍ਰੋਬਲਮ ਹੁੰਦੀ ਹੈ ਕਿ ਇਕੋਨਮੀ ਸਮਝ ਨਹੀਂ ਆਉਂਦੀ, ਤਾਂ ਮੈਂ ਇਕੋਨਮੀ ਦੇ ਛੋਟੇ ਛੋਟੇ ਟੋਪਿਕ ਕਰਾਉਣੇ ਸ਼ੁਰੂ ਕਰਤੇ। ਕੱਲ੍ਹ ਮੈਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੈ ਸ਼੍ਰਿੰਕਫਲੇਸ਼ਨ ਉੱਤੇ, ਹੁਣ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਡੇ ਮੂਹਰੇ ਆਈ ਨਹੀਂ ਹੋਣੀ। ਤਾਂ ਸ਼ਾਰਟ ਵੀਡੀਓ ਹੈ ਉਹ ਛੋਟੀ ਜੀ, ਉਹਦੇ ਵਿੱਚ ਦੱਸਿਆ ਕੀ ਹੈ ਵੀ ਸ਼੍ਰਿੰਕਫਲੇਸ਼ਨ ਕੀ ਹੁੰਦਾ, ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਜਿੱਦਾਂ ਸਾਡੇ ਨਾ ਵੀਡੀਓ ਦੇਖੋ, ਐ ਨਹੀਂ ਮੈਂ ਦੱਸਦਾ, ਹੈ ਨਾ। ਚਲੋ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ, ਹੈ ਨਾ, 100 ਲਾਈਕ ਕਰ ਦਿਓ, ਫਿਰ ਆਪਾਂ ਕਲਾਸ ਸ਼ੁਰੂ ਕਰਦੇ ਹਾਂ। ਅੱਜ ਆਪਣੀ ਲਾਸਟ ਹੈ, ਜਿਹੜੇ ਸਾਡੇ ਬੈਕਲੌਗ ਰਹਿ ਗਏ ਸੀਗੇ, ਤੁਹਾਨੂੰ ਪਤਾ ਆਪਾਂ ਪਿਛਲੇ 2 ਦਿਨਾਂ ਤੋਂ ਦੱਬ ਕੇ ਕਰੰਟ ਅਫੇਅਰ ਕਰੀ ਜਾਂਦੇ ਹਾਂ, ਅਤੇ ਅੱਜ ਆਪਣਾ ਲਾਸਟ ਦਿਨ ਹੈ ਜਿਹੜੀ ਉਹ ਵਾਲੇ ਪਿਛਲੇ ਕਰੰਟ ਅਫੇਅਰ, ਅੱਜ ਸਾਰੇ ਨਿਪਟ ਜਾਣੇ। ਕੱਲ੍ਹ ਤੋਂ ਪ੍ਰੋਪਰ ਉਹੀ ਸਾਰੀ ਸਿਸਟਮ ਸ਼ੁਰੂ, ਰਿਵੀਜ਼ਨ ਅੱਜ ਦੇ ਕਰੰਟ ਅਫੇਅਰ, ਸਟੈਟਿਕ GK ਰਿਵੀਜ਼ਨ ਅੱਜ ਦੇ ਕਰੰਟ ਅਫੇਅਰ, ਸਟੈਟਿਕ GK ਉਹ ਸ਼ੁਰੂ ਕਰਾਂਗੇ। ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਯਾਰ ਸਾਰੇ ਜਣੇ। ਗੁੱਡ ਮਾਰਨਿੰਗ ਹੈ ਸਰ ਜੀ, ਹੁਣ ਬਹੁਤ ਟੈਨਸ਼ਨ ਹੋਈ ਪਈ ਹੈ, ਟੈਨਸ਼ਨ ਵਧੀਆ ਵਾਲੀ ਟੈਨਸ਼ਨ ਹੈ, ਜੇ ਤਾਂ ਪੜ੍ਹੇ ਹੋਏ ਹੋ ਤਾਂ ਵਧੀਆ ਵਾਲੀ ਟੈਨਸ਼ਨ ਹੈ, ਜੇ ਤਿਆਰੀ ਕੁਛ ਕੱਖ ਨਹੀਂ ਕੀਤਾ ਹੋਇਆ ਫਿਰ ਤਾਂ ਹਾਏ ਹਾਏ ਸ਼ੇਰਾ, ਕੋਈ ਨਹੀਂ ਤੇਰਾ ਕਰੇ ਫਿਰ ਤਾਂ ਫਿਰੋਂਗੇ, ਹੈ ਨਾ। ਸਟੈਟਿਕ GK ਕਰਾਓ, ਹਾਂਜੀ ਕਹਿ ਤਾਂ ਰਿਹਾ ਵੇ, ਫਿਰ ਇਹੀ ਕਰਾਂਗੇ, ਸਟਾਰਟਿੰਗ 'ਚ ਰਿਵੀਜ਼ਨ, ਕੁਸ਼ਚਨ ਆਨਸਰ ਵਾਲੀ, ਫਿਰ ਅੱਜ ਦੇ ਕਰੰਟ ਅਫੇਅਰ, ਅਤੇ ਐਂਡ 'ਚ ਸਟਾਰਟਿੰਗ GK। ਚਲੋ ਇੱਕ ਵਾਰ ਵੀਡੀਓ ਨੂੰ ਲਾਈਕ ਨਹੀਂ ਕਰ ਰਹੇ ਯਾਰ ਤੁਸੀਂ, ਯਾਰ ਐਂ ਨਹੀਂ।
ਅੱਗੇ ਪਿੱਛੇ ਕਰ ਕਰਕੇ ਅੱਗੇ ਪਿੱਛੇ ਕਰ ਕਰਕੇ ਅੱਗੇ ਪਿੱਛੇ ਕਰ ਕਰਕੇ ਕੰਮ ਦੀ ਚੀਜ਼ ਨਹੀਂ ਦੇਖਦਾ ਕੋਈ, ਹੈ ਨਾ। ਚਲੋ ਸ਼ੁਰੂ ਕਰਦੇ ਹਾਂ ਕਲਾਸ ਆਪਾਂ। ਤਾਂ ਜੀ ਪਹਿਲਾ ਕਰੰਟ ਅਫੇਅਰ, ਤਾਂ ਜੀ ਵੈਸਟ ਬੰਗਾਲ ਦੀ ਲਕਸ਼ਮੀ ਭੰਡਾਰ ਸਕੀਮ ਹੈ, ਉਹਨੂੰ ਮਿਲਿਆ ਜੀ ਇਸ ਸਾਲ ਦਾ ਸਕੋਚ ਅਵਾਰਡ। ਕਿਹੜਾ ਮਿਲਿਆ ਜੀ? ਸਕੋਚ ਅਵਾਰਡ ਮਿਲਿਆ ਜੀ। ਹਾਂਜੀ, ਨੈਸ਼ਨਲ ਅਵਾਰਡ ਹੈ, ਬਹੁਤ ਇੰਪੋਰਟੈਂਟ ਅਵਾਰਡ ਹੈ, ਇਹਦੇ ਬਾਰੇ ਇੱਕ ਦੋ ਆਪਾਂ ਗੱਲਾਂ ਕਰਦੇ ਹਾਂ। ਤਾਂ ਆਹ ਵੇਖੋ, ਤਾਂ ਜੀ ਵੈਸਟ ਬੰਗਾਲ ਦੀ ਸਰਕਾਰ ਲਕਸ਼ਮੀ ਭੰਡਾਰ ਸਕੀਮ, ਕਿਹੜੀ ਸਕੀਮ ਹੈ? ਲਕਸ਼ਮੀ ਭੰਡਾਰ ਸਕੀਮ, ਇਹਨੂੰ ਮਿਲਿਆ ਜੀ ਸਕੋਚ ਅਵਾਰਡ ਇਨ ਦਾ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਕੈਟੇਗਰੀ। ਠੀਕ ਹੈ, ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਕੈਟੇਗਰੀ ਨੂੰ ਕਿਹੜੇ ਕਿਹੜਾ ਅਵਾਰਡ ਮਿਲਿਆ ਜੀ? ਸਕੋਚ ਅਵਾਰਡ। ਤਾਂ ਇੱਕ ਵਾਰ ਪਹਿਲਾਂ ਪੜ੍ਹਦੇ ਲਕਸ਼ਮੀ ਭੰਡਾਰ ਸਕੀਮ ਕੀ ਹੈ, ਫਿਰ ਉਹ ਅਵਾਰਡ ਕੀ। ਤਾਂ ਇਸ ਸਕੀਮ ਦੇ ਅੰਡਰ, ਕਹਿੰਦੇ ਇਸ ਸਕੀਮ ਨੂੰ ਪਿਛਲੇ ਸਾਲ 2021 ਵਿੱਚ ਕੀਤਾ ਗਿਆ ਸੀ ਲਾਂਚ, ਤੇ ਇਹਦੇ ਅੰਡਰ ਸਰਕਾਰ ਨੇ ਕੀ ਕਿਹਾ ਵੀ ਕਿਸੇ ਵੀ ਪਰਿਵਾਰ ਦੀ ਜਿਹੜੀ ਮੁਖੀਆ ਹੈ, ਮੰਨ ਲਓ ਵੁਮੈਨ ਮੁਖੀਆ ਹੈ ਨਾ 25 ਤੋਂ 60 ਸਾਲ ਦੀ ਉਮਰ ਵਾਲੀ, ਤਾਂ ਉਹਨੂੰ ਕੁਛ ਅਸੀਂ ਮੋਨੀਟਰੀ ਹੈਲਪ ਕਰਾਂਗੇ, ਮਤਲਬ ਕਿ ਪੈਸੇ ਨਾਲ ਹੈਲਪ ਕਰਾਂਗੇ, ਹੈ ਨਾ। ਜੇ ਕਿਸੇ ਵੀ ਪਰਿਵਾਰ ਦੀ ਵੁਮੈਨ ਮੁਖੀਆ ਹੈ ਉਹਨੂੰ ਪੈਸੇ ਨਾਲ ਅਸੀਂ ਹੈਲਪ ਕਰਾਂਗੇ। ਤਾਂ ਕਿਹਾ ਵੀ 500 ਰੁਪਏ ਦਿੱਤੇ ਜਾਂਦੇ ਸੀ ਜੇ ਕੋਈ ਜਨਰਲ ਕੈਟੇਗਰੀ ਔਰਤ ਹੈ ਜੇ ਕੋਈ, ਤੇ 1000 ਰੁਪਏ ਦਿੱਤਾ ਜਾਂਦਾ ਸੀ ਜੇ ਸੀਗਾ ਜੇ ਕੋਈ SC ST ਕੈਟੇਗਰੀ ਹੈ। ਤਾਂ ਇਹ ਜਿਹੜੀ ਸਕੀਮ ਹੈ, ਹੁਣ ਕਹਿਣ ਨੂੰ ਕਹਿੰਦੇ ਸਰ 500 ਰੁਪਏ ਨੂੰ ਕੀ ਬਣਦਾ ਜੀ, ਤੁਸੀਂ ਜੇ ਕਹਿ ਲਓ 5000 ਰੁਪਏ 'ਚ ਵੀ ਨਹੀਂ ਬਣਦਾ, ਫਿਰ ਤਾਂ ਕਹਿ ਲਓ ਤੁਸੀਂ 50000 ਵਿੱਚ ਵੀ ਨਹੀਂ ਬਣਦਾ, ਬਟ ਕਿਸੇ ਨਾ ਕਿਸੇ ਦੇ ਤਾਂ ਦੇਖੋ ਫਾਇਦਾ ਹੁੰਦਾ ਹੀ ਹੈ। ਉੱਦਾਂ ਮੈਂ ਬੱਚਾ ਕਹਿੰਦਾ ਜੀ ਨੌਕਰੀ ਨਹੀਂ ਆ ਰਹੀ, ਨੌਕਰੀ ਨਹੀਂ ਆ ਰਹੀ, ਮੈਂ ਕਿਹਾ ਜੀ ਆਂਗਣਵਾੜੀ ਦੀ 6000 ਨੌਕਰੀ ਕੱਢੀ ਤਾਂ ਹੈ, ਕਹਿੰਦੇ ਸਰ ਸਾਡੇ ਕੰਮ ਦੀ ਤਾਂ ਹੈ ਨਹੀਂ। ਮੈਂ ਕਿਹਾ ਇਹ ਗੱਲ ਨਹੀਂ ਹੈ, ਇਹਨੇ ਸੈਲਫਿਸ਼ ਨਾ ਬਣੋ, ਤੁਹਾਡੇ ਕੰਮ ਦੀ ਦਾ ਮਤਲਬ ਕੀ ਹੈ? ਕਿਸੇ ਤਾਂ ਕਿਸੇ ਨੇ ਤਾਂ ਲੱਗਣਾ ਨਾ ਉੱਥੇ 6000 ਪੋਸਟਾਂ 'ਤੇ, ਕਿਸੇ ਦਾ ਤਾਂ ਘਰ ਚੱਲਣਾ ਨਾ ਉੱਥੇ, ਕੋਈ ਨਾ ਕੋਈ ਤਾਂ ਆਂਗਣਵਾੜੀ 'ਤੇ ਲੱਗੂਗਾ, ਆਸ਼ਾ ਵਰਕਰਸ ਹੁੰਦੇ ਨੇ, ਉਹਨਾਂ ਦਾ ਘਰ ਨਹੀਂ ਚਲਾਉਣਾ। ਹੁਣ ਸਿਰਫ ਤੁਹਾਡੇ ਕਰਕੇ ਹੀ ਵੈਕੈਂਸੀ ਕੱਢੇ ਜਾਈਏ, ਬਾਕੀਆਂ ਨੇ ਦੇਖਣਾ ਹੁੰਦਾ, ਤਾਂ ਥੋੜ੍ਹਾ ਜਿਹਾ ਸੈਲਫਿਸ਼ ਹੋਣ ਤੋਂ ਬਾਹਰ ਨਿਕਲੋ। ਉੱਦਾਂ ਹੀ ਹੈ ਨਾ, ਇੱਕ ਭਾਵੇਂ ਰਕਮ ਤੁਹਾਨੂੰ ਘੱਟ ਘੱਟ ਲੱਗ ਰਹੀ ਹੈ, ਬਹੁਤ ਵੀ 500 ਰੁਪਈਆ 1000 ਰੁਪਈਆ, ਹੈ ਨਾ। ਤਾਂ ਵੈਸਟ ਬੰਗਾਲ ਦੀ ਸਰਕਾਰ ਨੇ ਕੀਤੀ ਹੈ ਲਕਸ਼ਮੀ ਭੰਡਾਰ ਸਕੀਮ, ਸਕੋਚ ਅਵਾਰਡ ਮਿਲਿਆ ਹੈ। ਤਾਂ ਇਹ ਜਿਹੜਾ ਸਕੋਚ ਅਵਾਰਡ ਹੈ ਇਹ 2003 ਵਿੱਚ ਬਣਾਇਆ ਗਿਆ ਸੀਗਾ, ਇਹਦੇ ਲਈ ਦਿੱਤਾ ਜਾਂਦਾ ਵੀ ਵਧੀਆ ਗਵਰਨੈਂਸ ਕੀਤੀ ਹੋਵੇ, ਵਧੀਆ ਗਰੋਥ ਹੋਈ ਹੋਵੇ, ਮਤਲਬ ਕੁਝ ਨਵੀਂ ਚੀਜ਼ ਕੀਤੀ ਹੋਵੇ, ਜਿੱਤੋਂ ਯਾਰ ਮਤਲਬ ਆਪਣੇ ਜਿਹੜੀ ਸਮਾਜ ਹੈ ਉਹਦਾ ਭਲਾ ਹੋਇਆ ਹੋਵੇ। ਉਹ ਹੈ ਕਰਨਾ ਕਿ ਕੁਝ ਨਹੀਂ, ਐਮਪਾਵਰਮੈਂਟ ਹੋਣੀ ਚਾਹੀਦੀ ਹੈ ਲੋਕਾਂ ਦੀ। ਠੀਕ ਹੈ, ਇਹ ਗੱਲ ਸੀਗੀ ਸਕੋਚ ਅਵਾਰਡ। ਠੀਕ ਹੈ ਜੀ, ਸਕੋਚ ਅਵਾਰਡ ਸੈਂਟਰ ਦਿੰਦਾ ਇਹ, ਇਸ ਵਾਰ ਮਿਲਿਆ ਜੀ ਲਕਸ਼ਮੀ ਭੰਡਾਰ ਸਕੀਮ ਨੂੰ ਵੈਸਟ ਬੰਗਾਲ ਦੀ। ਠੀਕ ਹੈ, ਡਨ ਡੀਲ ਹੈ, ਚਲੋ। ਹਾਂਜੀ, ਤਾਂ ਇਹ ਗੱਲ ਦੱਸਣੀ ਸੀ ਤੁਹਾਨੂੰ, ਬਹੁਤ ਇੰਪੋਰਟੈਂਟ। ਤਾਂ ਹੋਇਆ ਕੀ ਹੈ, ਹੋਇਆ ਕੀ ਜੇ, ਤਾਂ ਜੀ ਹੋਇਆ ਕੀ ਹੈ, ਤਾਂ ਤੁਹਾਨੂੰ ਪਤਾ ਜਿਹੜੇ 3 ਬੈਚ ਸੀਗੇ ਇਹ ਦੀਵਾਲੀ ਤੋਂ ਪਹਿਲਾਂ ਸ਼ੁਰੂ ਹੋ ਗਏ ਸੀਗੇ, ਮਤਲਬ ਕਿ 8-8, 7-9 ਦਿਨ ਦੀ ਕਲਾਸਾਂ ਹੋ ਚੁੱਕੀਆਂ ਨੇ, ਇਹਨਾਂ ਸਾਰਿਆਂ ਵਿੱਚ 8-8, 9-9 ਦਿਨ ਦੀ ਕਲਾਸਾਂ ਹੋ ਚੁੱਕੀਆਂ ਨੇ, ਬਟ ਦੀਵਾਲੀ ਵਿਚਾਲੇ ਦੀਵਾਲੀ ਦੀ 2 ਛੁੱਟੀਆਂ ਸੀ। ਅਤੇ ਮੈਂ ਕੱਲ੍ਹ ਕਿਹਾ ਸੀ ਜੇ ਕਿਸੇ ਨੇ ਐਨਰੋਲ ਕਰਨਾ ਹਜੇ ਵੀ ਮੌਕਾ ਹੈ, ਕਿਉਂਕਿ ਐਟਲੀਸਟ ਇਹ ਵਾਲੇ ਬੱਚੇ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਕਲਰਕ ਵਾਲੇ ਨੂੰ, ਕਿਉਂਕਿ ਪੇਪਰ ਤੁਹਾਨੂੰ ਪਤਾ ਜੀ ਦਸੰਬਰ 'ਚ ਹੈ। ਕਲਰਕ ਵਾਲੇ ਦੀ ਗੱਲ ਨਹੀਂ ਇਕੱਲੀ, ਐਕਸਾਈਜ਼ ਇੰਸਪੈਕਟਰ ਵਾਲੇ ਨੂੰ ਵੀ ਬਹੁਤ ਜ਼ਰੂਰਤ ਹੈ, ਕਿਉਂਕਿ ਜੇ ਹੁਣ ਤੱਕ ਬੇਸ ਨਹੀਂ ਬਣਿਆ ਤਾਂ ਪੜ੍ਹੋਗੇ ਕਿੱਦਾਂ। ਉੱਦਾਂ ਹੀ PSSB ਗ੍ਰਾਮ ਸੇਵਕ ਵਾਲਿਆਂ ਨੂੰ ਵੀ ਜ਼ਰੂਰਤ ਹੈ। ਤਾਂ ਬਹੁਤ ਇੰਪੋਰਟੈਂਟ ਅੱਜ ਤੁਹਾਡੇ ਲਈ ਕੀ ਆ ਗਿਆ, ਕਿਉਂਕਿ ਇਹ ਬੈਚ ਹੁਣ ਹੋ ਚੁੱਕੇ ਨੇ 8-8 ਦਿਨ, ਇਹ ਹੁਣ ਗਾਇਬ ਹੋਣ ਜਾ ਰਹੇ ਨੇ। ਤਾਂ ਇਹਨਾਂ ਉੱਥੇ ਕਰਤਾ, ਇਹਨਾਂ ਨੇ ਬਹੁਤ ਵੱਡਾ ਪ੍ਰਾਈਸ ਡਰੋਪ ਕਰਤਾ, ਬਹੁਤ ਵੱਡਾ ਪ੍ਰਾਈਸ ਡਰੋਪ ਕਰਤਾ। ਤਾਂ ਇਹ ਸਾਰੇ ਜਿਹੜੇ ਬੈਚਿਸ ਨੇ, ਜਿਹੜੇ ਬੈਚ ਨੇ ਤੁਹਾਨੂੰ ਮਿਲਦੇ ਨੇ ਸਿਰਫ ਔਰ ਸਿਰਫ ਆਈ ਥਿੰਕ 1400 ਦੇ ਅਰਾਊਂਡ ਅਰਾਊਂਡ, ਮੈਨੂੰ ਯਾਦ ਨਹੀਂ ਹੈ ਪ੍ਰਾਈਸ, ਬਹੁਤ ਘੱਟ ਹੋ ਗਿਆ, 2-2, 2-2, 250, 250, ਇਹਦਾ ਤਾਂ 400-500 ਰੁਪਇਆ ਘੱਟ ਗਿਆ ਪ੍ਰਾਈਸ। ਤਾਂ ਜਿਹਨੇ ਵੀ ਹੁਣ ਐਨਰੋਲ ਕਰਨਾ ਹੈ, 2 ਦਿਨ ਰਹੂਗਾ ਪ੍ਰਾਈਸ ਡਰੋਪ, ਅੱਜ ਅਤੇ ਕੱਲ੍ਹ ਜੇ ਐਨਰੋਲ ਕਰਨਾ ਹੈ ਅੱਜ ਕਰਕੇ ਨਿਬੇੜੋ। ਡਿਸਕਾਊਂਟ ਕੋਡ ਕੀ ਲੈਣਾ ਹੈ ਤੁਸੀਂ? Y383Y383, ਨਹੀਂ ਤਾਂ ਫਿਰ ਮਹਿੰਗਾ ਹੀ ਪਊਗਾ, ਬਟ ਡਿਸਕਾਊਂਟ ਤੁਸੀਂ ਲਾਓਗੇ Y383Y383। ਖਤਮ ਹੋ ਚੁੱਕੇ ਹੈ ਪ੍ਰਾਈਸ, ਕਿਉਂਕਿ ਹੁਣ ਹਟਣ ਜਾ ਰਹੇ ਨੇ ਇਹ ਬੈਚ, ਇਹ ਤੋਂ ਬਾਅਦ ਅੱਗੇ ਜਿਹੜਾ ਬੈਚ ਆਊਗਾ ਤੁਹਾਨੂੰ ਪਤਾ ਹੀ ਹੈ, ਫਿਰ ਜਿੰਨਾ ਘੱਟ ਟਾਈਮ ਉਨਾ ਤੇਜ਼ ਆਊਗਾ ਬੈਚ, ਸਮਝ ਰਹੇ ਹੋ ਨਾ। ਜੇ ਇੰਨਾ ਟਾਈਮ ਹੈ ਸਾਡੇ ਕੋਲ, ਮਤਲਬ ਉਹਨਾਂ ਡਿਟੇਲ ਵਿੱਚ ਪੜਾਇਆ ਜਾਊਗਾ, ਜੇ ਇੰਨਾ ਘੱਟ ਟਾਈਮ ਹੈ ਪੜਾਇਆ ਉਨਾ ਹੀ ਜਾਊਗਾ, ਬਟ ਥੋੜੀ ਤੇਜ਼ੀ ਵਿੱਚ। ਤਾਂ ਇਹ ਖਤਮ ਹੋ ਰਹੇ ਨੇ ਜੀ, ਠੀਕ ਹੈ ਜੀ, ਇਹ ਖਤਮ ਹੋ ਰਹੇ ਨੇ ਬੈਚ, ਅੱਜ ਐਨਰੋਲ ਕਰ ਸਕਦੇ ਹੋ Y383 ਡਿਸਕਾਊਂਟ ਕੋਡ ਲਾ ਕੇ। ਚਲੋ, ਡਿਜੀਟਲ ਰੁਪੀ RBI ਨੇ ਲਾਂਚ ਕੀਤਾ ਜੀ ਆਪਣਾ ਪਹਿਲਾ ਪ੍ਰਾਇਲਟ ਪ੍ਰੋਜੈਕਟ। ਤੁਹਾਨੂੰ ਯਾਦ ਹੋਊਗਾ ਜੀ ਇਸ ਵਾਰ ਬਜਟ ਵਿੱਚ ਨਿਰਮਲਾ ਸੀਤਾਰਮਨ ਜੀ ਨੇ ਦੱਸਿਆ ਸੀਗਾ ਕਿ ਅਸੀਂ ਇੱਕ ਡਿਜੀਟਲ ਰੁਪੀ ਕੱਢ ਰਹੇ ਹਾਂ, ਜਦੋਂ ਕਿਹਾ ਸੀ ਕਿ ਕ੍ਰਿਪਟੋ ਕਰੰਸੀ ਉੱਤੇ ਅਸੀਂ 30% ਅਸੀਂ ਟੈਕਸ ਲਉਂਗੇ, ਕਿਹਾ ਸੀ ਨਾ ਕ੍ਰਿਪਟੋ ਕਰੰਸੀ। ਇਹਨਾਂ ਨੇ ਕਹਿਤਾ ਸੀ ਕਿ ਅਸੀਂ ਆਪਣਾ ਹੀ ਹੈ, ਇਹਨੇ ਆਪਣਾ ਹੀ ਕਹਿੰਦੇ ਆਪਣੇ ਅਸੀਂ ਡਿਜੀਟਲ ਰੁਪੀ ਕੱਢਤਾ, ਕ੍ਰਿਪਟੋ ਕਰੰਸੀ ਨਹੀਂ ਕੱਢੀ, ਡਿਜੀਟਲ ਰੁਪੀ ਕੱਢਤਾ, ਕ੍ਰਿਪਟੋ ਕਰੰਸੀ ਨਹੀਂ ਕੱਢੀ, ਡਿਜੀਟਲ ਰੁਪੀ ਕੱਢਤਾ, ਲੋਗੋ ਲਗਾ ਦਿਆ, ਡਿਜੀਟਲ ਰੁਪੀ ਕੱਢਤਾ। ਠੀਕ ਹੈ, ਤਾਂ ਅੱਜ ਇਹਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਤਾਂ ਜੀ ਆਹ ਵੇਖੋ, ਰਿਜ਼ਰਵ ਬੈਂਕ ਕਹਿੰਦੀ ਵੀ 1 ਨਵੰਬਰ ਯਾਨੀ ਕਿ ਕੱਲ੍ਹ ਤੋਂ ਇਹਨਾਂ ਨੇ ਸ਼ੁਰੂ ਕਰਤਾ ਵੀ ਡਿਜੀਟਲ ਰੁਪੀ ਕਰਕੇ ਚੀਜ਼, ਹੈ ਨਾ, ਡਿਜੀਟਲ ਰੁਪੀ ਕਰਕੇ। ਤਾਂ 9 ਬੈਂਕ ਨੇ ਜਿਹਨਾਂ ਨੇ ਇਹਦੇ ਵਿੱਚ ਪਾਰਟੀਸਿਪੇਟ ਕੀਤਾ, 9 ਬੈਂਕ ਯਾਦ ਨਹੀਂ ਕਰਨੇ, ਬਸ ਪਤਾ ਹੋਣੇ ਚਾਹੀਦੇ ਵੀ ਕਿਹੜੇ 9 ਬੈਂਕ ਨੇ, ਹਲਕਾ ਹਲਕਾ ਜਿਹਾ ਨਾ ਦਿਮਾਗ 'ਚ ਬੈਠਾ ਹੋਣਾ ਚਾਹੀਦਾ ਆ। ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ, ਯੂਨੀਅਨ ਬੈਂਕ, HDFC, ICICI, ਕੋਟਕ ਮਹਿੰਦਰਾ,
ਯੈਸ ਬੈਂਕ, IDFC ਫਸਟ ਬੈਂਕ ਤੇ HSBC। ਹੁਣ ਕ੍ਰਿਪਟੋ ਕਰੰਸੀ ਇਹਦੇ ਵਿੱਚ ਫਰਕ ਕੀ ਹੈ? ਕ੍ਰਿਪਟੋ ਕਰੰਸੀ ਦਾ ਚੱਕਰ ਕੀ ਹੁੰਦਾ ਕਿ ਕੋਈ ਨਾ ਉਹਦੇ ਅੰਦਰ ਸੈਂਟਰਲ ਆਰਗੇਨਾਈਜੇਸ਼ਨ ਨਹੀਂ ਹੈ, ਕੋਈ ਬੈਂਕ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਦਾ। SBI ਕਦੇ ਕ੍ਰਿਪਟੋ ਕਰੰਸੀ ਨਹੀਂ ਕੱਢੂਗੀ, ਹੈ ਨਾ, ਕਦੇ RBI ਕ੍ਰਿਪਟੋ ਕਰੰਸੀ ਨਹੀਂ ਕੱਢੂਗੀ, ਕਦੇ ਬੈਂਕ ਆਫ ਇੰਡੀਆ, PNB, HDFC, ICICI, ਐਕਸਿਸ, ਇਹ ਕਦੇ ਵੀ, ਯੈਸ ਬੈਂਕ ਵਰਗੇ ਕਦੇ ਵੀ ਆਪਣਾ ਇੱਕ ਕ੍ਰਿਪਟੋ ਕਰੰਸੀ ਨਹੀਂ ਕੱਢਣਗੇ, ਹੈ ਨਾ, ਕਿਉਂਕਿ ਕ੍ਰਿਪਟੋ ਕਰੰਸੀ ਕੀ ਹੈ? ਬਿਟਕੋਇਨ ਤੁਸੀਂ ਸੁਣਿਆ ਹੋਗਾ ਨਾ, ਇਥੀਰੀਅਮ, ਡੋਜ ਕੋਇਨ, ਇਹੋ ਜਿਹੇ ਅਜੀਬ ਅਜੀਬ ਦੇ ਨਾਂ ਆ ਰਹੇ ਨੇ, ਲੂਨਾ, ਬੜੇ ਕੱਬੇ ਕੱਬੇ ਜਿਹੇ ਨਾਂ ਹੁੰਦੇ ਨੇ ਕ੍ਰਿਪਟੋ ਕਰੰਸੀ ਦੇ, ਤਾਂ ਉਹ ਕੋਈ ਬੈਂਕ ਦੇ ਥਰੂ ਨਹੀਂ ਆਉਂਦੀ। ਤਾਂ ਸਰਕਾਰ ਦਾ ਕਹਿਣਾ ਯਾਰ ਉਹ ਰੈਗੂਲੇਟ ਹੀ ਨਹੀਂ ਹੈ, ਉਹਦੇ ਉੱਤੇ ਕੋਈ ਲਗਾਮ ਹੀ ਹੈ ਨਹੀਂ, ਹੈ ਨਾ, ਉਹਦੇ ਉੱਤੇ ਕੋਈ ਲਗਾਮ ਹੀ ਹੈ ਨਹੀਂ। ਆਨਲਾਈਨ ਕਰੰਸੀ ਹੁੰਦੀ ਹੈ ਇੱਕ ਤਰ੍ਹਾਂ ਦੀ, ਮਹਿਕ ਗੋਇਲ, ਆਨਲਾਈਨ ਕਰੰਸੀ, ਤਾਂ ਕਹਿੰਦੇ ਉਹਦੇ ਉੱਤੇ ਕੋਈ ਲਗਾਮ ਹੀ ਹੈ ਨਹੀਂ। ਤਾਂ ਸਰਕਾਰ ਨੇ ਕਿਹਾ ਕ੍ਰਿਪਟੋ ਕਰੰਸੀ ਨਹੀਂ ਕੱਢੂਗੇ, ਅਸੀਂ ਕੱਢੂਗੇ ਡਿਜੀਟਲ ਰੁਪਈ। ਮਤਲਬ 100 ਰੁਪਏ ਦਾ ਨੋਟ ਤੁਹਾਡੇ ਕੋਲ ਜੇਬ 'ਚ ਹੈ ਅਤੇ 100 ਰੁਪਏ ਦਾ ਨੋਟ ਡਿਜੀਟਲ ਕਰੰਸੀ ਦੇ ਰੂਪ ਵਿੱਚ ਤੁਹਾਡੇ ਫੋਨ 'ਚ ਹੈ। ਕਹਿੰਦੇ ਸਰ ਉਹ ਤਾਂ ਪੇਟੀਐਮ ਵਾਲਟ ਹੋ ਗਿਆ। ਇੱਕ ਤਰ੍ਹਾਂ ਦਾ ਉਹੀ ਮੰਨ ਲਓ, ਇੱਕ ਤਰ੍ਹਾਂ ਦਾ ਉਹੀ ਮੰਨ ਲਓ, ਇੱਕ ਤਰ੍ਹਾਂ ਦਾ, ਇੱਕ ਤਰ੍ਹਾਂ ਦਾ ਸੇਮ ਨਹੀਂ, ਇੱਕ ਤਰ੍ਹਾਂ ਦਾ ਉਹੀ ਮੰਨ ਲਓ। 100 ਰੁਪਏ ਦਾ ਤੁਸੀਂ ਕਰਾਰਾ ਦਾ ਨੋਟ ਦੇ ਤਾ, ਹੈ ਨਾ, ਜਿਹੜੇ 100 ਰੁਪਏ ਦੇ ਕਰਾਰੇ ਨੋਟ ਵਰਗੀ ਗੱਲ ਦੱਸੀ ਸੀ ਜਿੱਦਾਂ ਦਿਲਜੀਤ ਨੇ ਨੀਰੂ ਬਾਜਵਾ ਨੂੰ ਛੜਾ ਮੂਵੀ 'ਚ, ਅਤੇ ਦੂਜਾ ਤੁਹਾਡੇ ਫੋਨ 'ਚ 100 ਰੁਪਇਆ, 100 ਰੁਪਏ ਤੁਹਾਡਾ ਡਿਜੀਟਲ ਰੁਪਈ ਹੋ ਜੂਗਾ। ਬਟ ਫਰਕ ਕੀ ਹੈ? ਇਹ ਕੀਤਾ ਜੀ RBI ਨੇ ਲਾਂਚ, ਠੀਕ ਹੈ, ਇਹ ਕੀਤਾ ਕਿਹਨੇ? RBI ਨੇ ਲਾਂਚ ਕੀਤਾ। ਆਹ ਵੇਖੋ ਡਿਜੀਟਲ ਰੁਪਈ ਕੀ ਹੈ, ਕਹਿੰਦੇ ਜੀ ਡਿਜੀਟਲ ਸੈਂਟਰਲ ਬੈਂਕ ਡਿਜੀਟਲ ਕਰੰਸੀ, ਨਾਮ ਵਿੱਚ ਹੀ ਲਿਖਿਆ ਸੈਂਟਰਲ ਬੈਂਕ ਡਿਜੀਟਲ ਕਰੰਸੀ, ਮਤਲਬ ਕਿ RBI ਨੇ ਕੱਢਿਆ ਹੋਇਆ ਫਿਰ ਡਿਜੀਟਲ ਰੁਪਈ। ਇੱਕ ਡਿਜੀਟਲ ਫਾਰਮ ਆਫ ਕਰੰਸੀ ਨੋਟਸ ਹੈ ਜਿਹਨੂੰ ਇਸ਼ੂ ਕੀਤਾ ਹੈ ਜੀ ਸੈਂਟਰਲ ਬੈਂਕ ਨੇ, ਮਤਲਬ 100 ਰੁਪਏ ਦਾ ਆਨਲਾਈਨ 100 ਰੁਪਇਆ, 200 ਰੁਪਏ ਦਾ ਇੱਕ ਆਨਲਾਈਨ, 200 ਰੁਪਏ ਉਹ ਜਾ। ਤਾਂ ਡਿਜੀਟਲ ਕਰੰਸੀ ਔਰ ਰੁਪੀ ਇਜ਼ ਐਨ ਇਲੈਕਟ੍ਰੋਨਿਕ ਫਾਰਮ ਆਫ ਮਨੀ ਦੈਟ ਕੈਨ ਬੀ ਯੂਜ਼ ਇਨ ਕੰਟੈਕਟਲੈਸ ਟ੍ਰਾਂਜੈਕਸ਼ਨ। ਮਤਲਬ ਬੇਸਿਕਲੀ ਤੁਸੀਂ ਗੱਲ ਮੰਨ ਲਓ ਪੇਟੀਐਮ ਵਰਗੀ ਹੀ ਗੱਲ ਹੋ ਰਹੀ ਹੈ, ਪੇਟੀਐਮ ਤੋਂ ਕਰਦੇ ਹਾਂ ਆਪਾਂ, ਫੋਨਪੇ ਤੋਂ ਕਰਦੇ ਹਾਂ, ਇੱਕ ਤਰ੍ਹਾਂ ਦਾ, ਦੁਬਾਰੇ ਇੱਕ ਤਰ੍ਹਾਂ ਦਾ। ਯਾਰ ਵੀਡੀਓ ਨੂੰ ਲਾਈਕ ਕਰੀ ਚੱਲੋ ਯਾਰ, ਆਪਾਂ ਘੱਟੋ ਘੱਟ ਲਾਈਕ ਇਜ਼ ਇਕੁਅਲ ਟੂ ਲਾਈਵ ਤਾਂ ਕਰ ਦਿਓ ਯਾਰ, ਐਂ ਨਾ ਕਰੋ ਯਾਰ, ਹੈ ਨਾ, ਲਾਈਕ ਕਰ। ਚਲੋ ਤਾਂ ਸੈਂਟਰਲ ਬੈਂਕ ਡਿਜੀਟਲ ਕਰੰਸੀ ਦੇ 2 ਟਾਈਪ ਨੇ, ਇੱਕ ਰੱਖਿਆ ਰਿਟੇਲ, ਇੱਕ ਰੱਖਿਆ ਹੋਲਸੇਲ। ਮਤਲਬ ਕਿ ਰਿਟੇਲ ਦਾ ਮਤਲਬ ਕੀ ਹੋ ਗਿਆ? ਰਿਟੇਲ ਦਾ ਮਤਲਬ ਹੋ ਗਿਆ ਜਿੱਦਾਂ ਅਸੀਂ ਲੈਣਾ, ਮੈਂ ਕਿਹਾ ਜੀ, ਮੈਂ ਕਿਹਾ ਜੀ ਦੁੱਧ ਦੇ ਯਾਰ 1 ਲੀਟਰ, ਤਾਂ ਜੀ 63 ਰੁਪਏ, ਮੈਂ ਕਰਤਾ ਟਿੰਗ ਟਨ ਟਨ, ਪੇਟੀਐਮ ਪਰ 63 ਰੁਪਏ ਪ੍ਰਾਪਤ ਹੋਏ, ਉਹੋ ਜਿਹਾ ਤਾਂ ਨਹੀਂ ਹੋਊਗਾ, ਜੋ ਵੀ ਹੋਊਗਾ। ਇੱਕ ਤਾਂ ਉਹ ਹੋ ਗਿਆ, ਅਤੇ ਦੂਜਾ ਹੋ ਗਿਆ ਕੁਝ ਰਿਸਟ੍ਰਿਕਟਿਡ ਯੂਜ਼ ਲਈ, ਮਤਲਬ ਕਿ ਕੁਝ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਕਿ ਕੋਈ ਬੈਂਕ ਕਰ ਰਿਹਾ ਹੈ ਯੂਜ਼, RBI ਕਰ ਰਿਹਾ ਹੈ ਯੂਜ਼, ਫਰਕ ਹੁੰਦਾ ਨਾ ਰਿਟੇਲ ਅਤੇ ਹੋਲਸੇਲ 'ਚ, ਹੈ ਨਾ। ਉੱਦਾਂ ਇਹ 2 ਹੋ ਗਈ ਟਾਈਪਸ ਇਹਦੀਆਂ। ਇੱਕ ਤਾਂ ਫਿਰ ਡਿਫਰੈਂਸ ਬਿਟਵੀਨ ਡਿਜੀਟਲ ਰੁਪੀ ਐਂਡ ਕਰੰਸੀ, ਇਹ ਮੈਂ ਤੁਹਾਨੂੰ ਦੱਸਤਾ। ਕਹਿੰਦੇ ਜਿਹੜਾ ਕ੍ਰਿਪਟੋ ਕਰੰਸੀ ਹੈ ਇੱਕ ਡੀਸੈਂਟਰਲਾਈਜ਼ਡ ਹੈ, ਮਤਲਬ ਕਿ ਇਹਦਾ ਕੋਈ ਲਗਾਮ ਹੈ ਨਹੀਂ, ਇਹਦਾ ਪਤਾ ਹੀ ਹੈ ਨਹੀਂ। ਇੱਕ ਡਿਜੀਟਲ ਐਸੈਟ ਹੈ, ਇੱਕ ਮੀਡੀਅਮ ਆਫ ਐਕਸਚੇਂਜ ਹੈ ਇਹ। ਕੰਟਰੋਵਰਸ਼ੀਅਲ ਕਿਉਂ ਹੈ? ਕਿਉਂਕਿ ਇਹਦਾ ਡੀਸੈਂਟਰਲਾਈਜ਼ਡ ਨੇਚਰ ਹੈ। ਕਿਉਂ? ਕਿਉਂਕਿ ਆਪਰੇਸ਼ਨ ਕਰ ਰਿਹਾ ਬਿਨਾਂ ਕਿਸੇ ਬੈਂਕ ਦੇ, ਬਿਨਾਂ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ, ਬਿਨਾਂ ਕਿਸੇ ਸੈਂਟਰਲ ਅਥਾਰਟੀ ਦੇ। ਜੇ ਪਟਾਕਾ ਪੈ ਗਿਆ, ਜੇ ਖਤਮ ਹੋ ਗਿਆ, ਤਾਂ ਫਾਇਦਾ ਕੀ ਹੋਊਗਾ? ਸਰਕਾਰ ਹੈ ਤਾਂ ਸਰਕਾਰ ਦਾ ਹੁੰਦਾ ਨਾ ਕਿ ਕੋਈ ਜ਼ਿੰਮੇਵਾਰੀ ਹੁੰਦੀ ਹੈ। ਹੁਣ ਸਰਕਾਰ ਨੇ ਮੰਨ ਲਓ ਕ੍ਰਿਪਟੋ ਕਰੰਸੀ ਲਾਂਚ ਕਰਤੀ ਆਪਣੀ ਰੁਪੀ ਕਰਕੇ, ਹੈ ਨਾ, ਰੁਪਈਆ, ਰੁਪਈਆ ਕਰਕੇ ਮੰਨ ਲਓ ਲਿਖਤੀ ਕੱਢਤੀ ਇਹਨਾਂ ਨੇ ਆਪਣੀ ਕ੍ਰਿਪਟੋ ਕਰੰਸੀ, ਉਹਦੇ ਉੱਤੇ ਸਰਕਾਰ ਦਾ ਤਾਂ ਕੋਈ ਲਗਾਮ ਹੈ ਹੀ ਨਹੀਂ, ਕੋਈ ਕੰਟਰੋਲ ਹੈ ਹੀ ਨਹੀਂ, ਕੋਈ ਵੀ ਅਥਾਰਿਟੀ ਹੈ ਹੀ ਨਹੀਂ। ਅਤੇ ਜੇ ਪਟਾਕਾ ਪੈ ਗਿਆ ਫਿਰ ਕੀ ਕਰਨਾ? ਫਿਰ ਲੋਕਾਂ ਨੇ ਗਾਲਾਂ ਕੱਢਣੀਆਂ, ਸਹੀ ਸਰਕਾਰ ਤੋਂ ਹੈ ਹੀ ਐਸੀ। ਤਾਂ ਇਹ ਹੈ ਕ੍ਰਿਪਟੋ ਕਰੰਸੀ, ਬਿਨਾਂ ਕੋਈ ਲਗਾਮ ਵਾਲੀ ਕਰੰਸੀ। ਦੂਜੀ ਥਾਂ ਜਦੋਂ ਡਿਜੀਟਲ ਰੁਪਈ ਹੈ, ਡਿਜੀਟਲ ਕਰੰਸੀ ਹੈ, ਸੈਂਟਰਲ ਬੈਂਕ ਡਿਜੀਟਲ ਕਰੰਸੀ ਹੈ, ਇਹਨੂੰ ਇਸ਼ੂ ਹੀ RBI ਨੇ ਕੀਤਾ ਤਾਂ ਇੱਕ ਲੀਗਲ ਟੈਂਡਰ ਹੋਊਗਾ। ਮਤਲਬ ਕਿ ਅਸੀਂ ਦੇਖ ਸਕਦੇ ਹਾਂ 2-3 ਮਹੀਨਿਆਂ ਵਿੱਚ, ਅਸੀਂ ਦੇਖ ਸਕਦੇ ਹਾਂ, ਹੋਪ ਕਰ ਸਕਦੇ ਹਾਂ ਕਿ ਹੁਣ 100 ਰੁਪਏ ਦੇ ਨੋਟ ਤੁਸੀਂ ਆਨਲਾਈਨ ਤੁਸੀਂ ਲੈ ਕੇ ਫਿਰੋਗੇ, ਐਂ ਕਰਕੇ, ਪਤਾ ਨਹੀਂ ਕਿੱਦਾਂ ਹੋਊਗਾ, ਜੋ ਵੀ ਹੋਊਗਾ ਸਾਨੂੰ ਨਹੀਂ ਪਤਾ। ਤਾਂ ਇਹ ਫਰਕ ਹੈ, ਠੀਕ ਹੈ, ਸਮਝ ਗਏ ਆਪਾਂ ਗੱਲ। ਚਲੋ ਅੱਗੇ, ਤਾਂ ਜੀ ਦੂਜਾ, ਇੰਡੀਆ ਡਿਫੈਂਸ ਮਿਨਿਸਟਰੀ ਵਰਲਡ ਦੀ ਸਭ ਤੋਂ ਵੱਡੀ ਇੰਪਲੋਇਰ ਹੈ, ਇੱਕ ਸਟੈਟਿਸਟਾ ਕਰਕੇ ਕੰਪਨੀ ਹੈ, ਉਹਨਾਂ ਨੇ, ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ। ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਇੰਪਲੋਇਰ, ਮਤਲਬ ਕਿ ਜਿੱਥੇ ਸਭ ਤੋਂ ਜ਼ਿਆਦਾ ਲੋਕ ਕੰਮ ਕਰਦੇ ਨੇ, ਉਹ ਕੀ ਹੈ? ਵਰਲਡ ਦੀ ਸਭ ਤੋਂ ਵੱਡੇ ਜ਼ਿਆਦਾ ਲੋਕ ਕੰਮ ਕਰਦੇ ਨੇ ਇੰਡੀਆ ਦੀ ਆਰਮੀ ਵਿੱਚ, ਡਿਫੈਂਸ ਵਿੱਚ। ਤਾਂ ਇੰਡੀਆ ਮਿਨਿਸਟਰੀ ਆਫ ਡਿਫੈਂਸ ਕਹਿੰਦੇ ਜੀ ਦੁਨੀਆ ਦੀ ਬਿਗੈਸਟ ਇੰਪਲੋਇਰ ਹੈ ਵਿਦ 2.92 ਮਿਲੀਅਨ ਪੀਪਲ। 1 ਮਿਲੀਅਨ ਦਾ ਮਤਲਬ ਹੁੰਦਾ ਹੈ 10 ਲੱਖ, 2 ਮਿਲੀਅਨ 20 ਲੱਖ, 2.92 ਮਿਲੀਅਨ 38 ਲੱਖ 20 ਹਜ਼ਾਰ ਬੰਦਾ ਆਪਣੇ ਕੋਲ, 29 ਲੱਖ 20 ਹਜ਼ਾਰ ਬੰਦਾ ਇਸ ਟਾਈਮ ਸਰਵਿਸ ਕਰ ਰਿਹਾ ਹੈ। ਜਿਹੜੀ ਰਿਪੋਰਟ ਕੱਢੀ ਹੈ ਕਿਹਨੇ ਕੱਢੀ ਹੈ? ਸਟੈਟਿਸਟਾਂ ਨੇ। ਕਿਹਨੇ ਕੱਢੀ ਹੈ? ਸਟੈਟਿਸਟਾਂ ਨੇ। ਆਪਾਂ ਫਸਟ ਤੇ ਹਾਂ, ਬਟ ਜਿਹੜਾ ਸੈਕਿੰਡ ਤੇ ਹੈ ਨਾ, ਉਹ ਵੀ ਬਹੁਤ ਹੀ ਨਾਲ ਹੈ। ਸੈਕਿੰਡ ਤੇ ਕੌਣ ਹੈ? ਸੈਕਿੰਡ ਤੇ ਸਾਡੇ ਕੋਲ ਯੂਨਾਈਟਿਡ ਸਟੇਟਸ ਦਾ ਡਿਪਾਰਟਮੈਂਟ ਆਫ ਡਿਫੈਂਸ, ਹਾਂ ਇਹ ਰਿਹਾ। ਤਾਂ ਅ ਕਲੋਜ਼ ਸੈਕਿੰਡ ਟੂ ਇੰਡੀਅਨ ਡਿਫੈਂਸ ਮਿਨਿਸਟਰੀ ਹੈ ਜੀ US ਦਾ ਡਿਪਾਰਟਮੈਂਟ ਆਫ ਡਿਫੈਂਸ ਹੈ। ਦੋਨੇ ਡਿਫੈਂਸ ਸਾਡੇ, ਇੰਡੀਆ ਵਿੱਚ 29.2 ਮਿਲੀਅਨ, ਇਹਨਾਂ ਕੋਲ, ਸੋਰੀ 2.92 ਮਿਲੀਅਨ, ਇਹਨਾਂ ਕੋਲ 2.91 ਮਿਲੀਅਨ। ਫਿਰ ਤੀਜੇ ਨੰਬਰ ਤੇ ਕੌਣ ਆਉਂਦਾ ਜੀ? ਚਾਈਨਾ ਵਾਲੇ ਆਉਂਦੇ ਨੇ। ਦੇਖੋ ਜੀ, ਪੀਪਲਸ ਲਿਬਰੇਸ਼ਨ ਆਰਮੀ,
ਡਜ਼ਨਟ ਇਨਕਲੂਡ ਸਿਵਿਲੀਅਨ ਪੋਜੀਸ਼ਨ, ਇਹਦੇ ਵਿੱਚ ਦੇਖੋ ਜੀ 2.5 million ਪੀਪਲ ਤਾਂ ਫਸਟ ਇੰਡੀਆ, ਸੈਕਿੰਡ ਅਮਰੀਕਾ, ਥਰਡ ਚਾਈਨਾ, ਹੈ ਤਿੰਨ ਡਿਫੈਂਸ ਵਾਲੇ, ਹੈ ਨਾ, ਹੈ ਤਿੰਨ ਡਿਫੈਂਸ ਵਾਲੇ। ਚਲੋ ਹਾਂਜੀ, ਕੇ ਸਿਵਨ ਅਮੰਗ 67 ਟੂ ਰਿਸੀਵ ਰਾਜੋਤਸਾ ਅਵਾਰਡਸ ਬਾਏ ਕਰਨਾਟਕਾ। ਤਾਂ ਜੀ ਇਹ ਦੇਖੋ ਕੀ ਹੈ, ਕੱਲ ਸੀਗਾ 6 ਸਟੇਟਸ ਤੇ 1 ਯੂਟੀ ਦਾ ਫਾਊਂਡੇਸ਼ਨ ਡੇ, ਪਰ ਬੱਚੇ ਕਹਿ ਰਹੇ ਸਰ ਪੰਜਾਬ ਦਾ, ਹਾਂਜੀ ਨਿਊ ਪੰਜਾਬ ਦਾ ਫਾਊਂਡੇਸ਼ਨ ਡੇ ਸੀਗਾ ਬਿਲਕੁਲ 1 November 1966, ਬਟ ਪੰਜਾਬ ਪਹਿਲਾਂ ਤੋਂ ਬਣਿਆ ਸੀਗਾ, ਪ੍ਰੋਪਰ ਫਾਰਮੇਸ਼ਨ ਡੇ ਸੀਗਾ। ਕਿਹਦਾ ਕਿਹਦਾ ਸੀਗਾ, ਹਰਿਆਣਾ ਦਾ ਸੀ, ਮੱਧ ਪ੍ਰਦੇਸ਼ ਦਾ, ਛੱਤੀਸਗੜ੍ਹ ਦਾ, ਕਰਨਾਟਕਾ ਦਾ, ਕੇਰਲਾ ਦਾ, ਆਂਧਰਾ ਪ੍ਰਦੇਸ਼ ਦਾ ਤੇ ਪੁਡੂਚੇਰੀ। ਇਹ 6 ਸਟੇਟਾਂ ਤੇ 1 ਪੁਡੂਚੇਰੀ, ਇਹਨਾਂ ਦਾ ਸੀਗਾ ਕੱਲ ਫਾਰਮੇਸ਼ਨ ਡੇ। ਤਾਂ ਫਾਰਮੇਸ਼ਨ ਡੇ ਵਾਲੇ ਦਿਨ ਕਰਨਾਟਕਾ ਦਾ ਜਿਹੜਾ ਆਪਣਾ ਇਹਨਾਂ ਦਾ ਅਵਾਰਡ ਹੈ, ਕਿਹੜਾ, ਰਾਜੋਤਸਵ ਅਵਾਰਡ, ਉਹ ਇੱਕ ਤਾਂ ਕੇ ਸਿਵਨ ਨੂੰ ਦਿੱਤਾ, ਬਾਕੀ 67 ਹੋਰ ਲੋਕਾਂ ਨੂੰ ਦਿੱਤਾ, ਤਾਂ ਉਹ ਯਾਦ ਨਹੀਂ ਕਰਨਾ, ਮਤਲਬ ਮੈਂ ਤਾਂ ਫੇਮਸ ਨਾਂ ਸੀਗਾ ਇੱਕ ਤਾਂ ਕਰਕੇ। ਤਾਂ 67 ਲੋਕਾਂ ਨੂੰ, ਕਿੰਨਿਆਂ ਨੂੰ, 67 ਲੋਕਾਂ ਨੂੰ, 67 ਲੋਕਾਂ ਨੂੰ ਇਹ ਅਵਾਰਡ ਦਿੱਤਾ ਗਿਆ। ਤਾਂ ਜੀ ਰਾਜੋਤਸਵ ਉੱਤੇ ਕਿਉਂ ਚੱਲ ਗਿਆ ਇੰਨਾ ਤਾਂ ਨੂੰ, ਹਾਂਜੀ ਆਹ ਵੇਖੋ ਕੀ ਲਿਖਿਆ, ਤਾਂ ਰਾਜੋਤਸਵ ਪ੍ਰਸ਼ਸਤੀ ਜਾਂ ਫਿਰ ਰਾਜੋਤਸਵ ਅਵਾਰਡ, ਸੈਕਿੰਡ ਹਾਈਐਸਟ ਸਿਵਿਲੀਅਨ ਆਨਰ ਹੈ ਜਿਹੜਾ ਕਰਨਾਟਕਾ ਦਾ, ਇਹਨਾਂ ਨੂੰ ਹਰ ਸਾਲ ਦਿੰਦੇ ਨੇ ਕਰਨਾਟਕਾ ਵਾਲੇ, ਠੀਕ ਹੈ ਜੀ, ਹਰ ਸਾਲ ਦਿੰਦੇ ਨੇ। ਜਿੱਦਾਂ ਬਸ ਇਹ ਮੰਨ ਲਓ ਇਹਨਾਂ ਦਾ ਪਦਮ ਵਿਭੂਸ਼ਣ ਹੋ ਗਿਆ, ਭਾਰਤ ਦਾ ਸੈਕਿੰਡ ਹਾਈਐਸਟ ਸਿਵਿਲੀਅਨ ਕਿਹੜਾ ਹੈ, ਪਦਮ ਵਿਭੂਸ਼ਣ ਹੈ, ਸਭ ਤੋਂ ਉੱਤੇ ਭਾਰਤ ਰਤਨ ਹੈ, ਉੱਦਾਂ ਹੀ ਇਹਨਾਂ ਦਾ ਸੈਕਿੰਡ ਹਾਈਐਸਟ ਸਿਵਿਲੀਅਨ ਕਿਹੜਾ ਹੋ ਗਿਆ, ਰਾਜੋਤਸਵ ਅਵਾਰਡ ਹੋ ਗਏ। ਤੇ ਕਦੋਂ ਦਿੱਤਾ ਜਾਂਦਾ ਇਹ, 1 November ਨੂੰ, ਕਿਉਂਕਿ ਉਦੋਂ ਹੁੰਦਾ ਜੀ ਕੰਨੜ ਰਾਜੋਤਸਵ ਦਿਵਸ, ਕਿਉਂਕਿ ਫਾਊਂਡੇਸ਼ਨ ਡੇ, ਜਿੱਦਾਂ ਮੈਂ ਗੱਲ ਦੱਸੀ ਫਾਊਂਡੇਸ਼ਨ ਡੇ ਹੁੰਦੀ ਹੈ, ਹੈ ਨਾ। ਚਲੋ ਲੂਲਾ ਡੀ ਸਿਲਵਾ ਡਿਫੀਟਸ ਬੋਲਸੋਨਾਰੋ ਟੂ ਰਿਟਰਨ ਐਜ਼ ਬ੍ਰਾਜ਼ੀਲਸ ਪ੍ਰੈਜ਼ੀਡੈਂਟ ਫਾਰ ਦਾ 3rd ਟਾਈਮ। ਤਾਂ ਜੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਕੌਣ ਸੀਗੇ, ਤੋਂ ਪਹਿਲਾਂ ਦੱਸਿਓ ਇੱਕ ਵਾਰ। ਬ੍ਰਿਕਸ ਬਾਰੇ ਆਪਾਂ ਬਹੁਤ ਗੱਲਾਂ ਕਰਦੇ ਹੁੰਦੇ, ਬ੍ਰਿਕਸ 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 ਕਰੀ ਹੋਈ ਆ, ਬ੍ਰਿਕਸ ਦੇ ਪੁਰਾਣੇ ਰਾਸ਼ਟਰਪਤੀ ਕੌਣ ਸੀਗੇ ਦੱਸੋ। ਤੁਹਾਡੇ ਕੋਲ ਪੇਪਰ 'ਚ ਆਇਆ ਸੀ ਨਾ ਕਿ ਕੁਆਡ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਦਾ ਨਾਂ, ਮੈਂ ਕੱਲ੍ਹ ਹੀ ਕਰਾਇਆ, ਪਰਸੋਂ ਸੋਰੀ ਕਿ ਕੱਲ੍ਹ ਕਰਾਇਆ, ਪਰਸੋਂ ਕਰਾਇਆ ਸੀ, ਉਹ ਬੈਚ ਚੱਲਿਆ ਸੀ ਜਿਹੜਾ ਕਰੰਟ ਅਫੇਅਰ ਦਾ ਪੇਡ ਬੈਚ, ਉਹਦੇ ਦੱਸਿਆ ਮੈਂ ਕਿਹਾ ਆਹ ਵੇਖੋ ਇਹ ਮੈਂ ਜੂਨ ਦੇ ਕਰੰਟ ਅਫੇਅਰ 'ਚ ਕਰਾਇਆ ਹੋਇਆ, ਵੀ ਮੈਂ ਤਾਂ ਬਲਕਿ ਇਹ ਵੀ ਦੱਸਿਆ ਹੋਇਆ ਸੀਗਾ ਵੀ 9ਵੇਂ ਨੰਬਰ ਦਾ ਰਾਸ਼ਟਰਪਤੀ ਸੀਗਾ ਜੋ ਬਾਈਡਨ, 9ਵੇਂ ਨੰਬਰ ਦਾ ਪ੍ਰਧਾਨ ਮੰਤਰੀ ਸੀਗਾ ਫੂਮੀਓ ਕਿਸ਼ੀਦਾ, 9ਵੇਂ ਨੰਬਰ ਦਾ ਪ੍ਰਧਾਨ ਮੰਤਰੀ ਸੀਗਾ ਆਸਟ੍ਰੇਲੀਆ ਦਾ ਐਂਥਨੀ ਐਲਬਨੀਜ਼। ਬੱਚੇ ਨੇ ਫਿਰ ਵੀ ਗੱਲ ਗਲਤ ਕਰਕੇ ਆਏ ਨੇ, ਕਿਉਂ, ਕਿਉਂਕਿ ਪੜ੍ਹਦਾ ਜ਼ਰੂਰ ਹੈ ਲੇਕਿਨ ਨਾ ਸ਼ਿੱਦਤ ਨਾਲ ਨਹੀਂ ਕਰੀਦੇ, ਬਸ ਹਾਂ ਠੀਕ ਹੈ ਉੱਤੋਂ ਉੱਤੋਂ ਕਰ ਲਿਆ ਦੇਖੀ ਜਾਊਗੀ, ਉਹ ਗਾਣਾ ਹੀ ਹੈ ਬਸ, ਚੱਲ ਕੋਈ ਨਾ ਬਿਲੋ ਦੇਖੀ ਜਾਓ, ਉਹ ਕਰਨ ਦਿਓ ਗੁਰਸਿੱਧੂ ਨੂੰ, ਉਹਦੀ ਤਾਂ ਦੁਕਾਨ ਚੱਲ ਗਈ ਵਧੀਆ, ਆਪਣੀ ਦੁਕਾਨ ਨਹੀਂ ਚੱਲਣੀ ਉੱਤੋਂ ਉੱਤੋਂ ਕਰਕੇ, ਤਾਂ ਥੋੜ੍ਹਾ ਜਿਹਾ ਹੈ ਨਾ ਬਹੁਤ ਵਧੀਆ। ਤਾਂ ਜੀ ਜੈਰ ਬੋਲਸੋਨਾਰੋ ਨਾਂ ਲਿਖਿਆ ਹੋਇਆ ਸੀ ਨਾ, ਜੈਰ ਬੋਲਸੋਨਾਰੋ, ਇੰਨਾ ਵੀ ਕਮਲਾ ਹੁਣ ਨਹੀਂ, ਮੈਂ ਥੋੜ੍ਹਾ ਪੂਰਾ ਨਾਂ ਦੱਸ ਦਿਆ ਕਰੋ ਯਾਰ, ਮੈਨੂੰ ਪਤਾ ਇੱਧਰ ਲਿਖਿਆ ਹੋਇਆ। ਤਾਂ ਜੈਰ ਬੋਲਸੋਨਾਰੋ ਨਾਂ ਹੈ ਜੀ, ਉਹਨੂੰ ਹਰਾ ਕੇ ਲੂਲਾ ਡੀ ਸਿਲਵਾ ਬਣ ਚੁੱਕਿਆ ਉੱਧਰ ਦਾ ਰਾਸ਼ਟਰਪਤੀ। ਮੋਦੀ ਜੀ ਦਾ ਵੈਰੀ ਗੁੱਡ ਫਰੈਂਡ ਸੀਗਾ ਜੈਰ ਬੋਲਸੋਨਾਰੋ, 2020 ਚ ਰਿਪਬਲਿਕ ਡੇ ਦੀ ਪਰੇਡ ਚ ਇਹਨੂੰ ਚੀਫ ਗੈਸਟ ਬੁਲਾਇਆ ਸੀਗਾ ਜੈਰ ਬੋਲਸੋਨਾਰੋ ਨੂੰ, ਹੈ ਨਾ, 2020 ਦੀ ਪਰੇਡ ਚ। ਚਲੋ ਤਾਂ ਬ੍ਰਾਜ਼ੀਲ ਦੀ ਇਲੈਕਟੋਰਲ ਅਥਾਰਟੀ ਨੇ ਦੱਸਿਆ ਕਿ ਲੂਇਸ ਇੰਚੀਓ ਲੂਲਾ ਡੀ ਸਿਲਵਾ, ਤਾਂ ਜੀ ਇਹਨੇ ਜੈਰ ਬੋਲਸੋਨਾਰੋ ਨੂੰ ਹਰਾ ਕੇ ਕੰਟਰੀ ਦਾ ਦੂਜਾ ਪ੍ਰਧਾਨ ਮੰਤਰੀ ਬਣ ਚੁੱਕਾ ਹੈ। ਚਲੋ ਫੀਫਾ ਵਰਲਡ ਕੱਪ ਹੋਇਆ, ਤੁਹਾਨੂੰ ਪਤਾ ਭਾਰਤ ਵਿੱਚ ਹੋ ਰਿਹਾ ਸੀਗਾ, 9ਵਾਂ ਐਡੀਸ਼ਨ ਹੋ ਰਿਹਾ ਸੀਗਾ, 7ਵਾਂ ਐਡੀਸ਼ਨ ਧਿਆਨ ਰੱਖਣਾ, 7th ਐਡੀਸ਼ਨ ਹੋ ਰਿਹਾ ਸੀਗਾ ਇਹ ਜਿਹੜਾ ਫੀਫਾ ਵਰਲਡ ਕੱਪ ਹੋ ਰਿਹਾ ਸੀਗਾ, ਅੰਡਰ 17 ਕੁੜੀਆਂ ਦਾ, ਸਪੇਨ ਨੇ ਜਿੱਤ ਲਿਆ ਜੀ, ਠੀਕ ਹੈ ਜੀ, ਸਪੇਨ ਨੇ ਜਿੱਤ ਲਿਆ। 3 ਥਾਂ ਤੇ ਹੋ ਰਿਹਾ ਸੀਗਾ ਇਹ, ਭੁਵਨੇਸ਼ਵਰ ਮਹਾਰਾਸ਼ਟਰ ਤੇ ਗੋਆ ਵਿੱਚ, ਮਤਲਬ ਉੜੀਸਾ ਮਹਾਰਾਸ਼ਟਰ ਤੇ ਗੋਆ ਵਿੱਚ ਇਹ ਹੋ ਰਿਹਾ ਸੀਗਾ, ਤੇ ਸਪੇਨ ਜਿੱਤ ਚੁੱਕੀ ਹੈ। ਆਓ ਇਹਦੇ ਬਾਰੇ ਦੋ ਗੱਲਾਂ ਕਰ ਲਈਏ ਪਿਆਰ ਦੀਆਂ। ਤਾਂ ਸਪੇਨ ਨੇ ਹਰਾਤਾ ਜਿਹੜੇ ਆਲਰੇਡੀ ਪਿਛਲੇ ਸਾਲ ਜਿਹੜੇ ਜਿੱਤੇ ਸੀਗੇ ਉਹੀ, ਸਪੇਨ ਨੇ ਹੀ ਹੁਣ ਹਰਾਇਆ ਕਿਹਨੂੰ, ਕੋਲੰਬੀਆ ਨੂੰ ਹਰਾਇਆ, ਹੋਇਆ ਕਿੱਥੇ ਮੈਚ, ਡੀਵਾਈ ਪਾਟਿਲ ਸਟੇਡੀਅਮ, ਇਹ ਪਾਟਿਲ ਲਿਖਤਾ ਗਲਤੀ ਤੋਂ, ਤਾਂ ਡੀਵਾਈ ਪਾਟਿਲ, ਪਾਟਿਲ ਹੈ ਨਾ, ਡੀਵਾਈ ਪਾਟਿਲ ਸਟੇਡੀਅਮ ਮਹਾਰਾਸ਼ਟਰ, ਮਹਾਰਾਸ਼ਟਰ ਵਿੱਚ ਕਿੱਥੇ ਹੈ, ਨਵੀਂ ਮੁੰਬਈ। ਤਾਂ ਭਾਰਤ ਵਿੱਚ 3 ਸਟੇਡੀਅਮ ਵਿੱਚ ਹੋਇਆ ਇਹ ਮੈਚ, ਕਿਹੜੇ ਕਿਹੜੇ ਸਟੇਡੀਅਮ ਤੁਸੀਂ ਦੇਖ ਸਕਦੇ ਹੋ, ਭੁਵਨੇਸ਼ਵਰ ਵਿੱਚ ਹੋਇਆ, ਕਲਿੰਗਾ ਵਿੱਚ, ਗੋਆ ਮਰਗਾਓ ਵਿੱਚ ਹੋਇਆ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ, ਤੇ ਭੁਵਨੇਸ਼ਵਰ ਵਿੱਚ ਹੋਇਆ ਕਲਿੰਗਾ ਸਟੇਡੀਅਮ ਵਿੱਚ। ਤਾਂ ਫਾਈਨਲ ਕਿੱਥੇ ਹੋਇਆ ਜੀ, ਫਾਈਨਲ ਹੋਇਆ ਇੱਥੇ ਨਵੀਂ ਮੁੰਬਈ ਵਿੱਚ, ਡੀ ਵਾਈ ਪਾਟਿਲ ਸਟੇਡੀਅਮ ਵਿੱਚ, ਠੀਕ ਹੈ, ਡੀ ਵਾਈ ਪਾਟਿਲ ਸਟੇਡੀਅਮ ਵਿੱਚ, ਧਿਆਨ ਰੱਖਣੀਆਂ ਗੱਲਾਂ। ਹੁਣ ਪੇਪਰ ਪੁਆਇੰਟ ਹੈ ਵੀ ਉਤੋਂ, ਬੈਸਟ ਪਲੇਅਰ ਬਣੀ ਸਪੇਨ ਦੀ ਵਿੱਕੀ ਲੋਪੇਜ਼, ਕਿਉਂਕਿ ਸਪੇਨ ਜਿੱਤਿਆ ਹੈ, ਬੈਸਟ ਗੋਲਕੀਪਰ ਵੀ ਬਣੀ ਸਪੇਨ ਦੀ ਸੋਫੀਆ ਫੁਐਂਟੇ, ਗੋਲ ਸਪੇਨ ਜਿੱਤਿਆ ਹੈ,
ਤੇ ਫੇਅਰ ਪਲੇ ਅਵਾਰਡ ਦਿੱਤਾ ਗਿਆ ਜੀ ਜਪਾਨ ਨੂੰ। ਕਿਹੜਾ ਮਿਲਿਆ ਜੀ? ਜਪਾਨ ਨੂੰ ਮਿਲਿਆ। ਤਾਂ ਇਹਦੇ ਬਾਰੇ ਗੱਲ ਕਰਦੇ, ਜਿਹੜੇ ਅੰਡਰ 17 ਫੀਫਾ ਵਰਲਡ ਕੱਪ ਨੇ 2008 ਵਿੱਚ ਸ਼ੁਰੂ ਹੋਇਆ ਸੀ ਤੇ ਇਹ ਵਾਲਾ ਜਿਹੜਾ ਐਡੀਸ਼ਨ ਸੀਗਾ ਇਹ ਸੀਗਾ ਸੱਤਵਾਂ ਐਡੀਸ਼ਨ। ਠੀਕ ਹੈ ਜੀ। ਕਿੰਨੇ ਤੋਂ ਹਰਾਇਆ ਸੀਗਾ ਇਹ ਵੀ ਮੈਂ ਦੱਸਿਆ ਹੋਇਆ, ਇਹਨਾਂ ਨੇ ਹਰਾਇਆ ਜੀ 1-0 ਤੋਂ, ਹੈ ਨਾ। ਹੁਣ ਤਾਂ ਪੇਪਰ 'ਚ ਇਹ ਪੁੱਛਣ ਲੱਗੇ ਨਾ ਇਹ ਵੀ ਕਿੰਨੇ ਤੋਂ ਹਰਾਇਆ ਸੀਗਾ, ਕਿੰਨੀ ਵਿਕਟਾਂ ਤੋਂ, ਕਿੰਨੇ ਰਨਾਂ ਤੋਂ। ਤਾਂ ਇਹ ਹਰਾਇਆ ਇਹਨਾਂ ਨੇ 1-0 ਤੋਂ। ਸਪੇਨ ਨੇ ਹਰਾਇਆ, ਕੋਲੰਬੀਆ ਨੇ ਹਰਾਇਆ, ਡੀ ਵਾਈ ਪਾਟਿਲ ਸਟੇਡੀਅਮ 'ਚ ਹਰਾਇਆ। ਸੱਤਵਾਂ ਐਡੀਸ਼ਨ ਸੀਗਾ, 2008 ਤੋਂ ਸ਼ੁਰੂ ਹੋਇਆ ਵਾ। ਓਡੀਸ਼ਾ ਵਿੱਚ ਹੋਇਆ ਕਲਿੰਗਾ ਸਟੇਡੀਅਮ ਵਿੱਚ, ਭੁਵਨੇਸ਼ਵਰ ਵਿੱਚ, ਗੋਆ ਵਿੱਚ ਹੋਇਆ ਮਰਗਾਓ ਸਟੇਡੀਅਮ, ਮਰਗਾਓ ਵਿੱਚ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ, ਅਤੇ ਮਹਾਰਾਸ਼ਟਰ ਵਿੱਚ ਹੋਇਆ ਨਵੀਂ ਮੁੰਬਈ ਵਿੱਚ ਡੀ ਵਾਈ ਪਾਟਿਲ ਸਟੇਡੀਅਮ ਵਿੱਚ, ਜਿੱਥੇ ਫਾਈਨਲ ਹੋਇਆ। ਡੰਡੀ ਲੈ, ਡੰਡੀ ਲੈ। ਅੱਛਾ ਯਾਰ, ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਕਰੋ ਯਾਰ, ਲਾਈਵ ਇਜ਼ ਇਕੁਅਲ ਟੂ ਲਾਈਕ ਤਾਂ ਕਰ ਦਿਓ ਘੱਟੋ ਘੱਟ, ਵੀ ਜਿੰਨੇ ਲਾਈਵ ਨੇ ਉਹਨੇ ਲਾਈਕ ਹੀ ਹੋ ਜਾਣ, ਹੈ ਨਾ, ਐਂ ਤਾਂ ਕਰ ਦਿਓ। ਚਲੋ ਅੱਗੇ ਚੱਲਦੇ ਹਾਂ ਆਪਾਂ। ਹਾਂਜੀ, ਇਹ ਤਾਂ ਕਰ ਲਿਆ ਆਪਾਂ, ਹੈ ਨਾ। ਚਲੋ ਹਾਂਜੀ, ਤਾਂ ਇੰਡੀਆ ਨੇ ਹਰਾ ਆਸਟ੍ਰੇਲੀਆ ਨੂੰ, ਜਿੱਤ ਲਿਆ ਜੀ ਥਰਡ ਸੁਲਤਾਨ ਆਫ ਜੋਹਰ ਕੱਪ। ਤਾਂ ਜੀ ਬਹੁਤ ਇੰਪੋਰਟੈਂਟ, ਅੱਜ ਕੱਲ੍ਹ ਆਪਾਂ ਬਹੁਤ ਜਿੱਤ ਰਹੇ ਨੇ, ਹੈ ਨਾ। ਤਾਂ ਜੀ ਦੇਖੋ ਜੀ, ਇੰਡੀਆ ਡਿਫੀਟਸ ਆਸਟ੍ਰੇਲੀਆ ਟੂ ਵਿਨ ਤੀਜਾ ਸੁਲਤਾਨ ਆਫ ਜੋਹਰ ਕੱਪ। ਇਹ ਹਾਕੀ ਦਾ ਕੱਪ ਹੈ, ਤੁਹਾਨੂੰ ਕਲੀਅਰ ਹੋਊਗਾ। ਤਾਂ ਇੰਡੀਆ ਜਿਹੜੀ ਜੂਨੀਅਰ ਮੈਨ ਹਾਕੀ ਟੀਮ ਹੈ ਉਹਨਾਂ ਨੇ ਜਿੱਤਿਆ ਜੀ ਸੁਲਤਾਨ ਆਫ ਜੋਹਰ ਕੱਪ, ਅਤੇ ਹਰਾਇਆ ਕਿਹਨੂੰ? ਆਸਟ੍ਰੇਲੀਆ ਤੋਂ ਹਰਾਇਆ। ਕਿੱਥੇ ਹੋਇਆ ਇਹ? ਤਾਂ ਇਹ ਹੁੰਦਾ ਹੈ ਜੀ ਮਲੇਸ਼ੀਆ ਵਿੱਚ ਹੁੰਦੀ ਹੈ ਟੂਰਨਾਮੈਂਟ, ਲਿਖਿਆ ਹੋਊਗਾ ਕਿਤੇ ਇੱਥੇ ਐਟ ਦਾ। ਹਾਂ ਇਹ ਰਿਹਾ, ਤਮਨ ਦਯਾ ਹਾਕੀ ਸਟੇਡੀਅਮ ਇਨ ਜੋਹਰ ਬਾਹਰੂ ਮਲੇਸ਼ੀਆ। ਠੀਕ ਹੈ, ਭਾਰਤ ਨੇ ਹਰਾਇਆ, ਆਸਟ੍ਰੇਲੀਆ ਨੂੰ ਹਰਾਇਆ। ਕਿਹੜਾ? ਸੁਲਤਾਨ ਜੋਹਰ ਕੱਪ। ਕਿੱਥੇ ਹੋਇਆ? ਮਲੇਸ਼ੀਆ ਵਿੱਚ। ਅਤੇ ਕਹਿੰਦੇ ਤੀਜੀ ਵਾਰ ਹੋਇਆ ਵੀ ਭਾਰਤ ਨੇ ਇਹ ਵਾਲਾ ਕੱਪ ਜਿੱਤਿਆ। ਬਹੁਤ ਇੰਪੋਰਟੈਂਟ ਗੱਲ ਧਿਆਨ ਰੱਖੋਗੇ, ਹੈ ਨਾ। ਸਪੇਨ ਨੇ ਕੋਲੰਬਾ ਨੂੰ ਹਰਾਇਆ 0-1 ਤੋਂ, 17th ਐਡੀਸ਼ਨ ਆ। ਨਿਮਰਤ ਕੌਰ, ਆਪਾਂ ਸਾਰੇ ਗਾਹ ਪਾਤਾ। ਸਪੇਨ ਨੇ ਕੋਲੰਬਾ ਨੂੰ ਹਰਾਇਆ, ਪਹਿਲੀ ਗੱਲ 0-1 ਤੋਂ ਹਾਰਦੇ ਹਰਾਉਂਦੇ ਨਹੀਂ, ਹਾਰੀਦਾ ਹੈ। ਤਾਂ ਸਪੇਨ ਨੇ ਕੋਲੰਬਾ ਨੂੰ ਹਰਾਇਆ 1-0 ਤੋਂ, ਅਤੇ ਸੱਤਵਾਂ ਐਡੀਸ਼ਨ ਆ, ਗਲਤ ਨਾ ਕਰੋ। ਸਪੇਨ ਨੇ ਕੋਲੰਬੇ ਨੂੰ ਹਰਾਇਆ 1-0 ਤੋਂ, ਅਤੇ ਇਟ ਇਜ਼ ਦਾ 7th ਐਡੀਸ਼ਨ। ਤੁਸੀਂ ਕਹਿਤਾ 0-1 ਤੋਂ, ਅਤੇ 17ਵਾਂ ਐਡੀਸ਼ਨ। ਤਾਂ ਠੀਕ ਹੈ, ਤਾਂ ਸੁਲਤਾਨ ਆਫ ਜੋਹਰ ਕੱਪ ਇੰਡੀਆ ਨੇ ਹਰਾਇਆ ਆਸਟ੍ਰੇਲੀਆ ਨੂੰ 5-4 ਤੋਂ ਮਲੇਸ਼ੀਆ ਦਾ ਟੂਰਨਾਮੈਂਟ, ਅਤੇ ਭਾਰਤ ਤੀਜੀ ਵਾਰ ਜਿੱਤ ਚੁੱਕਾ ਹੈ। ਚਲੋ, ਤਾਂ ਇਹ ਰਿਟੇਲ ਜੂਲਰੀ ਤੋਂ ਤੁਹਾਨੂੰ ਯਾਦ ਹੋਊਗਾ, ਜਿਹੜੇ ਆਪਣੇ ਨਾਲ ਜੁੜੇ ਹੋਏ ਨੇ, ਤਾਂ ਥੋੜ੍ਹੇ ਟਾਈਮ ਪਹਿਲਾਂ UAE ਨਾਲ, ਯੂਨਾਈਟਿਡ ਅਰਬ ਐਮੀਰੇਟਸ ਨਾਲ, ਇੱਕ ਕੰਪਰੀਹੈਂਸਿਵ ਇਕੋਨਮਿਕ ਪੈਕਟ ਕੀਤਾ ਸੀਗਾ ਅਸੀਂ, ਵੀ ਅਸੀਂ ਜਿਹੜੀ ਸਾਡੀ ਇਕੋਨਮੀ ਹੈ, ਠੀਕ ਹੈ, ਉਹਨੂੰ ਆਪਾਂ ਵਧੀਆ ਤਰੀਕੇ ਨਾਲ ਕਰੀਏ, ਵੀ ਅਸੀਂ ਤੁਹਾਨੂੰ ਕੁਝ ਭੇਜ ਰਹੇ ਹਾਂ, ਤੁਸੀਂ ਸਾਨੂੰ ਕੁਝ ਭੇਜ ਰਹੇ, ਅਸੀਂ ਉਹਦੇ ਉੱਤੇ ਟੈਕਸ ਨਹੀਂ ਲਾਉਂਗੇ ਜ਼ਿਆਦਾ, ਇਹੋ ਜਿਹੀ ਗੱਲਬਾਤ ਕੀਤੀ ਗਈ ਸੀਗੀ। ਤਾਂ ਆਹ ਵੇਖੋ ਜੀ, ਰਿਟੇਲ ਜੂਲਰੀ ਮੇਜਰ ਮਾਲਾਬਾਰ। ਹਾਂ ਜੀ, ਮਾਲਾਬਾਰ ਗੋਲਡ ਐਂਡ ਡਾਇਮੰਡਸ, ਬਹੁਤ ਤਗੜੀ ਕੰਪਨੀ ਹੈ। ਅਸੀਂ ਤਨਿਸ਼ਕ ਤੁਨਿਸ਼ਕ ਸੁਣਦੇ ਹਾਂ, ਤਨਿਸ਼ਕ ਹੋ ਗਿਆ, ਗੀਤਾਂਜਲੀ ਹੋ ਗਿਆ, ਅਤੇ ਹੀਰਾ ਹੈ ਸਦਾ ਕੇ ਲਈ, ਉਹ ਵਾਲੀ ਜਿਹੜੇ ਵੀ ਫਲਾਣੇ ਧਿਮਕੇ ਹੁੰਦੇ ਨੇ, ਹੈ ਨਾ। ਤਾਂ ਆਹ ਵੇਖੋ ਜੀ, ਇੱਥੇ ਕੀ ਲਿਖਿਆ? ਤਾਂ ਜੀ ਰਿਟੇਲ ਜੂਲਰੀ ਮੇਜਰ ਮਾਲਾਬਾਰ, ਇਹ ਬਣ ਚੁੱਕਾ ਜੀ ਪਹਿਲਾ ਇੰਡੀਅਨ ਜੂਲਰ ਟੂ ਇੰਪੋਰਟ 25 ਕਿਲੋ ਸੋਨਾ ਫਰੋਮ UAE। 25 ਕਿਲੋ ਸੋਨਾ ਫਰੋਮ UAE। ਹੁਣ ਦੇਖੋ, ਲੋਕਾਂ ਨੇ ਇਹਦੇ ਵਿੱਚ ਵੀ ਜਿਗਾੜ ਲਾਉਣ ਲੱਗ ਜਾਣੇ। ਲੋਕਾਂ ਨੇ ਸੋਨਾ ਤਾਂ ਲਿਆਉਣਾ ਹੁੰਦਾ, ਬਟ ਜੇ ਤੁਸੀਂ ਜਾ ਕੇ ਲੈ ਕੇ ਆ ਰਹੇ, ਤੁਹਾਨੂੰ ਲੱਗ ਜੂਗਾ ਥੋੜ੍ਹਾ ਬਹੁਤਾ ਟੈਕਸ, ਕਿ ਕੁਛ ਲਿਮਿਟ ਹੁੰਦੀ ਹੈ ਕਿ ਇੰਨਾ ਤੁਸੀਂ ਸੋਨਾ ਲਿਆ ਸਕਦੇ ਹੋ, ਇਹ ਤੋਂ ਉੱਤੇ ਜੇ ਤੁਸੀਂ ਲਾਓਗੇ ਤੁਹਾਨੂੰ ਲੱਗੂਗਾ ਟੈਕਸ। ਹੁਣ ਲੋਕਾਂ ਨੇ ਲਾਉਣ ਲੱਗ ਜਾਣਾ ਜੁਗਾੜ, ਤੁਹਾਡਾ ਬੰਦਾ ਕੰਮ ਕਰਦਾ ਤਨਿਸ਼ਕ 'ਚ, ਉਹ ਮੰਗਾ ਰਿਹਾ ਸੋਨਾ ਉੱਥੋਂ, ਅਤੇ ਉੱਥੋਂ ਉਦੋਂ ਮੰਗਾ ਲੈਣਾ। ਤੁਸੀਂ ਕਹੋਗੇ ਸਰ ਉਹਨੂੰ ਟੈਕਸ ਨਹੀਂ ਲੱਗੂਗਾ, ਲੱਗੂਗਾ ਟੈਕਸ, ਲੇਕਿਨ ਕਿੰਨਾ ਟੈਕਸ ਲੱਗੂਗਾ? 1%, ਸਿਰਫ 1%। ਆਹ ਵੇਖੋ, ਤਾਂ ਜੀ ਮਾਲਾਬਾਰ ਗੋਲਡ ਨੇ ਪਹਿਲੀ ਵਾਰੀ ਪਹਿਲਾ ਜਵੈਲਰ ਬਣਿਆ ਜਿਹਨੇ 25 ਕਿਲੋ ਮੰਗਾਇਆ ਅੰਡਰ ਕੰਪਰੀਹੈਂਸਿਵ ਇਕੋਨਮਿਕ ਪਾਰਟਨਰਸ਼ਿਪ ਐਗਰੀਮੈਂਟ, ਇਹ ਮੈਂ ਤੁਹਾਨੂੰ ਗੱਲ ਦੱਸੀ ਹੈ। ਤਾਂ ਜਿਹੜਾ ਗੋਲਡ ਮੰਗਾਇਆ ਹੈ ICICI ਬੈਂਕ ਦੇ ਥਰੂ ਮੰਗਾਇਆ, ਕਿੰਨੇ? ਸਿਰਫ 1% ਡਿਊਟੀ ਰਿਬੇਟ ਦੇ, ਵਿਦ 1% ਡਿਊਟੀ ਰਿਬੇਟ। ਦੇਖ ਰਹੇ ਹੋ ਤੁਸੀਂ, 1% ਦੀ ਛੂਟ ਮਿਲੀ ਹੈ ਉਹਨਾਂ ਨੂੰ। ਸੋਰੀ, ਜਿੰਨਾ ਵੀ ਹੈ, ਜਿੰਨਾ ਵੀ ਹੋਊਗਾ, ਮੰਨ ਲਓ ਤੁਸੀਂ ਜੇ ਆ ਰਹੇ ਹੋ, ਤੁਹਾਨੂੰ 20% ਲੱਗ ਰਿਹਾ, ਤਾਂ ਇਹਨਾਂ ਨੂੰ 1% ਘੱਟ ਹੋ ਗਿਆ। ਕੋਈ ਸਰ 1% 'ਚ ਕੀ ਬਣਿਆ? 5 ਲੱਖ ਦਾ ਭਾਜੀ 1% ਕਿੰਨਾ ਹੁੰਦਾ? 5 ਲੱਖ ਦਾ 1% ਕਿੰਨਾ ਹੁੰਦਾ? ਕੋਈ ਕਾਊਂਟ ਕਰੂਗਾ? ਹਾਂਜੀ, 5 ਲੱਖ ਦਾ 1% 5000 ਹੁੰਦਾ, ਲੇਕਿਨ 5 ਲੱਖ ਹੁੰਦਾ ਸਿਰਫ 10 ਤੋਲਾ। ਹੁਣ ਸੋਚੋ ਵੀ ਇਹਨੇ 5 ਕਰੋੜ ਰੁਪਈਆ ਮੰਗਾਉਣਾ, 5 ਕਰੋੜ ਸੋਨਾ ਮੰਗਾਉਣਾ, 5 ਕਰੋੜ ਦਾ 50,000 ਹੋ ਗਿਆ। ਹੁਣ 25 ਕਿਲੋ ਮੰਗਾਇਆ ਇਹਨੇ, 25 ਕਿਲੋ, 25 × 50,000 ਕਰਿਓ ਜਰਾ, ਉਹਦਾ 1% ਕੱਢੋ, ਕਿੰਨਾ ਫਰਕ ਪੈਂਦਾ, ਹੈ ਨਾ। ਤਾਂ ਇਹ ਗੱਲ ਧਿਆਨ ਰੱਖੋ ਮੇਰੀ, 1% ਦੀ ਛੋਟ ਦਿੱਤੀ ਇਹਨਾਂ ਨੇ, ਇਹ ਕਹਿੰਦਾ 500 ਰੁਪਈਆ। ਸੁਖਜੀਤ ਸਿਆ, 1% ਦੀ ਛੋਟ ਮਿਲੀ ਹੈ, ਹੈ ਨਾ। ਚਲੋ ਅੱਗੇ, ਰਾਜਨਾਥ ਸਿੰਘ ਜੀ ਨੇ ਵਰਚੁਅਲੀ ਲਾਂਚ ਕੀਤੇ ਜੀ 2 ਹੈਲੀਪੈਡ ਇਨ ਲਦਾਖ, ਤੇ ਨਾਲ 75 ਇਨਫਰਾਸਟ੍ਰਕਚਰ ਦੇ ਪ੍ਰੋਜੈਕਟ। ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋਣੇ,
ਅੱਜਕੱਲ ਕਿੰਨਾ ਜ਼ਿਆਦਾ ਸਰਕਾਰ ਲੱਗੀ ਹੋਈ ਹੈ ਡਿਵੈਲਪਮੈਂਟ ਪ੍ਰੋਜੈਕਟ ਵਿੱਚ। ਆਪਾਂ ਕੱਲ ਗੱਲ ਕੀਤੀ ਸੀ ਕਿ ਜਿਹੜੇ ਹੇਮਕੁੰਡ ਸਾਹਿਬ ਵਿੱਚ ਗੌਰੀਕੁੰਡ ਤੋਂ ਲੈ ਕੇ ਕੇਦਾਰਨਾਥ ਤੇ ਗੋਬਿੰਦਘਾਟ ਤੋਂ ਲੈ ਕੇ ਹੇਮਕੁੰਡ ਸਾਹਿਬ ਤੱਕ ਇੱਕ ਰੋਪਵੇ ਵੀ ਆ ਰਿਹਾ ਹੈ। ਫਿਰ ਅਸੀਂ ਦੇਖਿਆ ਉਨਾ ਵਿੱਚ ਕਹਿੰਦੇ ਜੀ ਟ੍ਰੇਨਾਂ ਚੱਲ ਗਈਆਂ, ਉਹ ਜਿਹੜੀ ਅੰਦੌਰਾ ਤੋਂ ਲੈ ਕੇ ਨਈ ਦਿੱਲੀ ਤੱਕ ਜਿਹੜੀ ਵੰਦੇ ਭਾਰਤ ਟ੍ਰੇਨ ਚੱਲੀ ਹੈ ਉੱਥੇ ਟ੍ਰਿਪਲ ITI ਹੈ ਇੱਕ, ਤਾਂ ਉਹ ਹੋ ਗਏ ਪ੍ਰੋਜੈਕਟ। ਫਿਰ ਗੁਜਰਾਤ ਵਿੱਚ ਪ੍ਰੋਜੈਕਟ ਆ ਗਏ, ਤਾਂ ਹੁਣ ਇਹ ਵਾਰੀ ਸੀਗੀ ਲੱਦਾਖ ਦੀ, ਤਾਂ ਜੀ ਇਹਨਾਂ ਨੇ ਦੋ ਹੈਲੀਪੈਡ ਲਾਂਚ ਕੀਤੇ ਨੇ। ਪਹਿਲਾਂ ਤਾਂ ਕੀ ਹੈਲੀਪੈਡ ਲਾਂਚ ਕੀਤੇ ਨੇ, ਆਹ ਦੇਖੋ ਤਾਂ ਰਾਜਨਾਥ ਸਿੰਘ ਨੇ ਲਾਂਚ ਕੀਤੇ 75 ਨਵੇਂ ਪ੍ਰੋਜੈਕਟ ਇਨਕਲੂਡਿੰਗ ਦਾ ਵਰਚੁਅਲ ਲਾਂਚ ਆਫ ਦੋ ਨਵੇਂ ਹੈਲੀਪੈਡ, ਇੱਕ ਹੈ ਹਾਨਲੇ ਵਿੱਚ ਇੱਕ ਹੈ ਠਕੂੰਗ ਵਿੱਚ। ਦੋ ਥਾਂ ਨੇ, ਇੱਕ ਹੈ ਹਾਨਲੇ ਇੱਕ ਹੈ ਠਕੂੰਗ, ਠੀਕ ਹੈ। ਤੇ ਨਾਲ ਨਾਲ ਇੱਕ ਇੰਪੋਰਟੈਂਟ ਚੀਜ਼ ਹੈ, ਇੱਕ ਨੀਂਹ ਪੱਥਰ ਰੱਖਿਆ ਜੀ ਹਿਮਾਂਕ ਏਅਰ ਡਿਸਪੈਚ ਕੰਪਲੈਕਸ ਦਾ, ਜਿਹੜਾ ਚੰਡੀਗੜ੍ਹ ਵਿੱਚ ਬਣ ਰਿਹਾ ਤੇ ਇੱਕ ਬਰੋ ਦਾ ਮਿਊਜ਼ੀਅਮ ਬਣ ਰਿਹਾ ਲੇਹ ਵਿੱਚ। ਬਰੋ ਕੌਣ ਹੈ? ਭਰਾ ਨੀ, ਬਰੋ ਮਤਲਬ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ, ਹੈ ਨਾ, ਬਾਰਡਰ ਰੋਡ ਆਰਗੇਨਾਈਜੇਸ਼ਨ। ਧਿਆਨ ਰੱਖਣਾ ਜੀ ਹਿਮਾਂਕ ਏਅਰ ਡਿਸਪੈਚ ਕੰਪਲੈਕਸ ਕਿੱਥੇ? ਚੰਡੀਗੜ੍ਹ ਵਿੱਚ। ਤੇ ਇੱਕ ਬਾਰਡਰ ਰੋਡ ਆਰਗੇਨਾਈਜੇਸ਼ਨ ਦਾ ਕੰਪਲੈਕਸ ਮਿਊਜ਼ੀਅਮ ਕਿੱਥੇ? ਲੇਹ ਵਿੱਚ। ਇੱਕ ਇੱਕ ਚੀਜ਼ ਸਵਾਲ ਬਣ ਜੂਗੀ ਪਤਾ ਆਪਣੇ ਲਈ, ਇੱਕ ਇੱਕ ਚੀਜ਼, ਹੈ ਨਾ, ਕਤਰਾ ਕਤਰਾ ਹਮਾਰੇ ਲਈ ਸਵਾਲ ਬਣ ਜਾਤਾ ਹੈ, ਤਰਾਹੀ ਤਰਾਹੀ ਹੋ ਜਾਏਗੀ ਅਗਰ ਇਸਮੇ ਦੇ ਪੇਪਰ ਮੇ ਸਵਾਲ ਆ ਗਏ ਨਾ, ਬਹਿਜਾ ਬਹਿਜਾ ਹੋ ਜਾਏਗੀ ਹਮ ਸਭ ਕੀ, ਕਿਉਂਕਿ ਇਹਦੇ ਨਾਲ ਸਾਰਾ ਹਮਨੇ ਪੜ੍ਹ ਲਿਆ ਹੈ ਔਰ ਯਾਦ ਕੁਝ ਹਮੇ ਰਹੇਗਾ ਨਹੀਂ, ਹੈ ਨਾ। ਚਲੋ, ਹੇਮਕੁੰਡ ਸਰ ਪ੍ਰੋਜੈਕਟ ਕਾਰਨ ਲੋਕਾਂ ਕੋਲ ਰੁਜ਼ਗਾਰ ਘੱਟ ਜਾਣਾ ਹਾਂ ਜੀ, ਦੋ ਚੀਜ਼ਾਂ ਨੇ ਹੁਣ, ਇੱਕ ਸਹੂਲਤ ਹੁੰਦੀ ਹੈ, ਦੂਜੀ ਹੁੰਦੀ ਹੈ ਰੁਜ਼ਗਾਰ ਵਾਲੀ ਗੱਲ। ਹੁਣ ਸਹੂਲਤ ਵੀ ਸਾਨੂੰ ਚਾਹੀਦੀ ਹੈ, ਹੁਣ ਲੋਕਾਂ ਨੂੰ ਰੁਜ਼ਗਾਰ ਵੀ ਦੇਣਾ। ਦੇਖੋ ਲੈਵਲ ਮੇਨਟੇਨ ਕਰਨਾ ਬਹੁਤ ਔਖਾ, ਤੇ ਤੁਹਾਨੂੰ ਕੀ ਲੱਗ ਰਿਹਾ ਹਰ ਕੋਈ ਰੋਪਵੇ ਤੇ ਜਾਊਗਾ? ਤੁਹਾਡੇ ਤੋਂ ਗੱਲਾਂ ਪੁੱਛੂਗਾ, ਹਰ ਕੋਈ ਰੋਪਵੇ ਤੇ ਜਾਊਗਾ? ਹੈਲੀਕਾਪਟਰ ਚੱਲ ਰਹੇ ਨੇ, ਕਿੰਨੀ ਜਨਤਾ ਹੈਲੀਕਾਪਟਰ ਚੱਲਦੀ ਹੈ, ਕਿੰਨੀ ਜਨਤਾ ਹੈਲੀਕਾਪਟਰ ਜਾਂਦੀ ਹੈ? ਅੱਜ ਇੱਕ ਹੋਰ ਵੀਡੀਓ ਲਿਆਉਂਗਾ ਮੈਂ ਤੁਹਾਡੇ ਲਈ ਕਿ ਇਸ ਵਾਰ ਜਿਹੜੀ ਕੇਦਾਰਨਾਥ ਵਾਲੀ ਯਾਤਰਾ ਸੀਗੀ, ਤਾਂ ਤੁਹਾਨੂੰ ਪਤਾ ਹੋਊਗਾ ਤਾਂ ਜੀ ਸਰਦੀਆਂ ਆ ਚੁੱਕੀਆਂ ਨੇ, ਤਾਂ ਮੰਦਰ ਦੇ ਜਿਹੜੇ ਕਪਾਟ ਨੇ ਹੁਣ ਬੰਦ ਕਰਦੇ ਨੇ ਸਰਦੀਆਂ ਕਰਕੇ, ਠੰਡ ਕਰਕੇ ਬੰਦ ਕਰ ਦਿੰਦੇ ਨੇ ਨਾ ਦਰਸ਼ਨ ਵੀ। ਤਾਂ ਹੁਣ ਅੱਜ ਕੱਲ੍ਹ ਰਿਪੋਰਟ ਆਈ ਹੈ ਵੀ ਕਿੰਨੇ ਇਸ ਟਾਈਮ ਇਸ ਵਾਰ ਬਿਜ਼ਨਸ ਕੀਤਾ, ਵੀ ਜਿਹੜੇ ਘੋੜੇ ਖੱਚਰਾਂ ਵਾਲਿਆਂ ਨੇ, ਜਿਹੜੇ ਹੈਲੀਕਾਪਟਰ ਵਾਲਿਆਂ ਨੇ ਉਹਨਾਂ ਨੇ, ਜੇ ਬਾਕੀ ਜਿਹੜੇ ਧਾਮ ਵਗੈਰਾ ਨੇ ਉੱਥੇ ਜਿਹੜੇ ਧਰਮਸ਼ਾਲਾ ਵਗੈਰਾ ਨੇ, ਉਹਨਾਂ ਨੇ ਕਿੰਨੇ ਦਾ ਬਿਜ਼ਨਸ ਕੀਤਾ, ਉਹਦੇ ਉੱਤੇ ਇੱਕ ਛੋਟੀ ਜਿਹੀ ਵੀਡੀਓ ਆਊਗੀ, ਸ਼ਾਰਟ ਵੀਡੀਓ। ਤਾਂ ਚੈਨਲ ਨੂੰ ਕੀ ਕਰਨਾ ਹੈ? ਸਬਸਕ੍ਰਾਈਬ ਕਰੋਗੇ ਤਾਂ ਹੀ ਤਾਂ ਪਤਾ ਲੱਗੂਗਾ, ਹੈ ਨਾ। ਚਲੋ, ਹਾਂਜੀ, BPCL, ਹਾਂਜੀ, ਭਾਰਤ ਪੈਟਰੋਲੀਅਮ, ਇਹਨੂੰ ਰਿਕਗਨਾਈਜ਼ ਕੀਤਾ ਗਿਆ ਕੰਟਰੀ ਦੀ ਸਭ ਤੋਂ ਸਸਟੇਨੇਬਲ ਆਇਲ ਐਂਡ ਗੈਸ ਕੰਪਨੀ। ਕਹਿੰਦੇ ਜੀ ਸਭ ਤੋਂ ਸਸਟੇਨੇਬਲ ਹੈ, ਕਹਿੰਦੇ ਜੀ ਕੁਛ ਵੀ ਆ ਜੇ, ਹਾਂਜੀ, ਬੰਦੇ ਨਿਕਲ ਜਾਣ, ਬੰਦੇ ਆ ਜਾਣ, ਤੇਲ ਮਹਿੰਗਾ ਹੋ ਜੇ ਸਸਤਾ ਹੋ ਜੇ, ਇਹ ਕੰਪਨੀ ਹੈ ਸਸਟੇਨ ਕਰ ਰਹੀ ਹੈ, ਠੀਕ ਹੈ। ਸਭ ਤੋਂ ਕਹਿੰਦੇ ਟਿਕਾਊ ਕੰਪਨੀ ਹੈ ਭਾਰਤ ਪੈਟਰੋਲੀਅਮ, ਹਾਂਜੀ, ਬਸ ਹੋਰ ਕੀ। ਭਾਰਤ ਪੈਟਰੋਲੀਅਮ ਦੁਬਾਰਾ ਤੋਂ ਨੰਬਰ 1 ਰੈਂਕ ਲੈ ਲਈ ਹੈ ਕਹਿੰਦੇ ਇੰਡੀਅਨ ਆਇਲ ਐਂਡ ਗੈਸ ਸੈਕਟਰ ਵਿੱਚ, ਜਦੋਂ ਕਿ ਇੱਕ S&P ਡਾਓ ਜੋਨ ਸਸਟੇਨੇਬਿਲਿਟੀ ਇੰਡੈਕਸ ਕੱਢੇ, ਉਹਦੇ ਵਿੱਚ BPCL ਨਿਕਲੀ ਹੈ, ਠੀਕ ਹੈ ਜੀ। ਕਿਹਨੇ ਕੱਢੀ ਰੈਂਕਿੰਗ? S&P ਡਾਓ ਜੋਨ ਸਸਟੇਨੇਬਿਲਿਟੀ ਇੰਡੈਕਸ, ਤੇ ਕਹਿੰਦੇ ਜੀ ਤੀਜਾ ਸਾਲ ਹੈ ਲਗਾਤਾਰ ਵੀ ਕਹਿੰਦੇ ਭਾਜੀ ਫਸਟ ਤੇ ਆ ਰਹੇ ਨੇ। ਸਰ ਐਨੀਮਲ ਤਾਂ ਬਹੁਤ ਬੁਰਾ ਹਾਲ ਹੈ, ਸਰਦੀ ਵਿੱਚ ਮਰ ਜਾਂਦੇ ਨੇ ਭਾਜੀ, ਸਰਦੀ ਵਿੱਚ ਮਰ ਐਨੀਮਲ, ਉਹਦੇ ਕਰਕੇ ਕਪਾਟ। ਚਲੋ ਠੀਕ ਹੈ, ਠੀਕ ਹੈ। ਥਰਡ ਕੰਜ਼ੀਕਿਊਟਿਵ ਈਅਰ ਹੈ ਕਿ ਭਾਰਤ ਪੈਟਰੋਲੀਅਮ ਨੂੰ ਇਹ ਵਾਲੇ ਇੰਡੈਕਸ ਵਿੱਚ ਟੌਪ ਮਿਲਿਆ ਹੈ। ਤਾਂ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ, ਫਾਊਂਡੇਸ਼ਨ ਈਅਰ, ਹੈੱਡਕੁਆਰਟਰ ਤੇ ਪ੍ਰਧਾਨ ਦਾ ਨਾਮ। 1952 ਮੁੰਬਈ ਤੇ ਅਰੁਣ ਕੁਮਾਰ ਸਿੰਘ ਆ ਜਾਓ, ਹਾਂਜੀ। ਤਾਂ ਯੂਨੀਅਨ ਐਜੂਕੇਸ਼ਨ ਮਿਨਿਸਟਰ ਜਿਹੜੇ ਕੌਣ ਨੇ? ਧਰਮਿੰਦਰ ਪ੍ਰਧਾਨ ਜੀ। ਇਹਨਾਂ ਨੇ ਉਦਘਾਟਨ ਕੀਤਾ ਇੰਡੀਆ ਦੇ ਦੂਜੇ ਨੈਸ਼ਨਲ ਮਾਡਲ ਵੈਦਿਕ ਸਕੂਲ ਦਾ ਪੁਰੀ ਵਿੱਚ। ਪੁਰੀ ਕਿੱਥੇ ਹੈ? ਉੜੀਸਾ ਵਿੱਚ। ਕਿੱਥੇ? ਜਿਹੜਾ ਨੈਸ਼ਨਲ ਮਾਡਲ ਵੈਦਿਕ ਸਕੂਲ, ਵੈਦਿਕ ਸਕੂਲ ਮਤਲਬ ਕਿ ਉੱਥੇ ਵੇਦਾਂ ਬਾਰੇ ਦੱਸਿਆ ਜਾਊਗਾ। ਇੱਦਾਂ ਨਹੀਂ ਹੈ ਉੱਥੇ ਵੀ ਜਿਹੜਾ ਆਪਣਾ ਬੇਸਿਕਲੀ ਸਾਡਾ ਇੰਜੀਨੀਅਰਿੰਗ, ਸਾਡੀ ਸਾਇੰਸ, ਕਾਮਰਸ, ਮੈਥ ਹੁੰਦੀ ਹੈ, ਉਹ ਨਹੀਂ ਕਰਾਇਆ ਜਾਊਗਾ, ਉਹ ਵੀ ਕਰਾਇਆ ਜਾਊਗਾ, ਲੇਕਿਨ ਇੱਧਰ ਵੇਦਾਂ ਬਾਰੇ ਜਾਣਕਾਰੀ ਜ਼ਿਆਦਾ ਦਿੱਤੀ ਜਾਊਗੀ, ਹੈ ਨਾ। ਵੇਦਾਂ ਬਾਰੇ ਤੁਸੀਂ ਪੜ੍ਹ ਰਹੇ ਹੋਣੇ ਇੱਕ ਵਾਰ, ਸਾਰੇ ਜਣੇ ਜਿਹਨਾਂ ਨੂੰ ਪਤਾ ਹੈ, ਚਾਰ ਵੇਦਾਂ ਜ਼ਰੂਰ ਰੱਖ ਲਿਖ ਦਿਓ, ਇੱਕ ਵਾਰੀ ਚਾਰ ਵੇਦਾਂ ਦੇ ਨਾਂ ਲਿਖ ਦੋਗੇ ਆਪ? ਚਾਰ ਵੇਦਾਂ ਦੇ ਨਾਂ ਲਿਖ ਦਿਓ, ਇੰਨਾ ਮੈਂ ਦੱਸਦਾ ਇਹ। ਆਹ ਵੇਖੋ, ਹਾਂਜੀ, ਰਾਸ਼ਟਰੀ ਆਦਰਸ਼ ਵੇਦ ਵਿਦਿਆਲੇ ਵਿਚ ਇਜ਼ ਆਲਸੋ ਕਾਲਡ ਦਾ ਨੈਸ਼ਨਲ ਮਾਡਲ ਵੈਦਿਕ ਸਕੂਲ, ਤਾਂ ਇਹਦਾ ਉਦਘਾਟਨ ਕੀਤਾ ਹੈ। ਤਾਂ ਰਾਸ਼ਟਰੀ ਆਦਰਸ਼ ਵੇਦ ਵਿਦਿਆਲੇ ਹੈਜ਼ ਬੀਨ ਲਾਂਚ ਟੂ ਸਪਰੈਡ ਨੌਲੇਜ ਆਫ ਦਾ ਵੇਦਾਸ ਅਮੰਗ ਪੀਪਲ, ਹੈ ਤੁਹਾਨੂੰ ਮੈਂ ਜਿੱਦਾਂ ਗੱਲ ਦੱਸੀ ਹੈ। ਤੇ ਇੰਡੀਆ ਦਾ ਸੈਕਿੰਡ ਸਕੂਲ ਹੈ, ਕਿੱਥੇ? ਪੂਰੀ ਉੜੀਸਾ ਵਿੱਚ। ਪਹਿਲਾ ਕਿੱਥੇ ਹੈ? ਪਹਿਲਾ ਇਹਦਾ ਨਾਂ ਹੈ ਮਹਾਰਿਸ਼ੀ ਸੰਦੀਪਨੀ ਰਾਸ਼ਟਰੀ ਵੇਦ ਵਿਦਿਆਲੇ ਪ੍ਰਤਿਸ਼ਠਾਨ, ਤੇ ਇਹ ਪਹਿਲਾ ਸਕੂਲ ਸੀਗਾ। ਇਹ ਕਿੱਥੇ? ਉਜੈਨ, ਮੱਧ ਪ੍ਰਦੇਸ਼ ਵਿੱਚ। ਤੇ ਉਜੈਨ ਵਿੱਚ ਤੁਹਾਨੂੰ ਪਤਾ ਹੁਣੇ ਹੁਣੇ ਕੀ ਰੈਨੋਵੇਟ ਹੋ ਰਿਹਾ? ਮਹਾਕਲੇਸ਼ਵਰ ਮੰਦਿਰ, ਬਹੁਤ ਤਗੜਾ ਮੰਦਿਰ ਹੈ, 850 ਕਰੋੜ ਰੁਪਇਆ ਲਾ ਕੇ, ਤਾਂ ਕਾਫੀ ਤਗੜਾ, ਬਹੁਤ ਕਾਫੀ ਭਵਿਆ ਮੰਦਿਰ ਬਣਾਇਆ ਉਹ। ਤਾਂ ਉੱਧਰ ਹੀ ਹੈ ਇਹ ਮਹਾਰਿਸ਼ੀ ਸੰਦੀਪਨੀ ਰਾਸ਼ਟਰੀ ਵੇਦ ਵਿਦਿਆ ਪ੍ਰਤਿਸ਼ਠਾ, ਬਹੁਤ ਵਧੀਆ। ਰਿਗਵੇਦਾ, ਸਾਮਵੇਦਾ, ਅਥਰਵੇਦਾ, ਯਜੁਰਵੇਦਾ, ਬਿਲਕੁਲ ਬਿਲਕੁਲ। ਬਟ ਪੇਪਰ ਜਦੋਂ ਲੈਣ ਜਾਓਗੇ, ਇਹਦੇ ਜਿਹੜੇ ਉਪਵੇਦ ਨੇ ਨਾ, ਉਹ ਵੀ ਜਿਹੜਾ ਧਿਆਨ ਰੱਖਣੇ ਨੇ ਆਪਾਂ, ਹੈ ਨਾ।
ਚਲੋ ਤਾਂ ਇਹਦੇ ਵਿੱਚ ਦੇਖੋ ਜੀ ਐਡਮਿਸ਼ਨ ਕਿੱਦਾਂ ਹੁੰਦੀਆਂ ਨੇ, ਕਲਾਸਾਂ ਦੇ ਨਾਂ ਦੇਖੋ ਕਿੰਨੇ ਵਧੀਆ ਲੱਗੇ ਨੇ, ਤਾਂ ਐਡਮਿਸ਼ਨਸ ਵਿਲ ਬੀ ਬੇਸਡ ਔਨ ਮੈਰਿਟ ਇਨ ਦਾ ਵੇਦ ਭੂਸ਼ਣ, ਮਤਲਬ ਕਿ ਵੇਦ ਭੂਸ਼ਣ ਮਤਲਬ ਕਿ ਕਲਾਸ 9th, ਵੇਦ ਭੂਸ਼ਣ 4th, ਪਤਾ ਨਹੀਂ ਕੀ ਲਿਖਿਆ ਇਹਨਾਂ ਨੇ, ਬੇਸਡ ਔਨ ਦਾ ਮੈਰਿਟ ਇਨ ਦਾ ਵੇਦ ਭੂਸ਼ਣ 4th ਕਲਾਸ 9th, ਵੇਦ ਭੂਸ਼ਣ 5th ਕਲਾਸ 10th, ਵੇਦ ਭੂਸ਼ਣ 1st ਕਲਾਸ 11th ਤੇ ਵੇਦ ਵਿਭੂਸ਼ਣ 2nd ਕਲਾਸ 12th. ਤਾਂ ਜੀ ਤੁਸੀਂ ਜੇ ਐਡਮਿਸ਼ਨ ਲੈਣੀ ਹੈ ਤਾਂ ਜੀ 9ਵੀਂ 10ਵੀਂ 11ਵੀਂ 12ਵੀਂ ਵਿੱਚ ਹੀ ਲੈ ਸਕਦੇ ਹੋ. ਵੇਦ ਭੂਸ਼ਣ 4th ਮਤਲਬ ਕਿ 9th, ਵੇਦ ਭੂਸ਼ਣ 5th ਮਤਲਬ ਕਿ 10th, ਵੇਦ ਵਿਭੂਸ਼ਣ 1st ਯਾਨੀ ਕਿ 11ਵੀਂ ਤੇ ਵੇਦ ਵਿਭੂਸ਼ਣ 2nd ਯਾਨੀ ਕਿ 12th. ਤਾਂ ਜੀ ਅਗਲੇ ਸਾਲ ਤੋਂ ਕੋਰਸ ਇਹਦੇ ਵਿੱਚ ਸ਼ੁਰੂ ਹੋਣਗੇ. ਹੋਰ ਸਕੂਲ ਆ ਰਹੇ ਨੇ, ਬਦਰੀਨਾਥ ਵਿੱਚ ਆ ਰਿਹਾ ਹੈ, ਸ਼੍ਰਿੰਗੇਰੀ ਵਿੱਚ ਆ ਰਿਹਾ ਹੈ, ਦੁਆਰਕਾ ਵਿੱਚ ਆ ਰਿਹਾ ਤੇ ਗੁਹਾਟੀ ਵਿੱਚ ਆ ਰਿਹਾ, ਮਤਲਬ ਕਿ ਹੋਰ ਸਕੂਲ ਆ ਰਹੇ ਨੇ, ਹੈਨਾ. ਚਲੋ ਇੱਕ ਵਾਰ ਯਾਰ ਵੀਡੀਓ ਨੂੰ ਲਾਈਕ ਤਾਂ ਕਰ ਦਿਓ ਯਾਰ, ਮੈਨੂੰ ਯਾਰ ਸਵਾਦ ਨਹੀਂ ਆ ਰਿਹਾ ਯਾਰ, ਗੱਲ ਜੀ ਨਹੀਂ ਬਣ ਰਹੀ, ਹੈਨਾ. ਨਾ ਹੁਣ ਮੈਂ ਕੀ ਝੂਮਰ ਪਾ ਕੇ ਦਿਖਾਵਾਂ ਤੁਹਾਨੂੰ, ਹੈ ਤਾਂ ਸਵਾਦ ਆਊਗਾ ਹੈ. ਚਲੋ ਇੱਕ ਵਾਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਯਾਰ, ਹੈਨਾ. ਤਾਂ ਧਿਆਨ ਰੱਖਣਾ 9, 10th, 11, 12th ਵਿੱਚ ਵੀ ਐਡਮਿਸ਼ਨ ਲੈ ਸਕਦੇ ਹੋ. ਪਹਿਲਾ ਸਕੂਲ ਸੀਗਾ ਜਿਹੜਾ ਉਜੈਨ ਵਿੱਚ ਸੀਗਾ, ਦੂਜਾ ਪੂਰੀ ਵਿੱਚ ਆ ਚੁੱਕਾ ਹੈ ਤੇ 4 ਹੋਰ ਆ ਰਹੇ ਨੇ, ਬਦਰੀਨਾਥ ਵਿੱਚ ਆ ਰਿਹਾ, ਸ਼੍ਰਿੰਗੇਰੀ ਵਿੱਚ ਆ ਰਿਹਾ, ਦੁਆਰਕਾ ਤੇ ਗੁਹਾਟੀ ਅਸਮ ਚ ਆ ਰਿਹਾ, ਹੈਨਾ. ਚਲੋ ਯੂਨੈਸਕੋ, ਤਾਂ ਜੀ ਮੇਘਾਲਿਆ ਦੀ ਇੱਕ ਮੌਮੁਲੂਹ ਕੇਵ, ਕਿਹੜੀ ਹੈ ਮੌਮੁਲੂਹ ਕੇਵ, ਇਹਨੂੰ ਸਿਲੈਕਟ ਕੀਤਾ ਗਿਆ ਪਹਿਲੀ ਇੰਡੀਅਨ ਜੀਓ ਹੈਰੀਟੇਜ ਸਾਈਟ. ਤਾਂ ਜੀ ਮੌਮੁਲੂਹ ਕੇਵ ਇਨ ਮੇਘਾਲਿਆ ਇਹ ਬਣ ਚੁੱਕੀ ਹੈ ਫਸਟ ਇੰਡੀਅਨ ਜੀਓ ਹੈਰੀਟੇਜ ਸਾਈਟ. ਤਾਂ ਇਹਦੇ ਬਾਰੇ ਪੜ੍ਹਦੇ ਹਾਂ ਕੀ ਜਾਬ ਹੈ ਇਹ, ਤਾਂ ਇੰਟਰਨੈਸ਼ਨਲ ਯੂਨੀਅਨ ਆਫ ਜੀਓਲੋਜੀਕਲ ਸਾਇੰਸਿਸ, ਹੈ ਨਾ, ਵਨ ਆਫ ਦਾ ਲਾਰਜੈਸਟ ਸਾਇੰਟਿਫਿਕ ਆਰਗੇਨਾਈਜੇਸ਼ਨ ਜਿਹੜੀ ਯੂਐਨਓ ਦੀ, ਯੂਨੈਸਕੋ ਦੀ ਸੋਰੀ, ਇਹਨਾਂ ਨੇ ਰਿਕਗਨਾਈਜ਼ ਕੀਤਾ ਜੀ ਮੌਮੁਲੂਹ ਕੇਵ ਜਿਹੜੀ ਕਿ ਈਸਟ ਖਾਸੀ ਪਹਾੜੀਆਂ ਵਿੱਚ ਪੈਂਦੀ ਹੈ, ਜਿਹੜੀ ਈਸਟ ਮੇਘਾਲਿਆ ਵਿੱਚ, ਉਹਨੂੰ ਫਸਟ 100 ਜਿਹੜੀ IUGS ਨੇ ਜੀਓਲੋਜੀਕਲ ਹੈਰੀਟੇਜ ਸਾਈਟਸ ਨੇ ਉਹਨਾਂ ਵਿੱਚ ਚੁਣਿਆ ਹੈ. ਤਾਂ ਇਹਨਾਂ ਨੇ ਟੋਟਲ 100 ਚੁਣੀਆਂ ਨੇ, ਉਹਨਾਂ ਵਿੱਚੋਂ ਭਾਰਤ ਵਿੱਚ ਕਿਹੜੀ ਆਈ ਹੈ ਮੌਮੁਲੂਹ ਕੇਵ ਹੈ ਜਿਹੜੀ ਈਸਟ ਖਾਸੀ ਹਿਲਸ ਜ਼ਿਲ੍ਹਾ ਹੈ ਜਿਹੜਾ ਮੇਘਾਲਿਆ ਵਿੱਚ, ਉਹਦੀ ਵਾਰੀ ਆਈ ਹੈ. ਠੀਕ ਹੈ ਜੀ, ਉਹਦੀ ਵਾਰੀ, ਇਹ ਉਹ ਵਾਲੀ ਸਾਈਟ ਨਹੀਂ ਹੈ, ਇਹ ਹੈਰੀਟੇਜ ਸਾਈਟ ਨਹੀਂ ਹੈ, ਪੜ੍ਹਤਾ ਲਓ ਮੈਂ ਕੀ ਕਹਿ ਰਿਹਾ ਪੰਕੂ, ਉਹ ਵਾਲੀ ਸਾਈਟ ਨਹੀਂ ਹੈ, ਇਹ ਅੱਡ ਸਾਈਟ, ਇਹ ਇੰਟਰਨੈਸ਼ਨਲ ਯੂਨੀਅਨ ਆਫ ਜੀਓਲੋਜੀਕਲ ਸਾਇੰਸਿਸ ਨੇ ਆਪਣੀ ਸਾਈਟ ਕੱਢੀ ਹੈ. ਠੀਕ ਹੈ ਜੀ, ਯੂਨੈਸਕੋ ਦੇ ਅੰਡਰ ਆਉਂਦੀ ਹੈ, ਯੂਨੈਸਕੋ ਦੇ ਅੰਡਰ ਆਉਂਦੀ ਹੈ. ਤਾਂ 100 ਸਾਈਟਾਂ ਨੇ ਭਾਰਤ ਵਿੱਚ ਆਈ ਹੈ ਇਹ ਵਾਲੀ. ਤਾਂ ਜਿਹੜੀ ਫੁੱਲ ਲਿਸਟ ਹੈ IUGS ਦੀ 60ਵੀਂ ਐਨੀਵਰਸਰੀ ਉੱਤੇ, ਜਿਹੜੀ ਜ਼ੁਮਾਇਆ ਸਪੇਨ ਵਿੱਚ ਹੋਗੀ ਉੱਥੇ ਕੱਢੂਗੀ, ਤਾਂ ਓਬਵੀਅਸਲੀ ਆਪਾਂ ਨਹੀਂ ਯਾਦ ਰੱਖਣਾ, ਆਪਾਂ ਆਪਣਾ ਹੀ ਯਾਦ ਰੱਖਣਾ ਵੀ ਐਮ ਤੋਂ ਮੇਘਾਲਿਆ, ਐਮ ਤੋਂ ਮਾਮਲੂ ਕੇਵ, ਈਸਟ ਖਾਸੀ ਜ਼ਿਲ੍ਹਾ ਵਿੱਚ ਹੈ, ਟੋਟਲ 100 ਇੱਧਰ 1. ਚਲੋ ਉਹ ਅੱਡ ਚੀਜ਼ ਹੈ ਜੀ, ਜਿਹੜੇ ਰੂਟਿੰਗ ਜਿਹੜੇ ਤੁਸੀਂ ਕਹਿ ਰਹੇ ਹੋ ਬ੍ਰਿਜ ਵਾਲਾ, ਤਾਂ ਇਹਦੀ ਮੈਜ਼ਰਮੈਂਟ ਵਗੈਰਾ ਦੇਖੋ, ਕਹਿੰਦੇ 7 ਕਿਲੋਮੀਟਰ ਲੰਬੀ ਹੈ, 4th ਲੌਂਗੈਸਟ ਕੇਵ ਇਨ ਦਾ ਇੰਡੀਅਨ ਸਬ ਕੰਟੀਨੈਂਟ ਹੈ. ਇੰਡੀਅਨ ਸਬ ਕੰਟੀਨੈਂਟ ਮਤਲਬ ਇਕੱਲਾ ਇੰਡੀਆ ਨਹੀਂ ਹੁੰਦਾ, ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਬਾਂਗਲਾਦੇਸ਼, ਭੂਟਾਨ, ਮਿਆਂਮਾਰ, ਸਾਰਾ ਕੁਝ ਇਹ ਵਾਲਾ ਜਿਹੜਾ ਏਰੀਆ ਹੈ, ਇਹਨੂੰ ਇੰਡੀਅਨ ਸਬ ਕੰਟੀਨੈਂਟ ਕਿਹਾ ਜਾਂਦਾ. ਕੇਵ ਇਜ਼ ਅ ਲੌਂਗ ਮੇਜ਼ ਵਿਦ ਵੈਨੀ ਓਪਨਿੰਗਸ ਐਂਡ ਡੈਕੋਰੇਟਿਡ ਵਿਦ ਸਟੈਲਾ, ਤੇ 4500 ਮੀਟਰ ਦੀ ਹਾਈਟ ਤੇ ਹੈ, ਇਹਨੂੰ ਕਿਹਾ ਜਾਂਦਾ ਫਸਟ ਸਟੈਗਲਮਾਈਟ ਫਾਰਮੇਸ਼ਨ. ਤਾਂ ਇਹ ਕੁਝ ਫਾਰਮੇਸ਼ਨਸ ਹੁੰਦੀਆਂ ਨੇ ਸਟੈਲਗਮਾਈਟ ਕਰਕੇ, ਠੀਕ ਹੈ ਜੀ, ਸਟੈਲੈਕਸਾਈਟ, ਸਕੈਲੈਕਟਾਈਟ ਕਰਕੇ. ਹੁੰਦਾ ਕੀ ਹੈ, ਮੰਨ ਲਓ ਛੱਤ ਤੋਂ ਪਾਣੀ ਟੁੱਪਕ ਰਿਹਾ, ਛੱਤ ਤੋਂ ਪਾਣੀ ਟੁੱਪਕ ਰਿਹਾ, ਪਾਣੀ ਤਾਂ ਨਹੀਂ ਹੁੰਦਾ, ਬਸ ਪਾਣੀ ਚੁੱਪ ਕਰਿਆ, ਜਮ 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 ਕੇ ਉਹ ਪਹਾੜ ਜਿਹਾ ਬਣ ਗਿਆ. ਮੈਂ ਤੁਹਾਨੂੰ ਹੁਣ ਫੋਟੋ ਦੀ ਲਾਈ ਤਾਂ ਹੈ ਨਾ, ਮੈਂ ਕਿਉਂ ਸਮਝਾ ਰਿਹਾ ਨਾ. ਆਹ ਦੇਖ ਰਹੇ ਹੋ, ਇਹ ਦੇਖੋ, ਇਹ ਇਹੋ ਜਿਹੀ ਫਾਰਮੇਸ਼ਨਸ, ਇਹੋ ਜਿਹੀ ਫਾਰਮੇਸ਼ਨਸ ਨੇ, ਕਹਿ ਰਹੇ ਪੂਰੀ ਦੀ ਪੂਰੀ ਕੇਵ ਵਿੱਚ ਨਾ, ਇਹ ਇਹਨੂੰ ਕਿਹਾ ਜਾਂਦਾ. ਤਾਂ ਇਹ ਸਾਡੇ ਲਈ ਓਨਾ ਇੰਪੋਰਟੈਂਟ ਹੈ ਨਹੀਂ, ਜੇ ਤੁਸੀਂ UPSC ਵਾਲੇ ਹੁੰਦੇ, PCS ਵਾਲੇ ਹੁੰਦੇ, ਤਾਂ ਤੁਹਾਨੂੰ ਮੈਂ ਸਮਝਾ ਦਿੰਦਾ ਕੀ ਜਾਬ ਜੀ ਕੀ ਹਿਸਾਬ ਕਿਤਾਬ ਹੈ, ਬਟ ਆਪਣਾ ਉਹ ਹੈ ਨਹੀਂ, ਤਾਂ ਝਿੱਲ ਰੱਖੋ, ਹੈ ਨਾ. ਚਲੋ ਇਹ 2-3 ਗੱਲਾਂ ਇਹਦੇ ਹੁਣ ਬਾਰੇ, ਇੰਟਰਨੈਸ਼ਨਲ ਯੂਨੀਅਨ ਆਫ ਜੀਓਲੋਜੀਕਲ ਸਾਇੰਸ ਬਾਰੇ ਧਿਆਨ ਰੱਖ ਲਓ, ਨਹੀਂ ਵੀ ਰੱਖੋ ਇਹ ਓਨਾ ਇੰਪੋਰਟੈਂਟ ਹੈ ਨਹੀਂ, ਮੈਂ ਵੈਸੇ ਲਿਖਤਾ, ਹੈ ਨਾ. ਚਲੋ ਯੇ ਜੇ ਜੀ ਮੈਨੂੰ ਜੇ ਜੀ ਯਾਦ ਆ ਗਿਆ, ਹੈ ਨਹੀਂ ਇੱਕ ਸਿੰਗਰ ਹੈ ਜੇ ਜੀ, ਤਾਂ ਜੇ ਵਾਈ ਲੀ ਇਹਨੂੰ ਬਣਾਇਆ ਗਿਆ ਐਜ ਐਗਜ਼ੀਕਿਊਟਿਵ ਚੇਅਰਮੈਨ ਆਫ ਸੈਮਸੰਗ ਇਲੈਕਟ੍ਰੋਨਿਕ. ਤਾਂ ਸੈਮਸੰਗ ਜਿਹੜੀ ਕੰਪਨੀ ਹੈ, ਸੈਮਸੰਗ ਦੀ ਇਲੈਕਟ੍ਰੋਨਿਕਸ ਵਾਲੀ ਕੰਪਨੀ ਹੈ. ਕਹਿੰਦੇ ਸਰ ਹੋਰ ਕੀ ਬਣਾਉਂਦੇ ਨੇ, ਹੋਰ ਕੁਝ ਬਣਾਉਂਦੇ ਨੇ ਵੈਸੇ, ਸੈਮਸੰਗ ਵਾਲੇ ਫੋਨ ਬਣਾਉਂਦੇ ਨੇ, ਇਲੈਕਟ੍ਰੋਨਿਕ ਹੀ ਹੋ ਗਿਆ ਉਹ ਵੀ, ਹੈ ਨਾ, TV ਬਣਾਉਂਦੇ ਨੇ, ਕੈਮਰੇ ਬਣਾਉਂਦੇ ਨੇ, ਹੈ ਤਾਂ ਇਲੈਕਟ੍ਰੋਨਿਕ ਹੀ, ਪਤਾ ਨਹੀਂ ਯਾਰ ਗੱਡੀਆਂ ਕਿਹੜਾ ਬਣਾਉਂਦੇ ਨੇ. ਤਾਂ ਜੀ ਕਹਿੰਦੇ ਜੇ ਵਾਈ ਲੀ ਇਹ ਬਣ ਚੁੱਕੇ ਨੇ ਐਗਜ਼ੀਕਿਊਟਿਵ ਚੇਅਰਮੈਨ ਆਫ ਸੈਮਸੰਗ ਇਲੈਕਟ੍ਰੋਨਿਕਸ. ਕੀ ਬਣ ਚੁੱਕੇ ਨੇ ਇਹ, ਐਗਜ਼ੀਕਿਊਟਿਵ ਚੇਅਰਮੈਨ ਆਫ ਸੈਮਸੰਗ ਇਲੈਕਟ੍ਰੋਨਿਕਸ ਬਣ ਚੁੱਕੇ ਨੇ. ਇਹ ਬਸ ਅਪੁਆਇੰਟਮੈਂਟ ਹੈ, ਹੋਰ ਕੁਛ ਨਹੀਂ ਇਹਦੇ ਵਿੱਚ. ਸੈਮਸੰਗ ਬਾਰੇ ਇੰਪੋਰਟੈਂਟ, 1969 ਫਾਊਂਡਰ ਲੀ ਬਿਅੰਗ ਚੂਲ, ਤੇ ਹੈੱਡਕੁਆਰਟਰ ਕਿੱਥੇ, ਸੁਵੋਨ ਸੀ, ਸਾਊਥ ਕੋਰੀਆ. ਚਲੋ ਯਾਰ ਕੋਵਾਈ ਉਹੀ ਮਿਸਾਮਾ ਦੀ ਗੱਲ ਸੁਣ ਲਓ ਇੱਕ ਵਾਰ, ਲਾਈਕ ਇਜ਼ ਇਕੁਅਲ ਟੂ ਲਾਈਵ ਇਕੁਅਲ ਕਰ ਦਿਓ ਗਾਇਜ਼,
ਇਹ ਸੀਜੀਐਲ ਲਈ ਵੀ ਇਹ ਬਹੁਤ ਇੰਪੋਰਟੈਂਟ ਹੈ ਸੰਤੋਖ ਸਿੰਘ ਜੀ, ਸੀਜੀਐਲ ਦਾ ਪੇਪਰ ਲੈਣਾ ਤੁਸੀਂ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ। ਚਲੋ ਇਹਨੂੰ ਆਪਾਂ ਕੱਲ ਕਰਦੇ ਹਾਂ। ਹਾਂਜੀ ਤਾਂ ਜੀ, ਆਕਾਂਸ਼ਾ ਵਿਆਹਵਰੇ ਤਾਂ ਜੀ ਮਹਾਰਾਸ਼ਟਰ ਤੋਂ ਬਿਲੋਂਗ ਕਰਦੀ ਹੈ ਕੁੜੀ, ਇਹਨੇ 3 ਨਵੇਂ ਨੈਸ਼ਨਲ ਰਿਕਾਰਡ ਬਣਾਤੇ ਐਟ ਖੇਲੋ ਇੰਡੀਆ ਵੇਟ ਲਿਫਟਿੰਗ ਮੀਟ। ਤਾਂ ਜੀ ਇੰਪੋਰਟੈਂਟ ਚੀਜ਼, ਬਹੁਤ ਸਪੋਰਟਸ ਬਹੁਤ ਕਰੰਟ ਅਫੇਅਰ ਆ ਰਹੇ ਨੇ। ਬੱਚਿਆਂ ਨੂੰ ਲੱਗਦਾ ਸੀਗਾ ਯੂਪੀਐਸਸੀ ਸਪੋਰਟਸ ਤੋਂ ਨਹੀਂ ਪੁੱਛਦਾ, ਇਸ ਵਾਰ ਬੱਚਾ ਉਸ ਉਹਦੇ ਵਿੱਚ ਵੀ ਯੂਪੀਐਸਸੀ ਨੇ ਸਪੋਰਟਸ ਤੋਂ ਸਵਾਲ ਪੁੱਛ ਲਏ। ਤਾਂ ਜੀ ਆਕਾਂਸ਼ਾ ਵਿਆਹਵਰੇ ਕਰਕੇ ਕੁੜੀ ਹੈ, ਖੇਲੋ ਇੰਡੀਆ ਵੇਟ ਲਿਫਟਿੰਗ ਮੀਟ ਹੋਈ ਸੀ ਤਾਂ ਜੀ 3 ਨੈਸ਼ਨਲ ਰਿਕਾਰਡ ਖੜੇ ਕਰਤੇ। ਕਹਿੰਦੇ ਕੁੜੀ ਕਹਿੰਦੀ ਐਂ ਕਰਕੇ ਕਹਿੰਦੀ ਆਓ। ਤਾਂ ਦੇਖੋ ਕੀ ਕਰਤਾ, ਤਾਂ ਆਕਾਂਸ਼ਾ ਵਿਆਹਵਰੇ ਮਹਾਰਾਸ਼ਟਰ ਦੀ ਕੁੜੀ ਹੈ, 3 ਨੈਸ਼ਨਲ ਰਿਕਾਰਡ ਕਰਤੇ ਨੇ 40 kg ਵੇਟ ਕੈਟੇਗਰੀ ਵਿੱਚ। ਠੀਕ ਹੈ ਜੀ, 40 kg ਵੇਟ ਕੈਟੇਗਰੀ ਵਿੱਚ ਕਿਹੜੇ ਕਿਹੜੇ ਰਿਕਾਰਡ ਕੀਤੇ? ਇੱਕ ਤਾਂ ਆਪਣਾ ਜਿਹੜਾ ਸਨੈਚ ਨੈਸ਼ਨਲ ਰਿਕਾਰਡ ਹੈ ਉਹ 60 kg ਕੀਤਾ। ਉਹ ਐ ਨਹੀਂ ਹੁੰਦਾ ਐਂ ਕਰਕੇ ਐਂ ਕਰਦੇ ਨੇ ਫਿਰ ਐਂ ਚੱਕਦੇ ਨੇ, ਇਹਨੂੰ ਕਿਹਾ ਜਾਂਦਾ ਸਨੈਚ। ਤਾਂ ਇਹਨੇ ਕਿੰਨਾ ਕਰਤਾ? 60 kg। ਸ਼ੀ ਰਿਕਾਰਡਿਡ 71 kg ਇਨ ਦਾ ਕਲੀਨ ਜਰਕ। ਤਾਂ ਕਲੀਨ ਜਰਕ ਮਤਲਬ ਕਿ ਐਂ ਕਰਕੇ ਪੂਰਾ ਉੱਤੇ ਚੱਕ ਲਓ। ਠੀਕ ਹੈ ਜੀ, ਸੋਰੀ ਸਨੈਚ ਹੁੰਦਾ ਸਿੱਧਾ ਹੀ ਐਂ ਕਰਤਾ ਸ਼ਾਇਦ, ਹਾਂ ਸਨੈਚ ਹੁੰਦਾ ਉਹ, ਕਲੀਨ ਐਂਡ ਜਰਕ ਹੁੰਦਾ ਇਹ ਕਰਕੇ ਫਿਰ ਐਂ ਚੱਕਤਾ 71 kg ਐਂਡ ਰਜਿਸਟਰਡ ਆ ਟੋਟਲ ਲਿਫਟ ਆਫ 131 kg। ਤਾਂ ਮੈਂ ਤਾਂ ਵੈਸੇ ਤੁਹਾਨੂੰ ਦੱਸਣ ਲੱਗਿਆ ਮੈਂ, ਤਾਂ 3 ਰਿਕਾਰਡ ਹੋ ਗਏ, ਇੱਕ ਤਾਂ ਸਨੈਚ ਵਿੱਚ ਆਇਆ, ਇੱਕ ਕਲੀਨ ਐਂਡ ਜਰਕ ਵਿੱਚ ਆਇਆ, ਇੱਕ ਟੋਟਲ ਲਿਫਟ ਵਿੱਚ ਆ ਗਿਆ। ਠੀਕ ਹੈ ਸਰ, ਇਹਨਾਂ ਦੇ ਨਾਮ ਯਾਦ ਨਹੀਂ ਹੁੰਦੇ, ਬਹੁਤ ਹੋ ਗਏ। ਜੋਤੀ ਗਿੱਲ ਜੇ ਡੇਲੀ ਰੀਡਿੰਗ ਕਰੋਗੇ, ਦੇਖੋ ਹੁਣ ਤੋਂ ਕੱਲ੍ਹ ਤੋਂ ਆਪਾਂ ਰਿਵੀਜ਼ਨ ਵੀ ਕਰਾਂਗੇ ਕਲਾਸ 'ਚ, ਤਾਂ ਇਹ ਕਲਾਸ 'ਚ ਅੱਧੀ ਰਿਵੀਜ਼ਨ ਤੁਹਾਡੀ ਪੂਰੀ ਹੋ ਜੂਗੀ, ਤੁਹਾਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਪਊਗੀ। ਅਤੇ ਪੇਪਰ ਦੇ ਨੇੜੇ ਤੇੜੇ ਮੈਂ ਕਹਿੰਦਾ ਜੇ ਤੁਸੀਂ ਕਿਸੇ ਬੈਚ ਵਿੱਚ ਐਨਰੋਲਡ ਹੋ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਦੇਖੋ ਸੈਲਫ ਸਟੱਡੀ ਨਾਲ ਪੇਪਰ ਜ਼ਰੂਰ ਪਾਸ ਹੋ ਸਕਦਾ ਹੈ, ਬਟ ਬਿਨਾਂ ਗਾਈਡੈਂਸ ਦੇ ਨਹੀਂ। ਮੈਂ ਬੱਚਿਆਂ ਨੂੰ ਬਹੁਤ ਵਾਰ ਗੱਲ ਕਰਦਾ, ਮੇਰੇ ਕੋਲ ਬੱਚਿਆਂ ਦੇ ਗੱਲ ਆਉਂਦੇ ਨੇ ਕਿ ਸਰ ਬਿਨਾਂ ਕੋਚਿੰਗ ਦੇ ਹੋ ਜੂਗਾ, ਮੈਂ ਕਿਹਾ ਯਾਰ ਹੋ ਜੂਗਾ, ਕੋਈ ਵੱਡੀ ਗੱਲ ਹੈ ਨਹੀਂ, ਬਟ ਸਿੱਧੀ ਜੀ ਗੱਲ ਹੈ ਕਿਸੇ ਨਾ ਕਿਤੇ ਨਾ ਕਿਤੇ ਤੁਹਾਨੂੰ ਯਾਰ ਗਾਈਡੈਂਸ ਤਾਂ ਲੈਣੀ ਪੈਣੀ ਹੈ, ਹੈ ਨਾ। ਹੁਣ ਕਿਹੜੀ ਚੀਜ਼ ਛੱਡ ਕੇ ਜਾਣੀ ਹੁੰਦਾ ਯਾਰ, ਦੇਖੋ ਸਾਰਾ ਹਰ ਆਪਾਂ ਹਰ ਚੀਜ਼ ਵਿੱਚ ਤੇਜ਼ ਨਹੀਂ ਹੁੰਦੇ। ਮੰਨ ਲਓ ਮੈਨੂੰ ਰੀਜ਼ਨਿੰਗ ਨਹੀਂ ਆਉਂਦੀ, ਮੰਨ ਲਓ ਤਾਂ ਮੈਂ ਕਿਸੇ ਪੁੱਛੂੰਗਾ ਯਾਰ ਮੈਂ ਰੀਜ਼ਨਿੰਗ ਦਾ ਕੀ ਕਰਾਂ, ਮੈਂ ਮੈਨੂੰ ਕਰਾਓ ਕੁਛ ਹਿਸਾਬ ਕਿਤਾਬ, ਰੀਜ਼ਨਿੰਗ ਦਾ ਕੀ ਕਰਾਂ ਮੈਂ? ਤਾਂ ਯਾਰ ਉਹ ਮੈਨੂੰ ਦੱਸ ਦੂਗਾ ਕਿ ਯਾਰ ਇਹ ਵਾਲਾ ਟੋਪਿਕ ਕਰ ਲਾ, ਇਹ ਵਾਲਾ ਛੱਡ ਕੇ ਚੱਲ ਜਾ, ਉਹ ਵਾਲਾ ਕਰ ਲਾ। ਠੀਕ ਹੈ, ਕਿਉਂਕਿ ਦੇਖੋ ਟਾਈਮ ਦੇ ਨਾਲ ਨਾ ਪੇਪਰ ਵੀ ਚੇਂਜ ਹੋ ਰਹੇ ਨੇ। ਹੁਣ ਜੇ ਪਿਛਲੇ ਸਾਲ ਜਿਹੜਾ ਪ੍ਰੀਵੀਅਸ ਈਅਰ ਪੇਪਰ ਸੀਗਾ, ਤੁਸੀਂ ਜੇ ਲਾਓ ਨੈਬ ਤਹਿਸੀਲਦਾਰ ਦਾ ਪੇਪਰ ਤੇ ਕੋਆਪਰੇਟਿਵ ਇੰਸਪੈਕਟਰ, ਇਸ ਸਾਲ ਦੇ ਦੋ ਪੇਪਰਾਂ ਵਿੱਚ ਦੇਖ ਲਓ ਕਿੰਨਾ ਫਰਕ ਪੈ ਗਿਆ। ਟਾਈਪ ਆਫ ਕੁਐਸਚਨ ਚੇਂਜ ਹੋ ਗਏ, ਲੈਵਲ ਉਹੋ ਜਿਹਾ ਸੀਗਾ, ਟਾਈਪ ਆਫ ਕੁਐਸਚਨ ਚੇਂਜ ਹੋ ਗਏ, ਕੁਐਸਚਨ ਪੁੱਛਣ ਦਾ ਢੰਗ ਬਦਲ ਗਿਆ। ਹੁਣ ਕੁਆਡ ਬਾਰੇ ਆਪਾਂ ਪੜ੍ਹਿਆ ਬਹੁਤ ਨਾ, ਕੁਆਡ ਇੰਡੀਆ USA ਜਪਾਨ ਆਸਟ੍ਰੇਲੀਆ, ਲੇਕਿਨ ਪੇਪਰ ਵਿੱਚ ਕੀ ਪੁੱਛਿਆ ਗਿਆ ਕਿ ਕੁਆਡ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਉਹਨਾਂ ਦੇ ਨਾਂ ਕੀ ਨੇ? ਬੱਚੇ ਉਹ ਗਲਤ ਕਰਕੇ ਆਏ। ਫਿਰ ਅਗਲੀ ਵਾਰ ਪੁੱਛ ਸਕਦੇ ਨੇ ਵੀ ਜਿਹੜੇ ਪ੍ਰਧਾਨ ਮੰਤਰੀ ਨੇ, ਮੰਨ ਲਓ ਜੋ ਬਾਈਡਨ 46th ਰਾਸ਼ਟਰਪਤੀ ਨੇ, ਤੁਹਾਡੇ ਤੋਂ ਪੁੱਛ ਸਕਦੇ ਨੇ। ਫੂਮੀਓ ਕਿਸ਼ੀ ਦਾ 100ਵੇਂ 100th ਪ੍ਰਾਈਮ ਮਿਨਿਸਟਰ ਨੇ ਜਪਾਨ ਦੇ, ਉਹ ਪੁੱਛ ਸਕਦੇ ਨੇ। ਐਂਥਨੀ ਐਲਬਨੀ ਆਸਟ੍ਰੇਲੀਆ ਵਾਲੇ, ਉਹ ਕੀ ਹੋ ਸਕਦੇ ਨੇ, ਉਹ ਕਰ ਸਕਦੇ ਨੇ 31ਵੇਂ ਨੰਬਰ ਦੇ ਪ੍ਰਧਾਨ ਮੰਤਰੀ ਨੇ, ਉਹ ਪੁੱਛ ਸਕਦੇ ਨੇ। ਹੁਣ ਤੁਹਾਡੇ ਕੋਲੋਂ ਮੰਨ ਲਓ ਪੁੱਛਿਆ ਜਾ ਸਕਦਾ ਹੈ ਕਿ ਕੀ ਐਗਜ਼ਾਮਪਲ ਦੇਵਾਂ ਤੁਹਾਨੂੰ ਹੋਰ, ਮਤਲਬ ਚੇਂਜ ਹੋ ਰਿਹਾ ਟਾਈਮ ਦੇ ਨਾਲ। ਹੁਣ ਤੁਹਾਡੇ ਤੋਂ, ਹਾਂ ਦੇਖੋ IPL ਬਾਰੇ ਆਪਾਂ ਪੜ੍ਹਦੇ ਕੀ ਸੀਗੇ, IPL ਬਾਰੇ ਆਪਾਂ ਪੜ੍ਹ ਲਿਆ, ਹਾਂਜੀ ਗੁਜਰਾਤ ਟਾਈਟਨ ਦੇ ਕੈਪਟਨ ਹਾਰਦਿਕ ਪਾਂਡਿਆ ਹਰਾਤਾ, ਰਾਜਸਥਾਨ ਰਾਇਲ ਕੈਪਟਨ ਸੰਜੂ ਸੈਮਸਨ, ਲੇਕਿਨ ਟਾਈਮ ਦੇ ਨਾਲ ਕੀ ਪੁੱਛ ਲਿਆ ਵੀ ਕਿੰਨੀਆਂ ਵਿਕਟਾਂ ਤੋਂ, ਕਿੰਨੇ ਰਨਾਂ ਤੋਂ ਹਰਾਇਆ? ਹੁਣ ਸਾਨੂੰ ਨਹੀਂ ਪਤਾ, ਦੇਖੋ ਚੀਜ਼ਾਂ ਇਵਾਲਵ ਹੋ ਰਹੀਆਂ ਨੇ, ਹੁਣ ਸਾਨੂੰ ਵੀ ਉਹੀ ਹੈ। ਤਾਂ ਹੀ ਮੈਂ ਤੁਹਾਨੂੰ ਦੱਸ ਰਿਹਾ, ਸੁਲਤਾਨ ਜੌਹਰ ਕੱਪ 5-4 ਤੋਂ, ਸਪੇਨ ਨੇ ਹਰਾਇਆ ਕੋਲੰਬੀਆ ਨੇ 1-0 ਤੋਂ, ਤਾਂ ਇੱਕ ਇੱਕ ਚੀਜ਼ ਹੁਣ ਕਵਰ ਕਰਨੀ ਪੈਣੀ, ਕਿਉਂਕਿ ਦੇਖੋ ਜੀ ਟਾਈਮ ਦੇ ਨਾਲ ਹਰ ਚੀਜ਼, ਟਾਈਮ ਦੇ ਨਾਲ ਹਰ ਚੀਜ਼ ਇਵਾਲਵ ਹੋ ਰਹੀ ਹੈ, ਤਾਂ ਤੁਸੀਂ ਕਿਉਂ ਨਾ ਹੋ? ਤੇ ਆਪਣੇ ਆਪ ਪੜ੍ਹ ਕੇ ਕਦੇ ਇਵਾਲਵ ਨਹੀਂ ਹੁੰਦਾ, ਕਿਉਂਕਿ ਤੁਸੀਂ ਜਦੋਂ ਯੂਟਿਊਬ ਖੋਲੋਗੇ, ਲਿਖ ਕੇ ਦੇਣਾ ਆਓ ਤੁਹਾਨੂੰ ਮੈਂ ਦਿਖਾਉਣਾ, ਹੈ ਨਾ, ਅੱਜ ਤੁਹਾਡੀ ਮੈਂ ਦਿਖਾਉਣਾ, ਤੁਸੀਂ ਕਹਿੰਦੇ ਹਾਂਜੀ ਸਰ ਆਪਣੇ ਆਪ ਕੱਢ ਕੇ ਕਰ ਲਏਂਗੇ, ਅੱਜ ਦਿਖਾਉਣਾ ਤੁਹਾਨੂੰ ਮੈਂ। ਤਾਂ ਮੈਂ ਯੂਟਿਊਬ ਖੋਲਿਆ ਮੈਂ, ਠੀਕ ਹੈ ਯੂਟਿਊਬ ਖੋਲਿਆ ਮੈਂ, ਇੱਥੇ ਲਿਖੂੰਗਾ ਮੈਂ ਤੁਸੀਂ ਕੀ ਪੜ੍ਹਨਾ ਚਾਹੁੰਦੇ, ਮੰਨ ਲਓ ਤੁਸੀਂ ਡਾਇਰੈਕਸ਼ਨ ਪੜ੍ਹਨਾ, ਡਾਇਰੈਕਸ਼ਨ ਟੈਸਟ, ਹੈ ਨਾ, ਇੱਧਰ ਮੈਂ ਲਿਖਤਾ ਜੀ ਡਾਇਰੈਕਸ਼ਨ ਡਿਸਟੈਂਸ ਰੀਜ਼ਨਿੰਗ, ਠੀਕ ਹੈ ਇਹ ਕਰਤਾ। ਹੁਣ ਇਹ ਵੀਡੀਓ ਦੇਖੋ ਕਦੋਂ ਦੀ ਆਈ ਆਊਗੀ, 2 ਸਾਲ ਪੁਰਾਣੀ ਵੀਡੀਓ ਆਈ ਹੈ। ਕਿੰਨੀ ਆਈ ਹੈ? 2 ਸਾਲ ਪੁਰਾਣੀ ਵੀਡੀਓ, ਸਾਲ ਪੁਰਾਣੀ ਵੀਡੀਓ ਆਈ ਹੈ, ਠੀਕ ਹੈ ਜੀ, ਸਾਲ ਪੁਰਾਣੀ ਵੀਡੀਓ, 4 ਸਾਲ ਪੁਰਾਣੀ ਵੀਡੀਓ ਆਈ ਹੈ। ਤੇ ਤੁਸੀਂ ਕੀ ਦੇਖ ਕੇ ਜਾਓਗੇ ਮੈਨੂੰ, ਮੈਂ ਤੁਹਾਡੀ ਮੈਂਟੈਲਿਟੀ ਦੱਸ ਰਿਹਾ, ਕੀ ਦੇਖ ਕੇ ਜਾਓਗੇ? ਇਹਦੇ ਉੱਤੇ 7.5 lakh ਵਿਊ, ਠੀਕ ਹੈ, ਇਹ ਸ਼ਾਇਦ ਦੇਖ ਸਕਦੇ ਹੋ 2 ਸਾਲ ਪੁਰਾਣੀ, ਲੇਕਿਨ 44,000 ਨਹੀਂ ਦੇਖੋਗੇ, 3.5 lakh ਸ਼ਾਇਦ ਦੇਖ ਲਓਗੇ, 29,000 ਨਹੀਂ ਦੇਖੋਗੇ, 3.5 lakh ਨਹੀਂ ਦੇਖੋਗੇ, ਲੇਕਿਨ ਜਦੋਂ ਇੱਥੇ ਆਓਗੇ ਤੁਹਾਨੂੰ ਦਿਖੋਗਾ ਜੀ 1 million ਵਿਊ ਹੈ, ਤੁਸੀਂ ਇਹਦੇ ਉੱਤੇ ਕਲਿੱਕ ਕਰ ਦੋਗੇ। ਗਲਤ ਕਹਿ ਰਿਹਾ ਮੈਂ? ਗਲਤ ਕਹਿ ਰਿਹਾ ਤਾਂ ਦੱਸੋ, ਗਲਤ ਕਹਿ ਰਿਹਾ ਮੈਂ, ਹੈ ਨਾ, ਤੁਸੀਂ 1 million ਦੇਖ ਕੇ ਕਰ ਦੋਗੇ ਕਲਿੱਕ, ਲੇਕਿਨ ਉਹ ਵੀਡੀਓ ਹੈ 4 ਸਾਲ ਪੁਰਾਣੀ, 4 ਸਾਲ 'ਚ ਕਿੰਨੇ ਪੇਪਰ ਆ ਚੁੱਕੇ ਨੇ, ਕਿੰਨੇ ਇਵਾਲਵ ਹੋ ਚੁੱਕੀ ਹੈ, ਕਿੰਨਾ ਇਵਾਲਵ ਹੋ ਚੁੱਕਿਆ। ਤੇ ਅਸੀਂ ਪੰਜਾਬ ਦੇ ਪੇਪਰ ਦੀ ਤਿਆਰੀ ਕਰ ਰਹੇ ਹਾਂ, ਇਹ ਕੀ ਕਰਾ ਰਿਹਾ ਬਾਈ ਜੀ? ਇਹ ਸਾਰੇ ਕਰਾਉਂਦੇ ਹੁੰਦੇ ਨੇ ਬੈਂਕ ਵਾਲੇ ਪੇਪਰਾਂ 'ਚ, ਹੁਣ ਕੀ ਕਰੋਗੇ? ਕੀ ਕਰਨਾ ਆਪਾਂ ਬੈਂਕ ਦਾ ਪੇਪਰ ਦੇ ਕੇ? ਬੈਂਕ ਦਾ ਪੇਪਰ ਦੇਣਾ ਸੀ, ਤਾਂ ਫਰਕ ਬਹੁਤ ਮੈਚ ਕਰਦਾ ਯਾਰ,
ਤਾਂ ਬੱਚੇ ਕਹਿੰਦੇ ਸਰ ਹੋ ਜਾਊਗਾ ਪੇਪਰ, ਬਿਲਕੁਲ ਹੋ ਜਾਊਗਾ ਬਿਨਾ ਬਿਨਾ ਕੋਚਿੰਗ ਤੋਂ, ਬਟ ਗਾਈਡੈਂਸ ਜ਼ਰੂਰੀ ਹੈ, ਗਾਈਡੈਂਸ ਬਹੁਤ ਜ਼ਰੂਰੀ ਹੁੰਦੀ ਹੈ। ਮੈਂ ਹਮੇਸ਼ਾ ਐਗਜ਼ਾਮਪਲ ਦੇਣਾ ਵਿਰਾਟ ਕੋਹਲੀ ਯਾਰ, ਉਹਨੂੰ ਕਿਆ ਕ੍ਰਿਕਟ ਖੇਡਣਾ ਨਹੀਂ ਆਉਂਦਾ ਕਿਆ? ਬੀਸੀਸੀਆਈ ਬੇਵਕੂਫ ਹੈ ਕਿਆ? 2-2 ਕਰੋੜ ਰੁਪਏ ਦੇ ਰਹੇ ਰਾਹੁਲ ਦ੍ਰਾਵਿਡ ਨੂੰ, ਉਹਨਾਂ ਦੇ ਨਾਲ ਰਹਿਣ ਦਾ ਜਵਾਈ ਲੱਗਦਾ ਉਹਨਾਂ ਦਾ? ਉਹ ਰਵੀ ਸ਼ਾਸਤਰੀ ਉਹਨਾਂ ਦਾ ਪ੍ਰਾਹੁਣਾ ਸੀ? ਨਹੀਂ ਨਾ ਯਾਰ, ਨਹੀਂ ਸੀ ਪ੍ਰਾਹੁਣਾ, ਕਿਉਂਕਿ ਕੰਮ ਆਉਂਦੀਆਂ ਨੇ ਇਹ ਚੀਜ਼ਾਂ, ਹੈ ਨਾ। ਤਾਂ ਓਦਾਂ ਹੀ ਮੈਂ ਇਹੀ ਕਹੂੰਗਾ ਤੁਹਾਨੂੰ ਕਿ ਜਿਹੜੇ ਹੁਣ ਬੈਚ ਨੇ, ਬੈਚ ਸਾਰੇ ਕਿਉਂ ਸਾਰੇ ਸਟਾਰਟ ਹੋ ਚੁੱਕੇ ਨੇ ਆਲਰੇਡੀ, ਠੀਕ ਹੈ ਜੀ। ਇਹ ਜਿਹੜੇ 3 ਬੈਚ ਨੇ ਇਹਨਾਂ ਉੱਤੇ ਬਹੁਤ ਹੀ ਤਗੜਾ ਪ੍ਰਾਈਜ਼ ਡ੍ਰੌਪ ਹੋਇਆ ਹੋਇਆ ਹੈ, ਇਹਨਾਂ ਤਿੰਨਾਂ ਉੱਤੇ ਪ੍ਰਾਈਜ਼ ਡ੍ਰੌਪ ਹੋਇਆ ਹੋਇਆ ਹੈ। ਤਾਂ ਇਹ ਸਾਰੇ ਤੁਹਾਨੂੰ ਪਹਿਲਾਂ ਦੇਖੋ 1610 1610-1610 ਦੇ ਪੈਂਦੇ ਸੀਗੇ, ਲੇਕਿਨ ਹੁਣ ਤਿੰਨਾਂ ਉੱਤੇ ਬਹੁਤ ਹੀ ਤਗੜਾ ਪ੍ਰਾਈਜ਼ ਡ੍ਰੌਪ ਕਰਤਾ ਇਹਨਾਂ ਨੇ। ਤਾਂ ਇਹ ਮਸਾਂ ਹੀ ਤੁਹਾਨੂੰ ਕਿੰਨੇ ਕਿੰਨੇ ਦੇ, ਮਸਾਂ ਹੀ ਤੁਹਾਨੂੰ 1400-1400 ਰੁਪਏ ਦਾ ਪੈ ਜਾਊਗਾ ਤੁਹਾਨੂੰ, ਸਿਰਫ 1400-1400 ਦਾ ਪੈ ਜਾਊਗਾ ਸਰ, 1400 ਵੀ ਨਹੀਂ ਪਊਗਾ। ਤੇ ਦੇਖ ਹੀ ਲੈਂਦੇ ਕਿੰਨੇ ਦਾ ਪਊਗਾ। ਤਾਂ ਸਾਰਿਆਂ ਉੱਤੇ ਪ੍ਰਾਈਜ਼ ਡ੍ਰੌਪ ਹੋ ਚੁੱਕਾ ਹੈ। ਤਾਂ ਜੇ ਤੁਸੀਂ ਮੇਰੇ ਨਾਲ ਪੜ੍ਹਨਾ ਚਾਹੁੰਦੇ ਹੋ ਕਿ ਹਾਂ ਠੀਕ ਹੈ ਯਾਰ, ਹੈ ਨਾ, ਸਰ ਨਾਲ ਗੱਲਬਾਤ ਹੋ ਜੂ ਕੁਛ, ਹੈ ਨਾ, ਮੈਂ ਆਪਾਂ ਪੜ੍ਹ ਲੈਂਦੇ ਹਾਂ, ਤੇ ਪ੍ਰਾਈਜ਼ ਡ੍ਰੌਪ ਹੋ ਗਿਆ ਹੈ, 7-8 ਦਿਨ ਦੀ ਕਲਾਸ ਜ਼ਰੂਰ ਹੋ ਚੁੱਕੀ ਹੈ, ਬਟ ਉਹ ਤੁਸੀਂ ਰਿਕਾਰਡਡ ਦੇਖ ਸਕਦੇ ਹੋ, ਕੋਈ ਵੱਡੀ ਗੱਲ ਹੈ ਨਹੀਂ, ਠੀਕ ਹੈ। ਤਾਂ ਇੱਧਰ ਆ ਕੇ ਜੇ ਤੁਸੀਂ ਸਰਚ ਕਰੋਗੇ P SSS B ਸਰਚ ਕੀਤਾ ਮੈਂ, ਤੇ ਸਾਰਿਆਂ ਦੇ ਦੇਖੋ ਸਾਹਮਣੇ ਆ ਜਾਓਗੇ। ਤੇ ਇਹ ਵਾਲੇ ਨਹੀਂ ਕਰਨੇ ਜੀ, ਇਹ ਨਵੇਂ ਬੈਚ ਨੇ, ਮੈਂ ਜਿੱਦਾਂ ਕਿਹਾ ਹਜੇ ਹੈ ਟਾਈਮ, ਵੱਡੇ ਬੈਚ ਨੇ ਮਤਲਬ ਡਿਟੇਲ, 2 ਮਹੀਨੇ ਦਾ ਜੇ ਬੈਚ ਪੜ੍ਹ ਰਹੇ ਮਤਲਬ ਡਿਟੇਲ ਵਿੱਚ ਪੜ੍ਹ ਰਹੇ ਨੇ, ਜੇ 1 ਮਹੀਨੇ ਦਾ ਬੈਚ ਹੈ ਪੜ੍ਹਾਉਂਗੇ ਉਹੀ, ਲੇਕਿਨ ਥੋੜੀ ਸਪੀਡ ਵਿੱਚ। ਤਾਂ ਇਹ ਥੱਲੇ ਵਾਲੇ ਬੈਚ ਜਿਹਨਾਂ ਉੱਤੇ 5000 ਰੁਪਇਆ ਪ੍ਰਾਈਜ਼ ਲਿਖਿਆ ਹੈ, ਮੰਨ ਲਓ ਮੈਂ ਲੈਣਾ ਜੀ ਕਲਰਕ ਦਾ ਬੈਚ ਲੈਣਾ ਮੈਂ, ਤਾਂ 5000 ਰੁਪਇਆ ਪ੍ਰਾਈਜ਼ ਲਿਖਿਆ, ਮੈਂ ਆਇਆ, ਮੈਂ ਬਾਏ ਨਾਂ ਤੇ ਕਲਿੱਕ ਕੀਤਾ, ਤੇ ਮੈਂ ਇੱਧਰ ਐਂਟਰ ਕੂਪਨ ਕੋਡ ਕੀਤਾ Y38383Y383। ਤਾਂ ਜੀ ਇਹ ਚੀਜ਼ ਬਹੁਤ ਇੰਪੋਰਟੈਂਟ ਹੈ, Y38383Y383 ਕੀਤਾ, ਲੈ 1150, ਮੈਂ ਤਾਂ 1400 ਕਹਿੰਦਾ ਸੀਗਾ, 1150 ਰੁਪਇਆ ਹੋ ਚੁੱਕਾ ਸਿਰਫ ਪ੍ਰਾਈਜ਼, 1600 ਤੋਂ ਪ੍ਰਾਈਜ਼ ਡ੍ਰੌਪ ਹੋ ਚੁੱਕਾ ਹੈ ਸਿਰਫ ਔਰ ਸਿਰਫ 1150 ਰੁਪਇਆ। ਅੱਡਾ 24/7 ਦੀ ਐਪ ਤੋਂ ਲਓਗੇ ਤੇ ਇਹ ਵਾਲਾ ਡਿਸਕਾਊਂਟ ਕੋਡ ਲਓਗੇ Y38383, ਤਾਂ ਸਿਰਫ ਔਰ ਸਿਰਫ 1100 ਰੁਪਏ ਦਾ ਇਹ ਬੈਚ ਪੈ ਜਾਊਗਾ। ਇੱਦਾਂ ਹੀ ਵੀਡੀਓ ਦਾ ਵੀ ਸੇਮ ਪ੍ਰਾਈਸ ਹੈ। ਤਾਂ 7-8 ਦਿਨ ਦੀ ਕਲਾਸ ਹੋ ਚੁੱਕੀ ਹੈ, ਤੁਹਾਨੂੰ ਰਿਕਾਰਡਡ ਬਸ਼ਰਤੇ ਦੇਖਣੀ ਪੈਣੀ ਹੈ, ਲੇਕਿਨ ਫਾਇਦਾ ਹੋਊਗਾ ਇਹ ਮੇਰੀ ਗਰੰਟੀ। ਇੱਦਾਂ ਹੀ ਜੇ ਤੁਸੀਂ ਮੰਨ ਲਓ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰਨੀ ਹੈ, ਤਾਂ ਐਕਸਾਈਜ਼ ਇੰਸਪੈਕਟਰ ਦਾ ਇਹ ਰਿਹਾ ਬੈਚ, ਇਹ 1840 ਦਾ ਹੁੰਦਾ ਸੀਗਾ, ਬਟ ਇੱਧਰ ਜਦੋਂ ਆ ਕੇ ਮੈਂ ਅੱਜ ਮੈਂ ਡਿਸਕਾਊਂਟ ਕੋਡ ਲਾਊਂਗਾ Y38383Y383 ਅੱਜ ਮੈਂ ਲਾਊਂਗਾ, ਤਾਂ ਆਹ ਵੇਖੋ ਜੀ Y38383 ਲਾ ਕੇ 1380 ਦਾ। ਤੇ ਉਦਾਂ ਹੀ ਅੱਡਾ 24/7 ਦੀ ਐਪ ਲਾਊਂਗੇ ਤਾਂ 1300 ਰੁਪਏ ਦਾ ਪੈ ਜਾਊਗਾ। ਤਾਂ ਇਹ ਗੱਲਾਂ ਮੇਰੀ ਧਿਆਨ ਰੱਖਿਓ, ਫਾਇਦਾ ਬਹੁਤ ਹੋਊਗਾ, ਬਾਕੀ ਚੋਇਸ ਇਜ਼ ਯੋਰਸ। ਦੇਖੋ ਮੇਰਾ ਤਾਂ ਫਰਜ਼ ਬਣਦਾ ਦੇਖੋ ਦੱਸਣਾ ਤੁਹਾਨੂੰ ਯਾਰ, ਦੇਖੋ ਜਿੱਥੇ ਅਫੋਰਡੇਬਲ ਚੀਜ਼ ਮਿਲ ਰਹੀ ਹੋਵੇ ਨਾ ਤੇ ਕੰਮ ਦੀ ਚੀਜ਼ ਮਿਲ ਰਹੀ ਹੋਵੇ, ਦੱਸੋ ਉਸ ਚੀਜ਼ ਨੂੰ, ਹੈ ਨਾ। ਹੁੰਦਾ ਨਾ ਓਏ ਉੱਥੇ ਡਿਸਕਾਊਂਟ ਮਿਲ ਰਿਹਾ, ਡਿਸਕਾਊਂਟ ਮਿਲ ਰਿਹਾ, ਓਏ 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 ਕਲੀਅਰੈਂਸ ਸੇਲ ਚੱਲੀ ਹੋਈ ਹੈ, 100 ਰੁਪਏ ਦੇ ਤੈਨੂੰ ਟੋਮੀ ਦੀਆਂ ਜੀਨਾਂ ਮਿਲ ਰਹੀਆਂ ਨੇ, ਦੱਸਦੇ ਫਿਰੋਗੇ ਸਾਰਿਆਂ ਨੂੰ? ਦੱਸਦੇ ਫਿਰੋਗੇ? ਹੁਣ ਤੁਸੀਂ ਆਪ ਦੇਖੋ, ਮੈਨੂੰ ਦੱਸੋ ਕਿੱਥੇ ਤੁਹਾਨੂੰ 1150 ਰੁਪਏ ਵਿੱਚ ਇਹੋ ਜਿਹੀ ਤਿਆਰੀ ਕਰਾਈ ਜਾ ਰਹੀ ਹੈ? ਤੁਸੀਂ ਦੇਖ ਰਹੇ ਹੋ ਮੈਂ ਕਿੱਦਾਂ ਪੜ੍ਹਾ ਰਿਹਾ, ਕੰਟੈਂਟ ਆਪਣਾ ਇਹੀ ਹੈ, ਹੈ ਨਾ। ਚਲੋ, ਰਿਲਾਇੰਸ ਇੰਡਸਟਰੀ ਲਿਮਿਟਡ ਯਾਨੀ ਕਿ RIL ਬਣ ਚੁੱਕੀ ਹੈ ਜੀ ਪਹਿਲੀ ਇੰਡੀਅਨ ਕੰਪਨੀ ਟੂ ਪੋਸਟ ਅਰਨਿੰਗਸ ਕਾਲ ਔਨ ਮੈਟਾਵਰਸ। ਤਾਂ ਜੀ ਇਹਨਾਂ ਨੇ ਵੀ ਹੁਣ ਮੈਟਾਵਰਸ ਵਿੱਚ ਵੜ ਕੇ ਕਹਿੰਦੇ ਜੀ ਜਿਹੜੀ ਸਾਡੀ ਇਹਨਾਂ ਦੀ ਕਮਾਈ ਹੈ, ਜਿਹੜੀ ਕਿਹਨਾਂ ਦੀ, ਇਹਨਾਂ ਦੀ ਜਿਹੜੀ ਕਮਾਈ ਹੈ ਇਹਨਾਂ ਦੀ, ਤਾਂ ਕਮਾਈ ਨੂੰ ਇਹਨਾਂ ਨੇ ਮੈਟਾਵਰਸ ਵਿੱਚ ਦਿਖਾਇਆ, ਆਨਲਾਈਨ ਦਿਖਾਉਣ ਲੱਗੇ, ਬਸ ਸ਼ੋਸ਼ੇ ਨੇ ਲੱਛਣ ਕਰੀ ਜਾਂਦੇ ਨੇ ਆਨਲਾਈਨ। ਇਹਨਾਂ ਨੇ ਕੀ ਕੀਤਾ, ਆਨਲਾਈਨ ਇਹਨਾਂ ਨੇ ਮੈਟਾਵਰਸ ਵਿੱਚ ਆਪਣੀ ਜਿਹੜੀ ਕਮਾਈ ਹੋਈ ਹੈ ਕਹਿੰਦੇ ਪਿਛਲੇ ਸਾਲ ਦੀ ਉਹ ਦਿਖਾਈ ਹੈ। ਤਾਂ ਕੀ ਕਹਿੰਦੇ ਨੇ, ਤਾਂ ਰਿਲਾਇੰਸ ਇੰਡੀਆ ਲਿਮਿਟਡ ਨੇ ਮੈਟਾਵਰਸ ਇਹਦੇ ਪ੍ਰੋਡਿਊਸ ਕੀਤਾ ਹੈ ਇਨ ਪਾਰਟਨਰਸ਼ਿਪ ਵਿਦ ਜੀਮੈਟਰੀ, ਅ ਨੋ ਕੋਡ ਮੈਟਾਵਰਸ ਕ੍ਰੀਏਸ਼ਨ ਪਲੈਟਫਾਰਮ। ਮਤਲਬ ਕਿ ਇਸ ਪਲੈਟਫਾਰਮ ਤੇ ਜਾ ਕੇ ਇਹਨਾਂ ਨੇ ਦੱਸਿਆ ਵੀ ਹਾਂਜੀ ਸਾਡੇ 5,555,100 ਕਰੋੜ ਕੀ ਹਮਾਰੀ 2 ਮਹੀਨੇ ਕੀ ਸੇਲ ਹੋਈ ਸੀ, ਘੱਟ ਕਹਿ ਗਿਆ, ਪਤਾ ਨਹੀਂ ਲੱਖਾਂ 'ਚ ਕਰੋੜਾਂ 'ਚ ਸੇਲ ਹੁੰਦੀ ਹੈ, ਲੱਖਾਂ ਕਰੋੜਾਂ 'ਚ ਸੇਲ ਹੋ ਰਹੀ ਹੈ ਇਹਨਾਂ ਦੀ। ਬਾਕੀ ਐਨੀਵੇ ਗੱਲ ਧਿਆਨ ਰੱਖਣੀ ਹੈ, ਪਹਿਲੀ ਕੰਪਨੀ ਬਣ ਚੁੱਕੀ ਰਿਲਾਇੰਸ, ਤੇ ਕਿੱਥੇ, ਕਿਹੜੇ ਨਾਲ, ਜੀ ਮੈਤਰੀ ਨਾਲ, ਠੀਕ ਹੈ, ਕਿਹੜੇ ਨਾਲ, ਜੀ ਮੈਤਰੀ ਨਾਲ। ਚਲੋ, ਹਾਂ, ਦਿੱਲੀ ਯੂਨੀਵਰਸਿਟੀ ਸੈਲੀਬ੍ਰੇਟਿੰਗ 100 ਗਲੋਰੀਅਸ ਈਅਰਸ, ਤਾਂ ਜੀ ਇਹਨੂੰ ਆਥਰ ਕੀਤਾ ਹੈ ਹਰਦੀਪ ਸਿੰਘ ਪੁਰੀ, ਸਾਡੇ ਜਿਹੜੇ ਹਾਊਸਿੰਗ ਐਂਡ ਅਰਬਨ ਅਫੇਅਰ ਮਿਨਿਸਟਰ ਨੇ, ਤੇ ਸਾਡੇ ਜਿਹੜੇ ਤੇਲ ਵਾਲੇ ਮਿਨਿਸਟਰ ਨੇ, ਕੌਣ ਨੇ, ਹਰਦੀਪ ਸਿੰਘ ਪੁਰੀ ਜੀ, ਇਹਨਾਂ ਨੇ ਕਿਤਾਬ ਲਿਖੀ ਹੈ, ਕਿਹੜੀ, ਸੈਲੀਬ੍ਰੇਟਿੰਗ 100 ਸਾਲ ਆਫ ਦਿੱਲੀ ਯੂਨੀਵਰਸਿਟੀ। ਤੇ ਇਹਦਾ ਜਿਹੜਾ ਸਿਰਲੇਖ ਹੈ ਜਿਹਨੂੰ ਕਹਿੰਦੇ ਨੇ ਫੋਰਵਰਡ, ਉਹ ਲਿਖਿਆ ਜੀ ਅਮਿਤਾਭ ਬੱਚਨ, ਇਹ ਗੱਲ ਧਿਆਨ ਰੱਖਣੀ ਹੈ, ਬਹੁਤ ਇੰਪੋਰਟੈਂਟ, ਮਿਨਿਸਟਰ ਆਫ ਪੈਟਰੋਲੀਅਮ ਹਾਊਸਿੰਗ ਅਰਬਨ ਅਫੇਅਰ ਹਰਦੀਪ ਸਿੰਘ ਪੁਰੀ, ਕਿਤਾਬ ਲਿਖੀ ਹੈ ਦਿੱਲੀ ਯੂਨੀਵਰਸਿਟੀ, 100 ਸਾਲ ਹੋ ਚੁੱਕੇ ਨੇ, ਛਾਪੀ ਹੈ ਕਹਿੰਦੇ ਰੂਪਾ ਪਬਲੀਕੇਸ਼ਨ ਵਾਲਿਆਂ ਨੇ, ਤੇ ਅਮਿਤਾਭ ਬੱਚਨ ਨੇ ਇਹਦਾ ਫੋਰਵਰਡ ਯਾਨੀ ਕਿ ਕੀ ਲਿਖਿਆ, ਮੁੱਖ ਵਾਕ ਲਿਖਿਆ, ਸਿਰਲੇਖ ਕਹਿ ਰਿਹਾ ਮੈਂ, ਸੋਰੀ, ਇਹਦਾ ਮੁੱਖ ਵਾਕ ਲਿਖਿਆ ਹੈ, ਹੈ ਨਾ। ਚਲੋ, ਇਸ ਟਾਈਮ ਗੁੱਡ ਮਾਰਨਿੰਗ ਅਜੇ ਨੇਤਲਾ ਜੀ, ਲੇਟ ਹੋ ਗਿਆ ਆਪਾਂ। ਸਪਿਰਿਚੁਅਲ ਲੀਡਰ ਮਾਤਾ ਅੰਮ੍ਰਿਤਾਨੰਦਮਈ, ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੈ ਚੇਅਰ ਆਫ C20,
ਕਹਿੰਦੇ ਆ ਕੀ ਆ ਗਿਆ ਸਰ ਸਰ G20 ਪੜ੍ਹਦੇ ਪੜ੍ਹਦੇ ਸੀ ਤੇ ਕੀ ਆ ਗਿਆ ਓਹੋ ਹੋ ਸਰ ਸ਼ਾਇਦ ਟਾਈਪਿੰਗ ਐਰਰ ਹੋ ਗਿਆ ਨਹੀਂ ਜੀ ਨਹੀਂ ਜੀ ਇਹ C20 ਹੀ ਹੈ ਇਹ C20 ਹੀ ਹੈ ਆ ਵੇਖੋ ਗੱਲਬਾਤ ਤਾਂ ਸਪਿਰਚੁਅਲ ਲੀਡਰ ਮਾਤਾ ਅੰਮ੍ਰਿਤਾਨੰਦਮਈ ਦੇਵੀ ਅੰਮਾ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਚੇਅਰ ਆਫ ਕੰਟਰੀ ਦੀ ਸਿਵਿਲ C20 ਮਤਲਬ ਕਿ ਇੱਕ ਆਫੀਸ਼ੀਅਲ ਐਂਗੇਜਮੈਂਟ ਗਰੁੱਪ ਆਫ ਦਾ G20 ਬਾਏ ਦਾ ਯੂਨੀਅਨ ਗਵਰਨਮੈਂਟ ਮਤਲਬ ਹੁਣ G20 ਹੈ ਜਿਹੜਾ ਉਹਦੇ ਵਿੱਚ ਕੀ ਸਰਕਾਰ ਕੰਮ ਕਰ ਰਹੀ ਹੈ ਨਾ ਸਰਕਾਰ ਆਪਣੇ ਵੱਲੋਂ ਗੱਲਾਂ ਕਰ ਰਹੀ ਹੈ ਹੋ ਸਕਦਾ ਨਾ ਕਿ ਬਾਕੀਆਂ ਨੂੰ ਵੀ ਕੁਛ ਪ੍ਰੋਬਲਮ ਹੋਵੇ ਹੈ ਨਾ ਜਿਹੜੇ ਆਮ ਜਨਤਾ ਹੈ ਉਹ ਵੀ ਆਪਣਾ ਪੁਆਇੰਟ ਰੱਖਣਾ ਚਾਹੁਣ ਹੈ ਨਾ ਬਹੁਤ ਵੱਡਾ ਪਲੇਟਫਾਰਮ ਹੈ ਯਾਰ G20 ਤਗੜੀ ਤਗੜੀਆਂ ਕੰਟਰੀਆਂ ਆਉਣਗੀਆਂ ਉੱਥੇ ਤਾਂ ਉੱਥੇ ਕਹਿੰਦੇ ਜੀ ਇਹ ਜਿਹੜਾ C20 ਇੱਕ ਪਲੇਟਫਾਰਮ ਦਿੱਤਾ ਜੀ ਸਿਵਿਲ ਸੁਸਾਇਟੀ ਆਰਗੇਨਾਈਜੇਸ਼ਨ ਨੂੰ ਵੀ ਜਿਹੜਾ ਆਪਣਾ ਇੱਕ ਨੋਨ ਗਵਰਨਮੈਂਟ ਨੋਨ ਬਿਜ਼ਨਸ ਪੁਆਇੰਟ ਆਫ ਵਿਊ ਹੈ ਹਰ ਕਿਸੇ ਨੂੰ ਦੇਖੋ ਪੈਸੇ ਨਾਲ ਮਤਲਬ ਨਹੀਂ ਹੁੰਦਾ ਹੈ ਨਾ ਹਰ ਕਿਸੇ ਨੂੰ ਪੈਸੇ ਨਾਲ ਮਤਲਬ ਨਹੀਂ ਹੁੰਦਾ ਅੱਜ ਕੱਲ੍ਹ 2% ਬੰਦਾ ਜਿਹਨੂੰ ਪੈਸੇ ਨਾਲ ਮਤਲਬ ਨਹੀਂ ਹੈ ਬਾਕੀ ਅੱਧੀ ਮੰਡੀਰ ਤਾਂ ਪੈਸੇ ਨਾਲ ਹੀ ਮਤਲਬ ਰੱਖਦੀ ਹੈ ਠੀਕ ਹੈ ਤੇ ਜਿਹਨਾਂ ਨੂੰ ਹੈ ਨਹੀਂ ਉਹਨਾਂ ਲਈ ਵੀ ਹਾਂ ਯਾਰ ਸੁਸਾਇਟੀ ਦੇ ਭਲੇ ਲਈ ਵੀ ਥੋੜ੍ਹਾ ਬਹੁਤ ਹੈ ਨਾ ਤਾਂ ਉਹਦੇ ਲਈ G20 ਦਾ ਹੀ ਗਰੁੱਪ ਇਹ C20 ਕਹਿੰਦੇ ਖੜ ਕੇ ਪਾਣੀ ਨਹੀਂ ਪੀਦਾ ਹੈ ਪਤਾ ਨਹੀਂ ਕਹਿੰਦੇ ਸੀ ਕਹਿੰਦੇ ਖੜ ਕੇ ਪਾਣੀ ਨਹੀਂ ਪੀਦਾ ਬਹਿ ਕੇ ਪੀਦਾ ਪਾਣੀ ਕਹਿੰਦੇ ਗੋਡੇ ਰਹਿ ਜਾਂਦੇ ਨੇ ਤੇ ਜਿਨ੍ਹਾਂ ਨੇ ਮੈਨੂੰ ਕਿਹਾ ਉਹਨਾਂ ਦੇ ਗੋਡੇ ਰਹੇ ਹੋਏ ਨੇ ਮੈਂ ਕਿਹਾ ਤੁਸੀਂ ਮਤਲਬ ਪੀਂਦੇ ਨਹੀਂ ਸੀ ਫਿਰ ਕਹਿੰਦੇ ਨਹੀਂ ਪੀਂਦੇ ਸੀ ਫਿਰ ਕਹਿੰਦੇ ਘਿਓ ਖਾਇਆ ਕਰੋ ਮੈਂ ਕਿਹਾ ਹਾਂਜੀ ਖਾ ਲਈ ਤੇ ਆਪਾਂ ਲੇਕਿਨ ਐ ਵੀ ਨਾ ਵੀ ਚਮਚ ਪਾ ਕੇ ਪੂਰਾ ਪੂਰਾ ਵੱਡਾ ਚਮਚ ਭਰ ਕੇ ਕਹਿੰਦੇ ਘਿਓ ਪਾ ਲਿਆ ਖਾ ਲਿਆ ਕਰੋ ਕਹਿੰਦੇ ਫਿਰ ਗੋਡੇ ਰਹਿ ਜਾਣਗੇ ਮੈਂ ਕਿਹਾ ਤੁਸੀਂ ਖਾਂਦੇ ਸੀ ਘਿਓ ਕਹਿੰਦੇ ਮੈਂ ਤਾਂ ਬਹੁਤ ਖਾਂਦੀ ਹਾਂ ਮੈਂ ਕਿਹਾ ਤੁਹਾਡੇ ਵੀ ਤਾਂ ਰਹਿ ਗਏ ਚਲੋ ਲਾਸਟ ਅਰਦਾਸ ਥੱਕ ਗਿਆ ਮੈਂ ਵੀ ਕੇਰਲਾ ਟੂਰਿਜ਼ਮ ਡਿਪਾਰਟਮੈਂਟ ਨੇ ਲਾਂਚ ਕੀਤਾ ਜੀ ਇੱਕ ਵੁਮਨ ਫਰੈਂਡਲੀ ਟੂਰਿਜ਼ਮ ਪ੍ਰੋਜੈਕਟ ਬਹੁਤ ਹੀ ਵਧੀਆ ਯਾਰ ਇਹ ਬਣ ਚੁੱਕਾ ਜੀ ਇੰਡੀਆ ਤੇ ਯੂਰਪ ਆਪਣਾ ਹੀ OTT ਪਲੇਟਫਾਰਮ ਲਾਂਚ ਕਰਤਾ ਕਹਿੰਦੇ ਜੀ ਕਿਹੜਾ ਐਮਾਜ਼ਨ ਪ੍ਰਾਈਮ ਕਿਹੜਾ ਨੈਟਫਲਿਕਸ ਚੱਕ ਇੱਥੇ ਚੱਕ ਚਾਹ ਨਾ ਅੰਡਾ ਕਹਿੰਦੇ ਚੱਕ ਸਾਡਾ ਕੀ ਨਾਂ ਰੱਖਿਆ ਨਾ ਕੇ ਸਪੇਸ ਫਿਰ ਕਹਿੰਦੇ ਅੱਛਾ ਹੋਰ 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 ਕਰਨਾ ਕੀ ਕਹਿੰਦੇ ਪੈਸੇ ਖਰਚਣੇ ਯਾਰ ਪੈਸੇ ਖਰਚਣੇ ਕੀ ਕਰੀਏ ਪੈਸੇ ਖਰਚ ਕੇ ਪੈਸੇ ਖਰਚਣੇ ਕਹਿੰਦੇ ਚਲੋ ਆਪਣਾ ਹੀ ਇੰਟਰਨੈਟ ਫਰੀ ਕਰ ਦਿੰਦੇ ਆ ਇੰਟਰਨੈਟ ਤਾਂ ਕਈ ਲੋਕਾਂ ਨੂੰ ਇੰਟਰਨੈਟ ਫਰੀ ਕਰਤਾ ਕੇ ਫੋਨ ਕਰਕੇ ਕੇਰਲਾ ਫਾਈਬਰ ਆਪਟਿਕ ਨੈਟਵਰਕ ਕਰਕੇ ਹੈ ਨਾ ਆਹ ਵੇਖੋ ਤੇ ਹੁਣ ਕਹਿੰਦੇ ਜੀ ਵੁਮੈਨ ਫਰੈਂਡਲੀ ਟੂਰਿਜ਼ਮ ਪ੍ਰੋਜੈਕਟ ਕੀ ਕਿਹਾ ਕੇਰਲਾ ਵਾਲਿਆਂ ਨੇ ਕਹਿੰਦੇ ਜੀ ਆਲ ਵੁਮੈਨ ਟੂਰ ਪੈਕੇਜ ਇੱਕ ਪੈਕੇਜ ਬਣਾਤਾ ਕੁੜੀਆਂ ਲਈ ਔਰਤਾਂ ਲਈ ਕਿ ਉਹਨਾਂ ਲਈ ਬਿਲਕੁਲ ਫਰੈਂਡਲੀ ਹੋਊਗਾ ਉਹਨਾਂ ਦਾ ਖਾਣਾ ਪੀਣਾ ਰਹਿਣਾ ਟਰਾਂਸਪੋਰਟ ਸਭ ਕੁਝ ਕਹਿੰਦੇ ਜੀ ਔਰਤਾਂ ਵੱਲੋਂ ਹੀ ਔਰਤਾਂ ਲਈ ਇਹ ਕੀਤਾ ਜਾਊਗਾ ਮੈਂ ਕਹਿ ਤਾਂ ਰਿਹਾ ਕੇਰਲਾ ਬਣ ਚੁੱਕਾ ਜੀ ਯੂਰਪ ਆਫ ਇੰਡੀਆ ਮੇਰੀ ਸੱਸ ਕਹਿੰਦੀ ਡਾਲਡਾ ਘੱਟ ਖਾਇਆ ਕਰੋ ਗਰੀਸ ਨਹੀਂ ਮੁੱਕਦੀ ਗੋਡਿਆਂ ਦੀ ਡਾਲਡਾ ਕਿਉਂ ਖਾਇਆ ਕਰੋ ਗਰੀਸ ਨਹੀਂ ਮੁੱਕਦੀ ਗੋਡਿਆਂ ਦੀ ਤੇ ਮੈਂ ਲਿਖ ਕੇ ਦਿੰਦਾ ਉਹਨਾਂ ਦੇ ਗੋਡੇ ਰਹੇ ਹੋਣੇ ਚਲੋ ਜੋਕਸ ਪਾਟ ਹੈ ਯਾਰ ਹੈ ਨਾ ਮਜ਼ਾਕ ਕਰ ਰਿਹਾ ਕਿ ਦਿਲ ਤੇ ਲੈ ਜੇ ਮੇਰੀ ਸੱਸ ਨੂੰ ਐਂ ਕਹਿਤਾ ਮਜ਼ਾਕ ਕਰ ਰਿਹਾ ਯਾਰ ਕੈਪੀਟਲ ਤਿਰੂਵਨੰਤਪੁਰਮ ਮੁੱਖ ਮੰਤਰੀ ਪਿਨਰੀ ਵਿਜੇਨ ਤੇ ਗਵਰਨਰ ਹੋ ਜਾਂਦੇ ਨੇ ਆਰਿਫ ਮੁਹੰਮਦ ਖਾਨ ਤੇ ਬਸ ਜਾਂਦੇ ਜਾਂਦੇ ਮੈਂ ਦੁਬਾਰਾ ਤਾਂ ਤੁਹਾਨੂੰ ਥੋੜੇ ਬਹੁਤ ਕਰੰਟ ਫਿਰ ਰਹਿ ਗਏ ਨੇ ਕੱਲ ਤੋਂ ਆਪਾਂ ਰਿਵੀਜ਼ਨ ਨਾਲ ਕਰਾਂਗੇ ਤਾਂ ਕੱਲ ਜ਼ਰੂਰ ਆਣਾ ਕਿਉਂਕਿ ਕੱਲ ਸਟੈਟਿਕ GK ਵੀ ਕਰਾਉਂਗੇ ਆਪਾਂ ਦੇਖੋ ਡਾਂਸ ਫਾਰਮ ਕਰ ਲਏ ਸੀਗੇ ਆਪਾਂ ਫੈਸਟੀਵਲ ਕਰ ਲਏ ਸੀਗੇ ਕੱਲ ਮੈਨੂੰ ਵੀ ਨਹੀਂ ਪਤਾ ਕੀ ਕਰਾਂਗੇ ਕੁਛ ਚੱਕਵੀਂ ਚੀਜ਼ ਕਰਾਂਗੇ ਲੇਕਿਨ ਹੈ ਨਾ ਚਲੋ ਤਾਂ ਮੈਂ ਜਾਂਦੇ ਜਾਂਦੇ ਮੈਂ ਇਹੀ ਦੱਸਣਾ ਚਾਹੂੰਗਾ ਪ੍ਰਾਈਜ਼ ਡਰੋਪ ਹੋ ਚੁੱਕਾ ਯਾਰ ਮੌਕੇ ਦਾ ਫਾਇਦਾ ਚੱਕੋ ਬਾਰ ਬਾਰ ਨਹੀਂ ਆਉਂਦੇ ਮੌਕੇ ਹੁਣ ਦੇਖੋ ਇਹ ਤੋਂ ਬਾਅਦ ਬੈਚ ਆਊਗਾ ਬੈਚ ਆ ਚੁੱਕਾ ਇਨਫੈਕਟ ਲੇਕਿਨ ਆਪਣੇ ਆਪ ਸੋਚੋ ਇੱਕ ਬੈਚ ਚੱਲ ਰਿਹਾ 2 ਮਹੀਨੇ ਸਾਨੂੰ ਉਹੀ ਚੀਜ਼ ਕਰਾਉਣੀ 2 ਮਹੀਨੇ ਵਿੱਚ 2 ਮਹੀਨੇ ਜ਼ਿਆਦਾ ਹੀ ਚੱਲੂਗਾ ਉਹ ਇੱਕ ਬੈਚ ਚੱਲੂਗਾ ਮਹੀਨੇ ਵਿੱਚ ਚੱਜ ਨਾ ਕਿਹਦੇ ਵਿੱਚ ਹੋਊਗਾ ਓਬਵੀਅਸ ਜੀ ਕਰ 2 ਮਹੀਨੇ ਵਾਲੇ 'ਚ ਹੋਊ ਨਾ 1 ਮਹੀਨੇ 'ਚ ਤਾਂ ਰਿਵੀਜ਼ਨ ਹੋ ਗਈ ਫਾਸਟ ਰਿਵੀਜ਼ਨ ਹੋ ਗਈ ਅਤੇ P SSB ਕਲਰਕ ਦਾ ਪੇਪਰ ਖੜ੍ਹਾ ਸਿਰ 'ਤੇ ਠੀਕ ਹੈ P SSB ਕਲਰਕ ਦਾ ਪੇਪਰ ਖੜ੍ਹਾ ਹੈ ਸਿਰ 'ਤੇ ਤਾਂ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਗਿਆ ਕਲਰਕ ਵਾਲੇ ਲਈ ਕਿਉਂਕਿ ਉਹਨਾਂ ਲਈ ਹੁਣ ਸਿਰਫ ਕ੍ਰੈਸ਼ ਕੋਰਸ ਰਹਿ ਜੂਗਾ 20-22 ਦਿਨ ਦਾ ਤਾਂ ਉਹ ਕੀ ਕਰੋਗੇ ਕੁਐਸਚਨ ਆਨਸਰ ਸੋਲਵ ਕਰਕੇ ਜਦੋਂ ਡਿਟੇਲ ਵਿੱਚ ਨਹੀਂ ਪੜਿਆ ਉਦਾਂ ਹੀ ਵੀਡੀਓਗ੍ਰਾਮਸ ਦੇ ਵਕਤ ਐਕਸਾਈਜ਼ ਵਾਲੇ ਲਈ ਵੀ ਫਾਇਦਾ ਹੈ ਕਿਉਂਕਿ ਇਹਨਾਂ ਲਈ ਬੇਸ ਬਣ ਜੂਗਾ ਤਾਂ ਸਾਰਿਆਂ 'ਤੇ ਪ੍ਰਾਈਜ਼ ਡਰੋਪ ਹੋ ਚੁੱਕਾ ਹੈ ਸਾਰਿਆਂ 'ਤੇ ਆਪਾਂ ਗੱਲ ਕੀਤੀ ਇਹ ਤੁਹਾਨੂੰ ਕਿੰਨੇ ਦਾ ਪੈ ਰਿਹਾ ਇਹ ਪੈ ਰਿਹਾ ਤੁਹਾਨੂੰ ਸਿਰਫ ਔਰ ਸਿਰਫ 1320 ਰੁਪਏ ਦਾ ਅੱਡਾ 24/7 ਦੀ ਐਪ 'ਤੇ ਇਹ ਪੈ ਰਿਹਾ ਤੁਹਾਨੂੰ ਪੈ ਰਿਹਾ 1100 ਰੁਪਏ ਦਾ ਤੇ ਇਹ ਵੀ ਪੈ ਰਿਹਾ ਤੁਹਾਨੂੰ 1100 ਰੁਪਏ ਦਾ ਕਿਉਂ ਕਿਉਂਕਿ ਤੁਸੀਂ ਡਿਸਕਾਊਂਟ ਕੋਡ ਲਾਇਆ ਸੀ ਕਿਹੜਾ Y383Y383 ਹੁਣ ਅੱਗੇ ਹੋਰ ਵੀ ਪੇਪਰ ਨੇ ਮੈਂ ਜਿੱਦਾਂ ਕਿਹਾ ਬਹੁਤ ਇੰਪੋਰਟੈਂਟ ਬਹੁਤ ਵੱਡਾ ਪੇਪਰ ਹੈ IB ਵਾਲਾ ਇਹ ਨਾ ਛੱਡੋ ਇਹ ਜ਼ਰੂਰ ਭਰੋ 5 ਨਵੰਬਰ ਤੋਂ ਫਾਰਮ ਭਰੇ ਜਾਣੇ ਨੇ ਬਹੁਤ ਇੰਪੋਰਟੈਂਟ ਹੈ ਇਹਨੂੰ ਜ਼ਰੂਰ ਭਰਨਾ ਹੈ ਬਾਈ ਯਾਰ 30-33 ਹਜ਼ਾਰ ਰੁਪਏ ਸੈਲਰੀ ਯਾਰ 10ਵੀਂ ਪਾਸ ਇੱਕ ਟਰਾਈ ਵੀ ਨਹੀਂ ਬਣਦੀ ਕਿਆ 33 ਹਜ਼ਾਰ ਰੁਪਏ ਸੈਲਰੀ ਹੈ MTS ਦੀ 10ਵੀਂ ਪਾਸ ਦੀ ਜੇ ਤੁਸੀਂ ਸਿਕਿਉਰਟੀ ਅਸਿਸਟੈਂਟ ਐਗਜ਼ੀਕਿਊਟਿਵ ਲੱਗ ਗਏ ਤਾਂ ਤੁਸੀਂ ਤੁਹਾਡੀ 37-38 ਤੋਂ ਥੱਲੇ ਨਹੀਂ ਹੋਊਗੀ ਕੀ ਕਰ ਰਹੇ ਹੋ ਪਰ ਇਹ ਪੇਪਰ ਭਰਿਓ ਤੇ ਨਾਲ ਨਾਲ ਮੈਂ ਇਹੀ ਕਹੂੰਗਾ
ਇੱਕ ਤਾਂ ਮੰਨ ਲਓ ਇਹ ਪੇਪਰ ਦੇਣਾ ਤੁਸੀਂ, ਤੁਸੀਂ ਆਈਬੀਪੀ ਭਰਨਾ ਹੈ, ਤੁਸੀਂ ਅੱਗੇ ਕੋਈ ਹੋਰ ਜਿਹੜਾ ਪੰਜਾਬ ਪਟਵਾਰੀ ਆਊਗਾ ਓਬਵੀਅਸਲੀ ਭਰੋਗੇ, ਆਈ ਹੋਪ ਤੁਸੀਂ ਭਰੋਗੇ ਯਾਰ, ਪਲੀਜ਼ ਪੇਪਰ ਭਰੋ। ਅੱਗੇ ਪੰਜਾਬ ਪੁਲਿਸ ਨਵੀਆਂ ਵੈਕੈਂਸੀ ਆ ਰਹੀ, 6000 ਵੈਕੈਂਸੀ, ਮਾਨ ਸਾਹਿਬ ਨੇ ਕਹੀ ਹੈ ਗੱਲ, ਕੋਆਪਰੇਟਿਵ ਇੰਸਪੈਕਟਰ ਦੁਬਾਰੇ ਤੋਂ ਆ ਰਿਹਾ ਹੈ ਅਤੇ ਹੋਰ ਹੀ ਵੈਕੈਂਸੀ ਆ ਰਹੀ, ਮੈਨੂੰ ਵੀ ਨਹੀਂ ਜਿੰਨੀ ਪਤਾ। ਤਾਂ ਇਹਨਾਂ ਪੇਪਰਾਂ ਦੀ ਤੁਸੀਂ ਤਿਆਰੀ ਕਰੋ ਤਾਂ ਅੱਡ ਅੱਡ ਬੈਚ ਨਹੀਂ ਲੈਣਾ। ਤਾਂ ਕਿਸੇ ਵੀ ਦੋ ਪੇਪਰਾਂ ਦੀ ਜੇ ਤੁਸੀਂ ਤਿਆਰੀ ਕਰ ਰਹੇ ਹੋ ਨਾ, ਮੰਨ ਲਓ ਤੁਸੀਂ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਇਹ ਬੈਚ 1300 ਦਾ ਹੋ ਗਿਆ, ਇਹਦੀ ਤਿਆਰੀ ਕਰ ਰਹੇ ਹੋ, ਇਹਦਾ ਬੈਚ ਤੁਹਾਨੂੰ 1900 ਦਾ ਹੋ ਗਿਆ, 1300 ਅਤੇ 1900 ਕਿੰਨੇ ਹੁੰਦੇ ਨੇ, 3200 ਰੁਪਈਆ, ਅਤੇ ਸਿਰਫ ਦੋ ਬੈਚ ਨੇ। ਅਗਲੇ ਸਾਲ ਕੋਈ ਹੋਰ ਪੇਪਰ ਆਇਆ, ਉਹਦਾ ਬੈਚ ਆਇਆ, ਇਹਦਾ ਕਰੈਸ਼ ਕੋਰਸ ਆਇਆ, ਇਹਦੀ ਟੈਸਟ ਸੀਰੀਜ਼ ਆਈ, ਉਹਦੇ ਲਈ ਕੀ ਕਰਨਾ? ਤਾਂ ਉਹਦੇ ਲਈ ਹੈ ਜੀ ਤੁਹਾਡੇ ਲਈ ਮਹਾਂਪ ਹੈ। ਇੱਕ ਸਾਲ ਤੱਕ ਦੇ ਜਿੰਨੇ ਵੀ ਬੈਚ ਹੋਣਗੇ ਨਾ, ਤਾਂ ਜੇ ਤੁਸੀਂ ਐਨੀ ਕਿਸੇ ਨੂੰ ਵੀ ਦੋ ਪੇਪਰ ਦੇਣੇ ਨੇ, ਸਿਰਫ ਦੋ ਪੇਪਰ ਵੀ ਦੇਣੇ ਨੇ, ਤਾਂ ਤੁਹਾਡੇ ਲਈ ਫਾਇਦੇ ਵਾਲੀ ਚੀਜ਼ ਹੈ ਕਿਹੜੀ? ਮਹਾਂਪ ਹੈ। ਦੋ ਸਾਲ ਸੋਰੀ ਦੋ ਨਹੀਂ ਇੱਕ ਸਾਲ ਤੱਕ ਦੇ ਜਿੰਨੇ ਵੀ ਪੇਪਰ, ਕਲਾਸ, ਟੈਸਟ ਸੀਰੀਜ਼, ਈ ਬੁੱਕ, PDF, ਮੌਕ ਟੈਸਟ, ਜੋ ਵੀ ਚੀਜ਼ ਹੋਊਗੀ ਸਾਰਾ ਕੁਝ ਇੱਥੇ ਮਿਲੂ। ਹੁਣ ਉੱਥੇ ਤੁਹਾਨੂੰ ਦੋ ਮਿਲ ਰਹੇ 3200 ਵਿੱਚ, ਇੱਥੇ ਤੁਹਾਨੂੰ ਪੂਰੇ ਇੱਕ ਸਾਲ ਦਾ ਮਿਲ ਰਿਹਾ 3200 ਵਿੱਚ। ਆਪ ਸੋਚੋ ਫਾਇਦਾ ਕਿੱਥੇ ਤੁਹਾਨੂੰ। ਤੇ ਐਵੇਂ ਨਹੀਂ ਕਹਿ ਰਿਹਾ ਕਿ ਪੈਸੇ ਘੱਟ ਨੇ, ਹਨਾ, 3200 ਚ ਮਿਲ ਰਿਹਾ, 3200 ਰੁਪਏ ਆਪਾਂ ਕਿਹੜਾ ਜੇਬ 'ਚ ਹੱਥ ਪਾਉਣਾ ਕਿ ਕਰਕੇ ਜੇਬ 'ਚ ਆ ਜਾਓਗੇ, ਐ ਨਹੀਂ ਆਉਂਦੇ ਨਾ ਪੈਸੇ। ਦੇਖੋ ਹੱਕ ਦੀ ਕਮਾਈ ਹੈ ਜੀ, ਹੈ ਨਾ, ਠੀਕ ਹੈ, ਆਪਾਂ ਮਿਹਨਤ ਕਰਕੇ ਕੀਤੀ ਹੁੰਦੀ ਹੈ ਘਰਦਿਆਂ ਨੇ, ਤਾਂ ਦੇਖੋ ਪੈਸੇ ਲਾਓ ਜਿੱਥੇ ਤੁਹਾਨੂੰ ਭਰੋਸਾ ਹੋਵੇ। ਮੇਰੀ ਗੱਲਾਂ ਸੁਣ ਕੇ ਤੁਹਾਨੂੰ, ਮੈਂ ਪੜ੍ਹਾ ਆਪਾਂ ਇੱਦਾਂ ਹੀ ਰਹੇ, ਠੀਕ ਹੈ ਜੀ, ਕੰਟੈਂਟ ਉੱਥੇ ਵੀ ਇਹੀ ਮਿਲੂਗਾ, ਪੜ੍ਹਾ ਆਪਾਂ ਇੱਦਾਂ ਹੀ ਰਹੇ, ਅਤੇ ਬਾਕੀ ਪੂਰੀ ਟੀਮ ਪੜ੍ਹਾਊਗੀ। ਬਟ ਉੱਥੇ ਫਾਇਦਾ ਬਸ ਇਹ ਹੋ ਜਾਂਦਾ, ਅਸੀਂ ਇੰਟਰੈਕਟ ਕਰ ਸਕਦੇ ਹਾਂ, ਤੁਹਾਡਾ ਕੈਮਰਾ ਔਨ, ਮੇਰਾ ਕੈਮਰਾ ਔਨ। ਹੁਣ ਇਸ ਟਾਈਮ ਜਿਹੜੀ ਕਲਾਸ ਚੱਲ ਰਹੀ ਹੈ, ਮੈਂ ਉੱਥੇ ਜੂਨ ਦੇ ਕਰੰਟ ਅਫੇਅਰ ਕਰਾ ਰਿਹਾ, ਯੂਟਿਊਬ 'ਤੇ ਤੁਸੀਂ ਕਿਤੇ ਜੂਨ ਦੇ ਕਰੰਟ ਅਫੇਅਰ ਦੇਖ ਹੀ ਨਹੀਂ ਸਕਦੇ, ਠੀਕ ਹੈ। ਅਤੇ ਬਾਕੀ ਮੈਂ ਬਾਕੀ ਗੱਲ ਇਹੀ ਕਹੂੰਗਾ, ਪੇਪਰ ਆਪਣੇ ਆਪ ਪਾਸ ਹੋ ਸਕਦਾ ਡੈਫੀਨੇਟਲੀ, ਬਟ ਬਹੁਤ ਸਮਾਰਟਲੀ ਵਰਕ ਕਰਨਾ ਪੈਂਦਾ ਵੀ ਅਸੀਂ ਕਿੱਥੋਂ ਪੜ੍ਹ ਰਹੇ ਹਾਂ, ਕੀ ਪੜ੍ਹ ਰਹੇ ਹਾਂ, ਕਿੰਨਾ ਪੜ੍ਹ ਰਹੇ ਹਾਂ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਤੁਸੀਂ ਜੇ ਰੀਜਨਿੰਗ ਦਾ ਡਿਸਟੈਂਟ ਡਾਇਰੈਕਸ਼ਨ ਕਰੋਗੇ, ਤੁਸੀਂ ਲਿਟਰਲੀ ਤੁਸੀਂ 4 ਸਾਲ ਪੁਰਾਣੀ ਵੀਡੀਓ ਦੇਖੋਗੇ, ਲੇਕਿਨ ਪੇਪਰ ਇਵੋਲਵ ਹੋ ਚੁੱਕੇ ਨੇ ਯਾਰ, ਵਿਕਸਿਤ ਹੋ ਚੁੱਕੇ ਨੇ। ਪੋਕੇਮਾਨ ਹੁੰਦੇ ਨੇ, ਪਿਕਾਚੂ ਤੇ ਰਾਇਚੂ ਬਣ ਗਿਆ, ਉਦਾਂ ਹੁੰਦੇ ਨੇ ਪੇਪਰ। ਨਾਇਬ ਤਹਿਸੀਲਦਾਰ ਦਾ ਪੇਪਰ ਦੇਖੋ ਪਿਛਲਾ ਤੇ ਹੁਣ ਵਾਲਾ ਦੇਖੋ, ਬਹੁਤ ਜ਼ਿਆਦਾ ਫਰਕ। ਤਾਂ ਹੀ ਮੈਂ ਕਹਿੰਦਾ ਕਿ ਪੰਜਾਬ ਦਾ ਮਹਾਂਪ ਹੈ, ਇੱਕ ਵਾਰ ਐਨਰੋਲ ਕਰਨਾ ਹੈ ਤੇ ਸਾਲ ਭਰ ਲਈ ਟੈਨਸ਼ਨ ਫ੍ਰੀ, ਸਾਲ ਭਰ ਦੀ ਕੋਈ ਟੈਨਸ਼ਨ ਨਹੀਂ ਲੈਣੀ, ਜਿੰਨੇ ਵੀ ਪੇਪਰ ਆਉਂਗੇ ਸਾਰੇ। ਤੇ ਮੇਰੀ ਗੱਲ ਸੁਣ ਲਓ, ਗੱਲਾਂ ਸੁਣੋਗੇ, ਜਿਹੜਾ ਮੈਂ ਕਹਾਂਗੇ ਉਹ ਉਹਨਾਂ ਚੀਜ਼ਾਂ ਉੱਤੇ ਅਮਲ ਕਰੋਗੇ, ਪੇਪਰ ਤੁਹਾਡਾ ਕਿੱਦਾਂ ਪਾਸ ਨਹੀਂ ਹੋਊ। ਪੇਪਰ ਪਾਸ ਹੋਣਾ ਹੈ, ਦੇਖੋ ਪੇਪਰ ਆਪਣਾ ਹੋਣਾ ਹੈ, ਅੱਜ ਨਹੀਂ ਤਾਂ ਕੱਲ੍ਹ ਆਪਣਾ ਸਾਰਿਆਂ ਦਾ ਪੇਪਰ ਪਾਸ ਹੋ ਜਾਣਾ ਹੈ। ਗੱਲ ਇਹ ਹੈ ਕਿੰਨੀ ਛੇਤੀ ਕਿਹੜਾ ਕਰਦਾ ਪੇਪਰ ਪਾਸ, ਗੱਲ ਇਹ ਹੈ ਕਿੰਨੀ ਛੇਤੀ ਕਰਦਾ ਕੋਈ ਪੇਪਰ ਪਾਸ। ਪੇਪਰ ਆਪਣਾ ਹੋਣਾ ਹੈ ਪਾਸ, ਠੀਕ ਹੈ, ਟੈਨਸ਼ਨ ਨਾ ਲਓ। ਜੇ ਤੁਸੀਂ ਮਨ 'ਚ ਹੀ ਲੈ ਕੇ ਬੈਠੋ ਕਿ ਹਾਏ ਮੇਰਾ ਤਾਂ ਪੇਪਰ ਹੋਣਾ ਨਹੀਂ, ਮੈਂ ਤਾਂ ਜੀ ਆਪਣੇ ਵੀਰ ਕੋਲ ਜਾਣਾ, ਬਾਹਰ ਜਾਣਾ ਹੈ ਨਾ, ਮੰਮੀ ਉਹਨਾਂ ਨੂੰ ਬੁਲਾ ਲਿਆ, ਮੈਨੂੰ ਭੇਜ ਦਿਉ, ਮੈਨੂੰ ਭੇਜ ਦਿਉ, ਉਹਨੂੰ ਭੇਜ ਤਾ, ਮੈਨੂੰ ਕੋਈ ਨਹੀਂ ਭੇਜ ਰਹੇ ਤੁਸੀਂ। ਜੇ ਤੁਸੀਂ ਇਹ ਸੋਚਿਆ ਹੋਇਆ ਤਾਂ ਤੁਸੀਂ ਕਿੰਨੀ ਮਰਜ਼ੀ ਮਿਹਨਤ ਕਰ ਲਓ, ਤੁਹਾਡਾ ਪੇਪਰ ਮਤਲਬ ਹੀ ਨਹੀਂ ਬਣਦਾ ਤੁਹਾਡਾ ਪੇਪਰ ਹੋ ਜਾਵੇ। ਪਰ ਜੇ ਤੁਹਾਡੀ ਥੋੜ੍ਹੀ ਥੋੜ੍ਹੀ ਜਿਹੀ ਵੀ ਸਿੰਸੀਅਰ ਮਿਹਨਤ ਕਰੀ ਜਾਂਦੇ ਹੋ, 4 ਸਾਲ 5 ਸਾਲ 6 ਸਾਲ ਪੇਪਰ ਹੋ ਜਾਊਗਾ। ਮੇਰਾ ਯਾਰ ਵਿਹਲੀ ਹੈ, ਪੀਟਰ ਪੈਲਸ ਵੀ ਕਲਰਕ ਦਾ, ਉਹਦਾ ਇੰਟਰਵਿਊ ਕਰਾਉਣਾ ਜਦੋਂ ਮੈਰਿਟ ਆਊਗਾ, ਉਹ ਤੁਹਾਨੂੰ ਦੱਸੂਗਾ। 2017 ਤੋਂ ਤਿਆਰੀ ਕਰ ਰਿਹਾ, ਹੁਣ 22 ਜਾ ਕੇ ਤਾਂ ਪੀਟਰ ਪੈਲਸ ਵੀ ਕਲਰਕ ਪਾਸ ਹੋਇਆ। ਜੇ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਅਸੀਂ 5 ਸਾਲ ਆਪਾਂ ਪ੍ਰੋਗਰਾਮ ਚਲਾ ਕੇ ਰੱਖੀਏ, 5-year ਪ੍ਰੋਗਰਾਮ ਕਰ ਲਈਏ, ਜਿੱਦਾਂ ਕਿ ਇੱਕ ਸਰਕਾਰ ਦਾ ਪੂਰੀ ਹੈ ਨਾ, ਪੂਰੀ ਸਰਕਾਰ ਲੰਘਾਤੀ ਉਹਨੇ, ਜੇ ਤੁਸੀਂ ਵੀ ਇੱਦਾਂ ਹੀ ਚਾਹੁੰਦੇ ਹੋ ਤਾਂ ਜ਼ਰੂਰ ਆਪਣੇ ਆਪ ਤਿਆਰੀ ਕਰੀ ਚੱਲੋ, ਹੈ ਨਾ, ਕਰੀ ਚੱਲੋ, ਕਰ ਰਿੜਕੀ ਜਾਓ, ਰਿੜਕੀ ਜਾਓ, ਰਿੜਕੀ ਜਾਓ। ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਠੀਕ ਹੈ ਯਾਰ, ਥੋੜ੍ਹੀ ਜਿਹੀ ਮਿਹਨਤ ਕਰ ਲੂੰ ਮੈਂ, ਆਪਣੇ ਉੱਤੇ ਭਰੋਸਾ ਰੱਖੋ, ਆਪਣੇ ਥੋੜ੍ਹੀ ਸੈਲਫ ਸਟੱਡੀ ਕਰ ਲੂੰ, ਤਾਂ ਪੇਪਰ ਆਪਣਾ ਸਾਲ ਵਿੱਚ ਵੀ ਨਿਕਲ ਸਕਦਾ। ਉਹਦੇ ਲਈ ਫਾਇਦੇ ਤੁਹਾਡੇ ਇਹ ਪੈ ਜਾਊਗਾ, ਪੰਜਾਬ ਮਹਾਂਪੈਕ Y38C ਲਾ ਕੇ, ਅੱਡਾ 24/7 ਦੀ ਐਪ ਤੇ, ਹੋਰ ਸਸਤਾ। ਬਾਕੀ ਦੇਖੋ ਪੇਪਰ ਤਾਂ ਦੇਖੋ ਪੜ੍ਹਾ ਤਾਂ ਹਰ ਕੋਈ ਰਿਹਾ ਯਾਰ, ਕੌਣ ਨਹੀਂ ਪੜ੍ਹਾ ਰਿਹਾ ਮੈਨੂੰ ਦੱਸੋ। ਤੁਸੀਂ ਮੈਥੋਂ ਪੜ੍ਹ ਰਹੇ ਹੋ, ਦੁਨੀਆਂ ਭਰ ਦੇ ਚੈਨਲ ਨੇ ਯਾਰ, ਹਿੰਦੀ ਵਾਲੇ ਚੈਨਲ ਨੇ, ਪੰਜਾਬੀ ਵਾਲੇ ਚੈਨਲ ਨੇ, ਪੰਜਾਬੀ ਵਾਲੇ ਚੈਨਲ ਜਿਹੜੇ ਹਿੰਦੀ ਵਿੱਚ ਪੜ੍ਹਾਉਂਦੇ ਨੇ, ਇਹੋ ਜਿਹੇ ਵੀ ਚੈਨਲ ਨੇ। ਤਾਂ ਪੜ੍ਹ ਤਾਂ ਦੇਖੋ, ਪੜ੍ਹਾ ਤਾਂ ਹਰ ਕੋਈ ਰਿਹਾ, ਪੜ੍ਹ ਤਾਂ ਹਰ ਕੋਈ ਰਿਹਾ, ਪੇਪਰ ਕਿੰਨਿਆਂ ਦਾ ਨਿਕਲ ਰਿਹਾ ਇਹ ਸੋਚੋ, ਹੈ ਨਾ, ਪੇਪਰ ਕਿੰਨਿਆਂ ਦਾ ਨਿਕਲ ਰਿਹਾ ਇਹ ਸੋਚੋ। ਗਲਤ ਕਹਿ ਰਿਹਾ ਮੈਂ? ਤੁਸੀਂ ਆਪਣੇ ਆਪ ਦੱਸੋ, ਪੜ੍ਹਾ ਹਰ ਕੋਈ ਰਿਹਾ, ਪੜ੍ਹ ਹਰ ਕੋਈ ਰਿਹਾ, ਹੈ ਨਾ, ਪੜ੍ਹਾ ਹਰ ਕੋਈ ਰਿਹਾ, ਪੜ੍ਹ ਹਰ ਕੋਈ ਰਿਹਾ, ਪੇਪਰ ਕਿੰਨਿਆਂ ਦਾ ਨਿਕਲ ਰਿਹਾ, ਹੈ ਨਾ। ਚਲੋ ਯਾਰ, ਆਲ ਦਾ ਬੈਸਟ, ਸਤਿ ਸ਼੍ਰੀ ਅਕਾਲ, ਬਾਏ ਬਾਏ।